ਹਿੰਦੇ ਫੋਨ ਆਇਆ ਵੀਰੇ ਦੌਦਰ ਤੇ ਜਨੇਤਪੁਰਾ ਕਹਿੰਦੇ ਵੀ ਅਸੀਂ ਵੀ ਖੇਡਣਾ ਵਾ। ਨਾ ਬਾਈ ਨਾ, ਦੌਦਰ ਬਿਲਕੁਲ ਨੀ, ਜਨੇਤਪੁਰਾ ਬਿਲਕੁਲ ਨੀ, ਅਗਲੀ ਵਾਰ ਵੀ ਨੀ ਐਂਟਰ ਹੋਣੀਆਂ ਇਹ ਟੀਮਾਂ। ਸਾਨੂੰ ਫੋਨ ਆ ਰਿਹਾ ਕਹਿੰਦੇ ਵੀ ਅਸੀਂ ਖੇਡਣਾ। ਹੱਥ ਜੋੜ ਕੇ ਬੇਨਤੀ ਹੈ ਵੀ ਨਾ ਕਿਸੇ ਨੂੰ ਫੋਨ ਕਰਨ ਤੇ ਨਾ ਕੁਛ, ਆਉਣ ਵਾਲੇ ਸਾਲ ਚ ਵੀ ਐਂਟਰ ਨੀ ਕੀਤੀਆਂ ਜਾਣੀਆਂ ਇਹ ਟੀਮਾਂ। ਦੌਦਰ, ਜਨੇਤਪੁਰਾ ਤੇ ਵਾਂਦਰ ਡੋਡ, ਇਹ ਤਿੰਨ ਟੀਮਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਿਸੇ ਤੋਂ ਫੋਨ ਨਾ ਕਰਾਉਣ, ਕੁਛ ਨਾ ਕਰਨ, ਇਹ ਨਾ ਖੇਡਣ ਦੇਣੀਆਂ, ਨਾ ਅਗਲੀ ਵਾਰ ਐਂਟਰ ਕਰਨੀਆਂ। ਧੰਨਵਾਦ। ਜਿਹੜਾ ਮੈਚ, ਹਾਂਜੀ, 9:30 9:30 ਹੈ ਜੀ ਫਾਈਨਲ ਮੈਚ ਹੈ, ਜਲਦੀ ਮੈਚ ਸ਼ੁਰੂ ਕਰਵਾ ਦਿਓ ਜੀ। ਪੁਰਾਣੇ ਵਾਲ ਏ ਜਿਹੜੀ ਉਹ ਲਹਿੰਦੇ ਵਾਲੇ ਪਾਸੇ ਤੇ ਚੜ੍ਹਦੇ ਵਾਲੇ ਪਾਸੇ ਟੀਮ ਖੁਖਰਾਣੇ ਪਿੰਡ ਦੀ ਹੈ। 70 ਕਿੱਲੋ ਭਾਰ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ। ਪਹਿਲੀ ਕਬੱਡੀ ਕਹਿੰਦੇ ਚੰਦਾਂ ਵਾਲੇ ਜੱਸੇ ਨੇ ਪਾ ਦਿੱਤੀ ਹੈ ਤੇ ਤਿੰਨ ਜਿਹੜੇ ਸਟਾਪਰ ਨੇ ਇਸ ਵੇਲੇ ਖੁਖਰਾਣੇ ਦੀ ਧਰਤੀ ਦੇ ਮੇਰੇ ਵੀਰੇ ਉਹ ਖੇਡ ਦੇ ਮੈਦਾਨ ਦੇ ਵਿੱਚ। ਗੱਭਰੂ ਨੇ ਪਾਈ ਹੈ ਕਬੱਡੀ ਦੇ ਪੁਆਇੰਟ ਰੇਡਰ ਦਾ, ਪੁਆਇੰਟ ਰੇਡਰ ਦਾ ਰਸੂਲਪੁਰ ਤੇ ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਵੀ ਆਉਣਗੇ ਨਾਲ ਹੀ। ਸ਼ਕੂਰ ਤੇ ਇੰਦਗੜ੍ਹ ਦਾ ਅਗਲਾ ਮੈਚ ਖੇਡਿਆ ਜਾਣਾ ਹੈ, ਟੀਮਾਂ ਤਿਆਰੀ ਰੱਖਣ। ਬੱਬੂ ਖੁਖਰਾਣੇ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਸ੍ਰੀ ਜੋਗਿੰਦਰਪਾਲ ਜੀ ਜੈਨ ਐਮ ਐਲ ਏ ਸਾਹਿਬ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਆਏ ਨੇ, ਇਹਨਾਂ ਨੂੰ ਅਸੀਂ ਇੱਥੇ ਪਹੁੰਚਣ ਤੇ ਸਮੁੱਚੀ ਪੈਰਾਮਾਊਂਟ ਸਪੋਰਟਸ ਪਾਰਟੀ ਕਲੱਬ ਪੁਰਾਣੇ ਵਾਲ ਵੱਲੋਂ ਜੀ ਆਖਦੇ ਆ, ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਏ ਹੋ ਜੀ ਸਾਡੇ ਸਿਰ ਮੱਥੇ ਤੇ, ਸਾਰੇ ਨਗਰ ਵੱਲੋਂ ਸਮੁੱਚੀ ਗ੍ਰਾਮ ਪੰਚਾਇਤ ਬੈਠੀ ਹੈ, ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੀ ਪੈਰਾਮਾਊਂਟ ਸਪੋਰਟਸ ਕਲੱਬ ਵੱਲੋਂ, ਸਾਡੇ ਬਾਈ ਪਰਮ ਗਿੱਲ ਹੋਣੀ, ਮਨਜੀਤ ਗਿੱਲ ਹੋਣੀ, ਇਹਨਾਂ ਵੀਰਾਂ ਦੀ ਸਮੁੱਚੀ ਪੈਰਾਮਾਊਂਟ ਸਪੋਰਟਸ ਕਲੱਬ ਵੱਲੋਂ ਅਸੀਂ ਜੀ ਆਇਆਂ ਕਹਿੰਦੇ ਤੁਹਾਨੂੰ ਇੱਥੇ ਪਹੁੰਚਣ ਤੇ, ਜਿੰਨੇ ਕਦਮ ਤੁਸੀਂ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਤੇ ਹੈ। ਇਸ ਵੇਲੇ ਫਾਈਨਲ ਮੈਚ ਖੇਡਿਆ ਜਾ ਰਿਹਾ 70 ਕਿੱਲੋ ਭਾਰ ਦਾ ਤੇ ਜੱਸਾ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਇਸ ਵੇਲੇ ਜੱਸੇ ਨੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੇ, ਪਾਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ ਤੇ ਬੂਟਾ ਸੱਦਾ ਸਿੰਘ ਵਾਲ ਦੀ ਧਰਤੀ ਦਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਤਾੜੀਆਂ ਮਾਰ ਦਿਓ ਦਰਸ਼ਕ ਵੀਰੇ ਕਿ ਸੀ ਬਲਵਿੰਦਰ ਫਿੱਡਾ ਕੋੜਾ ਲੰਬੀ ਪਾਰੀ ਦਾ ਨਾ ਠਰਮੇ ਖੇਡੇ ਕਾਕਾ ਕਾਰੀ ਸਾਰੀ ਦਾ ਤੇ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ, ਖਾਲੀ ਹੱਥ ਗੁਰਲਾਲ ਕਦੇ ਦਾ ਪਿੱਛੇ ਮੁੜਦਾ ਜੀ, ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ, ਖੇਡਣ ਦੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ, ਖੇਡਣ ਦੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ। ਲਓ ਸਾਹਮਣੇ ਦੇਖਦੇ ਆ ਵੀ ਨੌਜਵਾਨ ਇਸ ਵੇਲੇ ਚੁਗਾਵੇ ਦੀ ਧਰਤੀ ਦਾ ਗੱਭਰੂ ਕਬੱਡੀ ਪਾ ਰਹੇ ਆ। ਲਓ ਬੋਟੇ ਪੱਟਾਂ ਨੂੰ ਬੱਜੀ ਖਿੱਚਦੇ ਲੱਗੀ ਕੈਂਚੀ ਔਰ ਪੁਆਇੰਟ ਜਿਹੜਾ ਕਹਿੰਦੇ ਨੇ ਇਸ ਵੇਲੇ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਕਹਿੰਦੇ ਵੀ ਜਿਹਦੇ ਮੰਦਰਾਂ ਵਿੱਚ ਨੇ ਪੂਜ ਹੁੰਦੇ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਕਹਿੰਦੇ, ਕੋਈ ਅੱਲਾ ਵਾਹਿਗੁਰੂ ਕੋਈ ਮਸੀਹ ਆਖੇ ਤੇ ਪਾਵੇ ਰਾਮ ਦੇ ਵਿੱਚੋਂ ਕੋਈ ਰੱਬ ਦੇ ਭੇਤ ਕਹਿੰਦੇ, ਰਾਣੀ ਝਾਂਸੀ ਨੇ ਜਿੱਥੇ ਤਲਵਾਰ ਖਿੱਚੀ ਪੂਜੀ ਜਦੋਂ ਅਣਖ ਨੂੰ ਠੇਸ ਕਹਿੰਦੇ, ਸਰਬੰਸ ਵਾਪ ਸੁੱਤਾ ਜਿੱਥੇ ਕੰਡਿਆਂ ਤੇ ਖਾਤਰ ਧਰਮ ਦੀ ਗੁਰੂ ਦਸ਼ਮੇਸ਼ ਕਹਿੰਦੇ, ਚੜ ਕੇ ਸੂਰਮਿਆਂ ਨੇ ਜਿੱਥੇ ਫਾਂਸੀ ਤੇ ਲਵਾਈ ਅੰਗਰੇਜ਼ ਦੀ ਲੰਡਨ ਨੂੰ ਰੇਸ ਕਹਿੰਦੇ, ਤੇ ਚੋਹਾਰ ਯਾਰਾ ਪੰਜਾਬ ਜਾ ਰਹੇ ਹੋ ਦੇਸ਼ ਦੀ, ਜਿਹੜੇ ਦੇਸ਼ ਨੂੰ ਭਾਰਤ ਦੇਸ਼ ਕਹਿੰਦੇ, ਜਿਹੜੇ ਦੇਸ਼ ਨੂੰ ਭਾਰਤ ਦੇਸ਼ ਕਹਿੰਦੇ। ਲਓ ਰੰਗਲੇ ਪੰਜਾਬ ਦੀ ਰੰਗਲੀ ਖੇਡ ਖੇਡੀ ਜਾ ਰਹੀ ਹੈ, ਕਬੱਡੀ ਦਾ ਗੁਲਾਮ ਖਿੜਿਆ। ਲਓ ਕਹਿੰਦੇ ਵੀ ਫੜਿਆ ਗੁੱਟ ਛੜਾਇਆ ਗੁੱਟ ਤੇ ਪੁਆਇੰਟ ਜਿਹੜਾ ਕਹਿੰਦੇ ਵੀ ਚੁਗਾਵੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਨਾਲ ਹੀ ਸਾਡੇ ਸਤਿਕਾਰਯੋਗ ਹੈ ਸ੍ਰੀ ਜੋਗਿੰਦਰਪਾਲ ਜੈਨ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਕਿ ਸੰਦਲੀ ਸੰਦਲੀ ਪੈੜਾਂ ਦੇ ਕਿੰਨਾਂ ਦੀਆਂ ਲੱਗਦਾ ਉਹ ਆ ਗਏ ਨੇ ਸਾਨੂੰ ਉਡੀਕਾਂ ਸੀ ਜਿਨ੍ਹਾਂ ਦੀਆਂ, ਲੱਗਦਾ ਉਹ ਆ ਗਏ ਨੇ ਸਾਨੂੰ ਉਡੀਕਾਂ ਸੀ ਜਿਨ੍ਹਾਂ ਦੀਆਂ। ਸ਼ਿੰਦਾ ਕਬੱਡੀ ਖਿਡਾਰੀ ਸਟੇਜ ਤੇ ਲਾ ਕੇ ਆਵੇ, ਸ਼ਿੰਦਾ ਕਬੱਡੀ ਖਿਡਾਰੀ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਬੱਬੂ ਖੁਖਰਾਣੇ ਵਾਲਾ ਪੁਆਇੰਟ ਲੈ ਕੇ ਭੱਜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਸਾਹਮਣੇ ਨੌਜਵਾਨ ਗੱਭਰੂ ਨੇ ਅਗਲੀ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੇ, ਪਾਈ ਹੋਈ ਕਬੱਡੀ ਹੈ, ਨਾਲ ਹੀ ਸਾਡੇ
ਦਰਸ਼ਕਾਂ ਨੂੰ ਬੇਨਤੀ ਵੀ ਲਾਈਟਾਂ ਵਾਲੇ ਪੋਲਾਂ ਨੂੰ ਕੋਈ ਵੀ ਹੱਥ ਨਾ ਲਾਵੇ, ਜਗ ਪਈਆਂ ਜੀ ਲਾਈਟਾਂ ਚੈੱਕ ਹੋ ਚੁੱਕੀਆਂ, ਲਾਈਟਾਂ ਜਿਹੜੀਆਂ ਜਗ ਪਈਆਂ। ਬੜੀ ਮਿਹਰਬਾਨੀ ਹੈ, ਵੈਲਕਮ 60 ਜੀਰੇ ਵਾਲਿਆਂ ਦੀ ਬੁਲੰਦ ਆਵਾਜ਼ ਆ ਰਹੀ ਸਾਡੇ ਵੀ ਜਗਤਾਰ ਹੋਣਾ ਦੀ, ਬੜੀ ਪਿਆਰੀ ਸਾਊਂਡ ਹੈ, ਸਾਡੀ ਜ਼ਿੰਦਗੀ ਦੇ ਪਰਮ ਮਿੱਤਰ ਹੈ। ਇਸ ਲਈ ਜੱਸੇ ਦੀ ਕਬੱਡੀ ਹੈ ਤੇ ਬੂਟੇ ਨੇ ਡੱਕਣ ਦੀ ਕੋਸ਼ਿਸ਼ ਕੀਤੀ ਹੈ ਗੱਲ ਸਮੇਂ ਦੀ, ਤੇ ਮੁੰਡਾ ਪੁਆਇੰਟ ਲੈ ਕੇ ਭੱਜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਟੀਵੀ ਅਖਬਾਰਾਂ ਵਿੱਚ ਨਾ ਬੋਲਦਾ, ਇੱਕ ਪਿੰਡ ਨਹੀਂ ਥਾਂ ਥਾਂ ਬੋਲਦਾ, ਤੇ ਕਿਹਦਾ ਪੁੱਤ ਪੋਤਾ ਕਿਹੜਾ ਪਿੰਡ ਜੋਧਿਆ ਤੇ ਚੰਡਿਆ ਹੈ ਕਿਹੜੇ ਕੋਚ ਮਹਾਨ ਦਾ, ਪੁੱਤ ਜਿਹਨਾਂ ਮਾਮਾ ਦੇ ਕਬੱਡੀ ਖੇਡਦੇ ਤੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਵਾਧੂ ਪਲੇਅਰ ਜਿਹੜੇ ਬਹਿ ਜਾਣ ਇੱਕ ਸਾਈਡ ਤੇ ਹੋ ਕੇ, ਜਲਾਲਾਬਾਦ ਪਿੰਡ ਦਾ ਸਿੰਧੂ ਹੈ, ਦੇਵ ਦਿਆਲਪੁਰੇ ਵਾਲੇ ਨੇ ਵਿਸਲ ਮਾਰੀ ਵੀ ਪੁਆਇੰਟ ਜਿਹੜਾ ਇਸ ਵੇਲੇ ਜਾਫੀ ਦੇ ਹਿੱਸੇ ਜੁੜਦਾ ਹੋਇਆ ਫਾਈਨਲ ਮੈਚ ਖੇਡਿਆ ਜਾ ਰਿਹਾ ਖੇਡ ਕਬੱਡੀ। ਔਰ ਨਾਲ ਹੀ ਬੂਤੀਆਂ ਵਾਲੇ ਦੇ ਮੰਗਲ ਸਰਪੰਚ ਜੀ, ਉਹ ਬੂਟੇ ਦੇ ਲਈ 100 ਰੁਪਏ ਦੇ ਵੱਡੇ ਮਾਨ ਸਨਮਾਨ ਭੇਜਦੇ, ਆਪਾਂ ਧੰਨਵਾਦ ਕਰਦੇ ਹਾਂ। ਜਿਵੇਂ ਬੂਤੀਆਂ ਵਾਲੇ ਦੇ ਕਬੱਡੀ ਕੱਪ ਦੇ ਕਹਿੰਦੇ ਵੀ ਆਈ ਕਬੱਡੀ ਦਿੱਤੀ ਸੀ ਹਰਦਿਆਲ ਨੂੰ, ਤੇ ਔਰ 5 ਕਿਲੋ ਕਹਿੰਦੇ ਵੀ ਬਦਾਮ ਦਿੱਤੇ ਸੀ, ਨਾਲ ਇੱਕ ਦੇਸੀ ਘਿਓ ਦਾ ਟੀਨ ਵੀ ਦਿੱਤਾ ਸੀ ਬੂਟੇ ਦੇ ਲਈ, ਉਹੀ ਉਹ ਵੀਰ ਵੱਡੇ ਮਾਨ ਸਨਮਾਨ ਭੇਜ ਰਹੇ ਆ ਬੂਟੇ ਦੇ ਲਈ, ਆਪਾਂ ਧੰਨਵਾਦ ਕਰਦੇ ਹਾਂ। ਸਾਡੇ ਵੀਰ ਲਾਈਟਾਂ ਚੈੱਕ ਹੋ ਗਈਆਂ, ਬਲਜੀਤ ਭਾਈ ਜਗਦੀਆਂ ਸਾਰੀਆਂ ਲਾਈਟਾਂ। ਹਾਂਜੀ ਲਾਈਟਾਂ ਵਾਲਾ ਵੀਰ ਬਾਈ ਜਗਤਾਰ ਜੀ, ਸਾਡੇ ਬਾਈ ਬਲਜੀਤ ਗਿੱਲ ਜੀ, ਉਹਨਾਂ ਨੂੰ ਮਿਲੋ ਤੁਸੀਂ ਆ ਕੇ। ਸਾਡਾ ਬਾਈ ਨਿਰਮਲ ਢੇਰੀ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ, ਸਾਡੀ ਜ਼ਿੰਦਗੀ ਦਾ ਪਰਮ ਮਿੱਤਰ ਹੈ ਸਾਡਾ ਵੀਰ ਨੈਣਾ ਕਪੂਰਿਆਂ ਵਾਲਾ। ਉਹ ਵੀਰ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਨ ਦੇ ਕੇ ਗਏ ਨੇ, ਵੱਡੇ ਧੰਨਵਾਦ ਨੇ ਇਹਨਾਂ ਭਰਾਵਾਂ ਦੇ। ਬੂਟੇ ਦੇ ਲਈ ਮਾਨ ਸਨਮਾਨ ਭੇਜਿਆ ਸਾਡੇ ਅਮਨ ਬਰਾੜ ਜੀ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ। ਬੂਟਾ ਜਾਫੀ ਹੈ ਜੋ ਸੱਦਾ ਸਿੰਘ ਵਾਲੇ ਪਿੰਡ ਦਾ, ਉਹਦੇ ਲਈ ਮਾਨ ਸਨਮਾਨ ਭੇਜਿਆ ਸਾਡਾ ਵੀਰ ਅਮਨ ਬਰਾੜ ਲੱਗਿਆ ਨਾ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਾ ਇਸੇ ਲਈ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਤੇ ਇਸ ਮੈਚ ਦੇ ਵਿੱਚ ਅੰਮ੍ਰਿਤਪਾਲ ਕਿਹੜੀ ਟੀਮ ਜਿੱਤ ਗਈ ਹੈ? ਪੁਰਾਣੇ ਵਾਲਾ ਫਾਸਟ ਤੇ ਖੁਖਰਾਣਾ ਸੈਕਿੰਡ ਦੀ ਤਾੜੀਆਂ ਮਾਰ ਦਿਓ, 70 ਕਿਲੋ ਭਾਰ ਚੋਂ ਪੁਰਾਣੇ ਵਾਲਾ ਫਾਸਟ ਤੇ ਖੁਖਰਾਣਾ ਸੈਕਿੰਡ। ਮੇਰੀ ਬੇਨਤੀ ਹੈ ਇੰਦਗੜ੍ਹ ਤੇ ਸ਼ਕੂਰ ਆਓ ਜੀ ਸੈਂਟਰ ਲੈਣ ਤੇ, ਤਾਰੀ ਵੀਰੇ ਆ ਜਾਓ ਸੈਂਟਰ ਲੈਣ ਤੇ ਮੈਚ ਖੇਡਣਾ ਹੈ। ਇੰਦਗੜ੍ਹ ਤੇ ਸ਼ਕੂਰ ਦੋਨੋਂ ਟੀਮਾਂ ਸੈਂਟਰ ਲੈਣ ਤੇ ਆਣ, ਇੰਦਗੜ੍ਹ ਤੇ ਸ਼ਕੂਰ ਦੋਨੋਂ ਟੀਮਾਂ ਸੈਂਟਰ ਲੈਣ ਤੇ ਆ ਜਾਣ। ਇਸ ਤੋਂ ਬਾਅਦ ਮੇਰੀ ਬੇਨਤੀ ਹੈ ਟੀਮਾਂ ਜਿਹੜੀਆਂ ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਤੇ ਰਸੂਲਪੁਰ, ਇਹ ਜਿਹੜਾ ਲਾਸਟ ਮੈਚ ਹੈ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ। ਮੇਰੀ ਬੇਨਤੀ ਹੈ ਜੀਤੇ ਭਾਈ ਵਿਸਲ ਮਾਰ ਨੌਜਵਾਨ, 7:30-8 ਦਾ ਸਮਾਂ ਸਾਡੇ ਵੀਰ ਕਹਿੰਦੇ ਦੇਵ ਦਿਆਲਪੁਰਾ ਜੀ ਵਿਸਲ ਮਾਰੋ ਜਲਦੀ ਨਾਲ, ਸਮਾਂ ਬਹੁਤ ਘੱਟ ਹੈ, 7:30-8 ਪੁਆਇੰਟ ਦੇਣੇ ਹੈ, 7:30-8 ਪੁਆਇੰਟ ਦੇ ਉੱਤੇ ਜਾਣੇ ਆ ਵੀਰ ਜੀ। ਪਹਿਲਾਂ ਵੇਖ ਲਓ ਵੀ ਕਿੰਨਾ ਸਮਾਂ ਖਰਾਬ ਕੀਤਾ ਟੀਮਾਂ ਨੇ, ਹੁਣ ਤੁਸੀਂ ਸਾਡਾ ਜਿਹੜਾ ਸਹਿਯੋਗ ਦਿਓ। ਮੇਰੀ ਬੇਨਤੀ ਇੰਦਗੜ੍ਹ ਤੇ ਸ਼ਕੂਰ ਦੋਨੋਂ ਟੀਮਾਂ ਜਿਹੜੀਆਂ ਆਪਾਂ ਆਪਣੀਆਂ ਸਾਈਡਾਂ ਲੈ ਲੈਣ। ਸ਼ਕੂਰ ਦੀ ਟੀਮ ਇਸ ਵੇਲੇ ਚੜ੍ਹਦੇ ਵਾਲੇ ਪਾਸਿਆਂ ਖੋਸਾ ਵਾਲਿਆ ਤੇ ਲਹਿੰਦੇ ਵਾਲੇ ਪਾਸੇ ਟੀਮ ਇੰਦਗੜ੍ਹ ਦੀ ਹੈ। ਇਸ ਤੋਂ ਬਾਅਦ ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਤੇ ਰਸੂਲਪੁਰ ਦਾ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ। ਲਾਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਕਰਦਾ ਹੋਇਆ ਤਿਆਰੀ। ਹਿੰਦੇ ਹਿੰਦਾ ਜਲਦੀ ਤੋਂ ਜਲਦੀ ਇੱਥੇ ਪਹੁੰਚੇ, ਹਿੰਦਾ ਹਿੰਦਾ ਤੇ ਬਲਜੀਤ ਪ੍ਰਧਾਨ। ਅਮਰਤ ਤੂੰ ਬਾਹਰ ਕੁਰਸੀ ਤੇ ਬਹਿ ਕੇ ਨੰਬਰ ਲਿਖ ਲੈ।
लो सामने देखते हैं भी नौजवान इस वेले शकूर की धरती का कबड्डी पाउंदा होया खेड दे मैदान दे विच के जिम्मा दे विच जाके मुंडे मसल बनाउंदे ने देशां अते विदेशां दे विच धुम्मा पाउंदे ने चार चफेरे करदे देखे कई कमाल बई ते विच सटारा ना आउंदा ए मेहनत नाल बई विच सटारा ना आउंदा ए मेहनत नाल बई वाकई कहंदे भी मेहनतां दे नाल जिहड़ियां मंजिलां नसीब हुंदियां ने और मिथे होए इरादे मिलदे ने जिहड़े एब पूरे हुंदे आ मकसद पूरे हुंदे आ ते फिर सलामा करदी आ दुनिया लो सामने कहंदे भी ਗਿੱਲ ਨੌਜਵਾਨ ਇਸ ਵੇਲੇ ਲਾਹ ਤੱਕੜਾ ਜੱਫਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸਾਡੇ ਵੀਰ ਨੈਣਾ ਕਪੂਰਾਂ ਵਾਲਾ ਖੁਖਰਾਣੇ ਦੀ ਟੀਮ ਲਈ 200 ਰੁਪਏ ਦੇ ਰਿਹਾ ਖੁਖਰਾਣੇ ਵਾਲੇ ਪਲੇਅਰ ਟਰਾਲੀ ਵਾਲੀ ਸਟੇਜ ਤੋਂ 200 ਰੁਪਏ ਪ੍ਰਾਪਤ ਕਰ ਲੈਣ ਨੈਣਾ ਕਪੂਰਾਂ ਵਾਲਾ ਦੁਬਈ ਵਾਲਾ ਸਾਡਾ ਵੀਰ 200 ਰੁਪਏ ਭੇਜ ਰਿਹਾ ਖੁਖਰਾਣੇ ਦੀ ਟੀਮ ਦੇ ਲਈ ਔਰ ਸਾਡੇ ਵੀਰ ਪਰਮ ਗਿੱਲ ਜੀ ਮਨਜੀਤ ਗਿੱਲ ਹੋਣੀ ਬੈਠੇ ਨੇ ਕੈਨੇਡਾ ਦੇ ਵਿੱਚ ਮੁਬਾਰਕਬਾਦ ਦੇ ਰਹੇ ਨੇ ਬਾਹਰੋਂ ਜਿਹੜੇ ਫੋਨ ਕਰ ਰਹੇ ਨੇ ਉਹ ਵੀਰ ਮੁਬਾਰਕਬਾਦ ਦਿੱਤੀ ਜਾ ਰਹੀ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਨੂੰ ਪੁਰਾਣੇਵਾਲ ਦੀ ਨੂੰ ਔਰ ਹੋਰ ਵੀ ਸਾਡੇ ਐਨਆਰਏ ਵੀਰ ਕੋਈ ਯੂਐਸਏ ਤੋਂ ਫੋਨ ਕਰ ਰਿਹਾ ਹੈ ਕੋਈ ਇੰਗਲੈਂਡ ਤੋਂ ਫੋਨ ਕਰ ਰਿਹਾ ਹੈ ਮੇਰੇ ਵੀਰ ਸਾਡੇ ਦਰਮਿਆਨ ਸਾਡੇ ਐਮਐਲਏ ਸਾਹਿਬ ਸ੍ਰੀ ਜੋਗਿੰਦਰਪਾਲ ਜੀ ਜੈਨ ਆਏ ਨੇ ਉਹਨਾਂ ਨੂੰ ਸਾਡੇ ਐਨਆਰਏ ਵੀਰਾਂ ਵੱਲੋਂ ਜੀ ਆਇਆਂ ਆਖਿਆ ਜਾ ਰਿਹਾ ਸਾਰੀ ਸਪੋਰਟਸ ਕਲੱਬ ਵੱਲੋਂ ਸਾਰੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਬੈਠੀ ਹੈ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਨਗਰ ਵੱਲੋਂ ਜੀ ਆਇਆਂ ਆਖਿਆ ਜਾ ਰਿਹਾ ਇਹਨਾਂ ਸਾਰੀਆਂ ਮਾਣਯੋਗ ਸ਼ਖਸੀਅਤਾਂ ਨੂੰ ਵੱਡੇ ਧੰਨਵਾਦ ਨੇ ਲਓ ਦੇਖਦੇ ਆ ਵੀ ਸਾਹਮਣੇ ਨੌਜਵਾਨ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਧੋਨੀ ਸ਼ੂਸ਼ਕ ਦੀ ਧਰਤੀ ਦਾ ਇੰਦਗੜ ਦੀ ਤਰਫੋਂ ਕਬੱਡੀ ਪਾਉਂਦਾ ਹੋਇਆ ਔਰ ਪੁਆਇੰਟ ਜਿਹੜਾ ਇੰਦਗੜ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਇਸੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਸ਼ਕੂਰ ਵਾਲੇ ਗੱਭਰੂ ਨੇ ਕੀਤੀ ਹੈ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ ਕਿ ਰੱਬ ਵੱਲੋਂ ਬਖਸ਼ੀ ਹੋਈ ਦਾਤ ਹੁੰਦੀ ਹੈ ਤੇ ਹਿੰਮਤਾਂ ਨਾਲ ਮਿਲਦੀ ਸੌਗਾਤ ਹੁੰਦੀ ਹੈ ਜੋਰ ਤਾਂ ਹਰੇਕ ਪੂਰਾ ਲਾਉਂਦਾ ਜੋਧਿਆ ਪਰ ਔਖਾ ਮਿਲੇ ਰੁਤਬਾ ਨਿਰਾਲੀ ਸ਼ਾਨ ਦਾ ਪੁੱਤ ਜਿੰਨਾ ਮਾਮਾ ਦੇ ਕਬੱਡੀ ਖੇਡਦੇ ਤੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਬਈ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਇਸ ਵੇਲੇ ਕਬੱਡੀ ਪਾ ਦਿੱਤੀ ਨੌਜਵਾਨ ਗੱਭਰੂ ਨੇ ਖੇਡ ਦੇ ਮੈਦਾਨ ਦੇ ਵਿੱਚ ਨੈਣਾ ਕਪੂਰਾਂ ਵਾਲਾ ਸਾਡਾ ਵੀਰ ਉਹ ਮੇਰੇ ਕੋਲ ਆਵੇ ਖੁਖਰਾਣੇ ਵਾਲੇ ਵੀਰ ਜਿਹੜੇ ਆਪਣਾ ਮਾਨ ਸਨਮਾਨ ਲੈਣ ਆਏ ਨੇ ਇਸ ਵੇਲੇ ਸਾਹਮਣੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਗੋਗਵਾਣੀ ਪਿੰਡ ਹੈ ਉਹਦਾ ਨਾਂ ਹੈ ਮੇਰੇ ਵੀਰ ਗੱਭਰੂ ਨੇ ਧਾਵਾ ਬੋਲ ਦਿੱਤਾ ਹੈ ਅੱਜ ਇੰਦਗੜ ਦੀ ਟੀਮ ਵੱਲੋਂ ਕਬੱਡੀ ਪੈ ਰਹੀ ਹੈ ਖੁਸ਼ਾ ਬੜਾ ਸਿਫਤ ਕਰਨੀ ਇਸ ਵੇਲੇ ਪਾਈ ਹੋਈ ਨੌਜਵਾਨ ਗੱਭਰੂ ਦੀ ਕਬੱਡੀ ਦੀ ਲਓ ਸਾਹਮਣੇ ਕਹਿੰਦੇ ਵੀ ਇੰਦਗੜ ਦੀ ਤਰਫੋਂ ਨੌਜਵਾਨ ਇਸ ਵੇਲੇ ਗਗਨ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਹੈ ਹੁਣ 3 ਜਾਫੀ ਹੈ ਕੌਣ ਵੱਧ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਲਓ ਸਾਹਮਣੇ ਕਹਿੰਦੇ ਵੀ ਗਗਨ ਗੋਗੋਵਾਲੇ ਪਿੰਡ ਦਾ ਨੌਜਵਾਨ ਕਹਿੰਦੇ ਵੀ ਪੁਆਇੰਟ ਇੰਦਗੜ ਦੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਇੰਦਗੜ ਦੀ ਧਰਤੀ ਕਹਿੰਦੇ 11ਵੀਂ ਵਾਲੀ ਸੱਚੀ ਸਰਕਾਰ ਦੀ ਧਰਤੀ ਹੈ ਕਹਿੰਦੇ ਵੀ ਫਕਰਾਂ ਦੀ ਧਰਤੀ ਹੈ ਕਿ ਰੱਬ ਦਾ ਬੰਨਿਆ ਸੰਗਲਾਂ ਦੇ ਨਾਲ ਫਕਰ ਅੜ ਛੁਡਾਵੇ ਤੇ ਫਕਰ ਦਾ ਬੰਨਿਆ ਧਾਗੇ ਦੇ ਨਾਲ ਰੱਬ ਵੀ ਖੋਲ ਨਾ ਪਾਵੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ ਪਿੰਡ ਦੇ ਵਿੱਚ ਘਰਾਂ 'ਚ ਨਾ ਨਹਾਉਣ ਜਾਣ ਯਾਰ ਖਿਡਾਰੀ ਵੀਰ ਜਿਹੜੇ ਵੀ ਨਹਾਉਣ ਜਾਂਦੇ ਆ ਘਰਾਂ ਦੇ ਵਿੱਚ ਨਾ ਨਹਾਉਣ ਜਾਣ ਇੱਧਰ ਬਾਹਰ ਅਰੇਂਜਮੈਂਟ ਕੀਤਾ ਹੋਇਆ ਉੱਥੇ ਨਹਾਉਣ ਸਪੈਸ਼ਲ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਔਰ ਨਾਲ ਹੀ ਰਾਜ ਬਾਈ ਰਾਜ ਗਿੱਲ ਜੀ ਯੂਐਸਏ ਦੇ ਵਿੱਚ ਬੈਠੇ ਆ ਉਹ ਕਹਿੰਦੇ ਵੀ ਧੰਨਵਾਦ ਕਰਦੇ ਆ ਸ੍ਰੀ ਜੋਗਿੰਦਰਪਾਲ ਜੈਨ ਜੀ ਜੋ ਐਮਐਲਏ ਹਲਕਾ ਮੋਗਾ ਤੋਂ ਪੁੱਜੇ ਹੋਏ ਨੇ ਰਾਜ ਗਿੱਲ ਜੀ ਮੁਬਾਰਕਬਾਦ ਭੇਜ ਰਹੇ ਆ ਅਮਰੀਕਾ ਦੇ ਵਿੱਚ ਬੈਠੇ ਪੰਜਾਬ ਲਾਈਵ ਵਨ ਦੇ ਜ਼ਰੀਏ ਮੈਚਾਂ ਦਾ ਆਨੰਦ ਮਾਣ ਰਹੇ ਆ ਸਾਡੇ ਵੀਰ ਬਲਜੀਤ ਬਾਈ ਨੂੰ ਫੋਨ ਆਇਆ ਪ੍ਰਧਾਨ ਸਾਹਿਬ ਨੂੰ ਵੀ ਰਾਜ ਗਿੱਲ ਜੀ ਅਮਰੀਕਾ ਦੇ ਵਿੱਚ ਬੈਠੇ ਆ ਤੇ ਧੰਨਵਾਦ ਕਰਦੇ ਐਮਐਲਏ ਸਾਹਿਬ ਦਾ ਇੱਥੇ ਪੁੱਜਣ ਦੇ ਨਾਲ ਇਲਾਕੇ ਨੂੰ ਮੁਬਾਰਕਬਾਦ ਭੇਜਦੇ ਇਸ ਕਬੱਡੀ ਕੱਪ ਦੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਰਾਜ ਗਿੱਲ ਜੀ ਯੂਐਸ ਦੇ ਵਿੱਚ ਬੈਠੇ ਸਾਡੇ ਸਤਿਕਾਰਯੋਗ ਵੀਰ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਉਹਨਾਂ ਦਾ ਲਓ ਸਾਹਮਣੇ ਪਾਈ ਹੋਈ ਕਬੱਡੀ ਜੋੜ ਕੋਕਰੀ ਪਿੰਡ ਦਾ ਹਰਦੀਪ ਸਿੰਘ ਸਿਫਤ ਕਰੇਗਾ ਇਸ ਨੌਜਵਾਨ ਖਿਡਾਰੀ ਦੀ
ਲਾ ਇਸੇ ਲਈ ਸਾਹਮਣੇ ਨੌਜਵਾਨ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ। ਇੰਦਗੜ੍ਹ ਪਿੰਡ ਕਹਿੰਦੇ ਫਕਰਾਂ ਦੀ ਧਰਤੀ ਹੈ, ਫਕੀਰਾਂ ਦੀ ਧਰਤੀ ਹੈ ਮੇਰੇ ਵੀਰੋ, ਖਿਡਾਰੀਆਂ ਦਾ ਪਿੰਡ ਹੈ। ਜਾਫੀ ਨੇ ਕੋਸ਼ਿਸ਼ ਕੀਤੀ ਹੈ ਤੇ ਇਸੇ ਲਈ ਗੁਰਦੇਵ ਸਿੰਘ ਦੇਵ ਦਿਆਲਪੁਰੇ ਦੀ ਧਰਤੀ ਦਾ ਵਿਸਲ ਮਾਰਦਾ ਹੈ ਵੀ ਪੁਆਇੰਟ ਜਿਹੜਾ ਸ਼ਕੂਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਗੋਗਵਾਣੀ ਪਿੰਡ ਦਾ ਗਗਨਦੀਪ ਸਿੰਘ ਇਸੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ। ਤਾਂ ਸਾਡੇ ਵੀਰ ਚੁਗਾਵੇ ਵਾਲੇ ਦੀਪ ਨੇ ਵੀ ਬੜਾ ਸੋਹਣਾ ਲਿਖਿਆ ਕਿ ਪੈਰਾਮਾਊਂਟ ਬਣ ਗਈ ਪੁਰਾਣੇ ਵਾਲੇ ਪਿੰਡ ਵਿੱਚ ਮੋਗੇ ਵੇਲੇ ਜ਼ਿਲ੍ਹੇ ਵਿੱਚ ਨਾ ਟੌਪ ਤੇ ਲਿਆਉਣਾ ਏ, ਮੰਨਾ ਤੇ ਪਰਮਗਿੱਲ ਕਰਦੇ ਸਪੋਰਟ ਪੂਰੀ, ਆਮ ਜੇ ਖਿਡਾਰੀਆਂ ਨੂੰ ਵੀ ਸਟਾਰ ਬਣਾਉਣਾ ਏ, ਦੀਪ ਚੁਗਾਵੇ ਅਸੀਂ ਰੱਬ ਨਾਲ ਭੁਲਾਉਣਾ ਏ, ਦੀਪ ਚੁਗਾਵੇ ਅਸੀਂ ਰੱਬ ਨਾਲ ਭੁਲਾਉਣਾ ਏ। ਲਓ ਇਸ ਵੇਲੇ ਮੈਚ ਜਿਹੜਾ ਸਮਾਪਤ ਹੋ ਚੁੱਕਾ ਹੈ ਤੇ ਦੱਸੀ ਵੀਰ ਟੀਮ ਜਿਹੜੀ ਕੌਣ ਜੇਤੂ ਹੈ ਇਸ ਮੈਚ ਦੇ ਵਿੱਚੋਂ? ਇੰਦਗੜ੍ਹ ਵਿਨਰ ਰਹੀ ਹੈ, ਮੇਰੇ ਪ੍ਰਬੰਧਕ ਵੀ ਨੋਟ ਕਰ ਲੈਣ, ਸਾਡੇ ਵੀਰ ਬਿੰਦੂਆਣੀ ਸਾਡੇ ਵੀਰ ਬਿੰਦੂਆਣੀ ਵੀਰ ਜਿਹੜੇ ਨੋਟ ਕਰ ਲੈਣ, ਇੰਦਗੜ੍ਹ ਦੀ ਟੀਮ ਜਿਹੜੀ ਵਿਨਰ ਰਹੀ ਹੈ। ਸਾਰੀ ਸਪੋਰਟਸ ਕਲੱਬ ਨੂੰ ਮੁਬਾਰਕਬਾਦ ਹੈ ਮੇਰੇ ਵੀਰ। ਸਰਦਾਰ ਬਲਜੀਤ ਸਿੰਘ ਜੀ ਗਿੱਲ ਪ੍ਰਧਾਨ ਨੇ, ਸਰਦਾਰ ਲਛਮਣ ਸਿੰਘ ਜੀ ਗਿੱਲ ਹੋਣੀ, ਸਰਦਾਰ ਵਜੀਰ ਸਿੰਘ ਜੀ ਜਾਲ, ਸਾਡੇ ਭਾਈ ਅਵਤਾਰ ਧਾਰੀ ਹੋਣੀ, ਨਾਲ ਸਾਡੇ ਜਗਰੂਪ ਸਿੰਘ ਜੀ ਗਿੱਲ ਹੋਣੀ, ਸਰਦਾਰ ਜੀਤ ਸਿੰਘ ਜੀ, ਨਾਲ ਸਾਰੇ ਜਿਹੜੇ ਸੱਜਣਾਂ ਦਾ ਧੰਨਵਾਦ ਹੈ। ਸਾਰੀ ਸਪੋਰਟਸ ਕਲੱਬ ਵੱਲੋਂ ਪੁੱਜੇ ਸਾਰੇ ਰੱਬ ਵਰਗੇ ਦਰਸ਼ਕ ਵੀਰਾਂ ਦਾ ਧੰਨਵਾਦ। ਆਰ ਸਟੇਜ ਦੇ ਉੱਪਰ ਜਿੰਨੀਆਂ ਵੀ VIP ਸ਼ਖਸੀਅਤਾਂ ਬੈਠੀਆਂ ਹੈ, ਸਾਰੇ ਹੀ ਸਤਿਕਾਰਯੋਗ ਚਿਹਰਿਆਂ ਦਾ ਵੱਡਾ ਜਿਹੜਾ ਧੰਨਵਾਦ ਹੈ ਮੇਰੇ ਵੀਰ। ਵੱਡੇ ਜਿਹੜੇ ਧੰਨਵਾਦ ਨੇ ਸਾਰੇ ਇਹਨਾਂ ਸਤਿਕਾਰਯੋਗ ਵੀਰਾਂ ਦੇ ਜਿਨ੍ਹਾਂ ਨੇ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਦੇ ਵਿੱਚ ਜਿਹੜੇ ਵੱਡੇ ਮਾਇਆ ਦੇ ਗੱਫੇ ਦੇ ਕੇ ਨਵਾਜਿਆ ਹੈ। ਸਮਾਂ ਜਿਹੜਾ ਇਸ ਵੇਲੇ ਆਪਾਂ ਦੱਸਾਂਗੇ ਵੀ ਕਿੰਨਾ ਦਿੱਤਾ ਜਾਣਾ ਹੈ। ਇੰਦਗੜ੍ਹ ਤੇ ਰਸੂਲਪੁਰ ਦਾ ਮੈਚ ਹੈ, 7:30 ਤੇ 8 ਪੁਆਇੰਟ ਹੈ ਜੀ। ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਤੇ ਰਸੂਲਪੁਰ, ਸਾਢੇ ਅੱਠ ਤੇ ਨੌ ਜਿਹੜੇ ਪੁਆਇੰਟ ਨੇ ਬਗੀਚੇ, ਜਲਦੀ ਨਾਲ ਸਾਈਡਾਂ ਲੈ ਲਓ ਵੀਰੇ। ਹਿੰਦੇ ਆਪਾਂ ਅਗਲੀਆਂ ਟਾਈਆਂ ਜਿਹੜੀਆਂ ਮੁਕੰਮਲ ਕਰੀਏ, ਮੇਰੀ ਬੇਨਤੀ ਹੈ 8:30 ਤੇ ਜਿਹੜੇ 9 ਪੁਆਇੰਟ ਦੇ ਉੱਤੇ ਜਾਣੇ ਹੈ, ਇੱਕ ਇੱਕ ਪਲੇਅਰ ਲਾਗੇ ਆ ਜਾਵੇ। ਜਿਹੜੀਆਂ ਵਿਨਰ ਟੀਮਾਂ ਨੇ ਅਸੀਂ ਟਾਈਆਂ ਜਿਹੜੀਆਂ ਤਿਆਰ ਕਰ ਲਈਆਂ, ਪਰਚੀਆਂ ਤਿਆਰ ਹੋ ਚੁੱਕੀਆਂ, ਬਾਅਦ ਚ ਕੋਈ ਇਤਰਾਜ਼ ਨਾ ਕਰੇ। ਬੇਨਤੀ ਹੈ ਵੀ ਇੱਕ ਇੱਕ ਪਲੇਅਰ ਜਿਹੜਾ ਲਾਗੇ ਆ ਜਾਵੇ। ਇੰਦਗੜ੍ਹੀਆ ਬਗੀਚਾ ਜਿੰਨੇ ਜੱਫੇ ਲਾਵੇਗਾ ਲੰਘਿਆਣੀਆਂ, ਅਮਨ ਸਾਡਾ ਵੀਰ ਉਹ ਕਹਿੰਦਾ ਵੀ ਉਹਨੇ ਜਿਹੜੇ 100-100 ਦੇ ਨੋਟ ਦੇਵਾਂਗੇ। ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਜਿਹੜਾ ਮੈਚ ਬੜਾ ਤਕੜਾ ਖੇਡਿਆ ਜਾਣਾ ਹੈ, ਜਿੱਤੀਆਂ ਟੀਮਾਂ ਦਾ ਇੱਕ ਇੱਕ ਪਲੇਅਰ ਆ ਜਾਵੇ ਬਾਈ ਜੀ। ਹੁਣ ਟਾਈਆਂ ਕੱਟਣੀਆਂ 5 ਮਿੰਟ ਤੱਕ ਗਰਾਊਂਡ ਦੇ ਵਿੱਚ, ਜਿੱਤੀਆਂ ਹੋਈਆਂ ਟੀਮਾਂ ਦਾ ਇੱਕ ਇੱਕ ਮੈਂਬਰ ਗਰਾਊਂਡ ਦੇ ਵਿੱਚ ਆ ਜਾਵੇ, ਟਾਈਆਂ ਕੱਢਣੀਆਂ, ਫੇਰ ਨਾਤਰਾਜ ਕਰਿਓ। ਹਾਂਜੀ, ਸਾਡੀ ਬੇਨਤੀ ਹੈ ਵੀ ਇੱਕ ਇੱਕ ਪਲੇਅਰ ਪਹਿਲਾਂ ਹੀ ਕਿਰਪਾ ਕਰਕੇ ਆ ਜਾਵੇ, ਬਾਅਦ ਦੇ ਵਿੱਚ ਜਿਹੜੇ ਤੁਸੀਂ ਸ਼ਿਕਵੇ ਸ਼ਿਕਾਇਤਾਂ ਕਰਦੇ ਹੋ, ਮੇਰੀ ਬੇਨਤੀ ਹੈ ਪਹਿਲਾਂ ਇੱਕ ਇੱਕ ਪਲੇਅਰ ਸਾਡੇ ਵੀਰਾਂ ਨੇ ਅਨਾਊਂਸ ਕੀਤਾ ਵੀ ਉਹ ਕਿਰਪਾ ਕਰਕੇ ਆ ਜਾਵੇ। ਇੱਕ ਇੱਕ ਪਲੇਅਰ ਲਓ ਸਾਹਮਣੇ, ਇੰਦਗੜ੍ਹ ਦੀ ਬਗੀਚਾ ਜਿੰਨੇ ਵੀ ਜੱਫੇ ਲਾਵੇਗਾ ਉਹਨੇ 100-100 ਰੁਪਏ ਬਾਈ ਅਮਨ ਵੱਲੋਂ ਦਿੱਤੇ ਜਾਣੇ ਹੈ। ਲਓ ਇਸੇ ਲਈ ਸਾਹਮਣੇ 4 ਸਟਾਪਰ ਹੈ, ਓਪਨ ਕਬੱਡੀ ਦੇ ਜਿਹੜੇ ਮੈਚ ਖੇਡੇ ਜਾ ਰਹੇ ਹੈ। ਔਰ ਮੇਰੇ ਵੀਰੋ, ਜਿੱਥੇ ਸਰਦਾਰ ਸਵਰਗਵਾਸੀ ਜਗਮੋਹਨ ਸਿੰਘ ਜੀ ਗਿੱਲ ਅਮਰੀਕਾ ਵਾਲੇ, ਸਾਡੇ ਵੀ ਥਾਣੇ ਗਿੱਲ ਹੋਣੀ, ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ 51,000 ਰੁਪਇਆ ਓਪਨ ਕਬੱਡੀ ਦਾ ਫਸਟ ਪ੍ਰਾਈਜ਼ ਦਿੱਤਾ ਜਾਣਾ ਹੈ, ਤੇ ਸੈਕਿੰਡ ਪ੍ਰਾਈਜ਼ ਸਾਡੇ ਵੀਰ ਗੁਰਮੀਤ ਸਿੰਘ ਜੀ ਜਾਲ ਤੇ ਗੁਰਵਿੰਦਰ ਸਿੰਘ ਜੀ ਸੰਧੂ, ਨਾਲ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਲਾਡੀ ਹੋਣੀ ਬੈਠੇ ਨੇ, ਵਿਸ਼ਾਲ ਭਾਰਤ ਟਰਾਂਸਪੋਰਟ ਦੁਬਈ ਵਾਲੇ, ਇਹਨਾਂ ਵੀਰਾਂ ਨੇ ਜਿਹੜਾ 31,000 ਰੁਪਏ ਦੇਣਾ ਕਬੱਡੀ ਓਪਨ ਦਾ। ਔਰ ਮਨਦੀਪ ਸਿੰਘ ਜੀ ਗਿੱਲ ਆਸਟ੍ਰੇਲੀਆ ਤੇ ਪੁੱਤਰ ਸਰਦਾਰ ਸੁਖਵੰਦਰ ਸਿੰਘ ਜੀ ਖਾਲਸਾ, ਇਹਨਾਂ ਵੱਲੋਂ 70 ਕਿਲੋ ਭਾਰ ਦਾ ਜਿਹੜਾ ਫਸਟ ਪ੍ਰਾਈਜ਼ 21,000 ਰੁਪਏ ਦਿੱਤਾ ਜਾਣਾ ਹੈ। ਸਰਦਾਰ ਹਰਦਿਆਲ ਸਿੰਘ ਜੀ ਗਿੱਲ ਪ੍ਰਧਾਨ ਜਗਤ ਸੇਵਕ ਗਰਲਜ਼ ਕਾਲਜ ਦੇ, ਇਹਨਾਂ ਵੱਲੋਂ ਸੈਕਿੰਡ ਪ੍ਰਾਈਜ਼ ਕਬੱਡੀ 70 ਕਿਲੋ ਭਾਰ ਦਾ
16,000 ਰੁਪਏ ਦਿੱਤਾ ਜਾਣਾ ਹੈ। ਔਰ ਸਰਗਵਾਸੀ ਜੀਤ ਸਿੰਘ ਦੀ ਗਿੱਲ ਤੇ ਇਸ ਪੁੱਤਰ ਸਰਗਵਾਸੀ ਸਰਦਾਰ ਸੇਵਾ ਸਿੰਘ ਦੀ ਗਿੱਲ, ਸੁਖਜਿੰਦਰ ਸਿੰਘ ਦੀ ਗਿੱਲ ਹੋਣੀ USA ਵਾਲੇ ਸਾਡੇ ਵੀਰ, ਔਰ ਲਕਸ਼ਮਣ ਸਿੰਘ ਦੀ ਗਿੱਲ ਹੋਣੀ, ਗੁਰਜਾਤ ਸਿੰਘ ਦੀ ਗਿੱਲ ਹੋਣੀ, ਨਿਰਮਲ ਸਿੰਘ ਦੀ ਗਿੱਲ ਕੈਨੇਡਾ ਵਾਲੇ, ਇਹਨਾਂ ਵੀਰਾਂ ਨੇ ਜਿਹੜਾ 60 ਕਿਲੋ ਭਾਰ ਦੇ ਦੋਨੋਂ ਪ੍ਰਾਈਜ਼ ਦਿੱਤੇ ਹੈ। ਵੱਡਾ ਧੰਨਵਾਦ ਇਹਨਾਂ ਸਾਰੇ ਦਾਨੀ ਸੱਜਣ ਵੀਰਾਂ ਦਾ, ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਪਿੰਡ ਮਾਣੇਵਾਲ ਦੀ ਤਰਫੋਂ ਵੱਡੇ ਜਿਹੜੇ ਧੰਨਵਾਦ ਨੇ ਮੇਰੇ ਵੀਰੋ, ਸਾਡੇ ਵੀਰ ਪਰਮ ਗਿੱਲ ਹੋਣੀ, ਹੋਰ ਵੀ ਜਿਹੜੀਆਂ ਬੜੀਆਂ ਸਤਿਕਾਰਯੋਗ ਸ਼ਖਸੀਅਤ ਨੇ ਇਸ ਨਗਰ ਦੀਆਂ, ਕੋਈ ਜਾ ਵਸਿਆ USA, ਕੋਈ ਜਾ ਵਸਿਆ ਕੈਨੇਡਾ, ਤੇ ਕੋਈ ਬੈਠਾ ਮੇਰੇ ਵੀਰੋ ਇੰਗਲੈਂਡ ਦੇ ਵਿੱਚ, ਕੱਲੀ ਕੱਲੀ ਕਬੱਡੀ ਦਾ ਸਵਾਦ ਲਿਆ ਜਾ ਰਿਹਾ ਹੈ PunjabLiveOne.com ਦੇ ਜ਼ਰੀਏ। ਹਰਦੀਪ ਟਾਈਆਂ ਕੱਢਣ ਲੱਗੇ ਆ, ਅਸੀਂ ਅਨਾਉਂਸ ਪਹਿਲਾਂ ਵੀ ਕਰ ਚੁੱਕੇ ਆ, ਜੇਤੂ ਟੀਮਾਂ ਦਾ ਇੱਕ ਇੱਕ ਮੈਂਬਰ ਗਰਾਊਂਡ ਦੇ ਵਿੱਚ ਆ ਜਾਵੇ, ਫਿਰ ਅਸੀਂ ਕੋਈ ਇਤਰਾਜ਼ ਸੁਣਨਾ ਵੀ ਬਣ ਕੇ ਇੱਕ ਇੱਕ ਪਲੇਅਰ ਜਿਹੜਾ ਲਾਗੇ ਆ ਜਾਵੇ, ਸਾਡੀ ਬੇਨਤੀ ਹੈ। ਲਓ ਸਾਹਮਣੇ ਦੇਖਦੇ ਆ ਵੀ ਨੌਜਵਾਨ ਦਾ ਨਾਮ, ਕਹਿੰਦੇ ਵੀ ਭੀਮ ਆ ਪਿੰਡ ਮੂਮ ਹੈ। ਲਓ ਸਾਹਮਣੇ ਕਹਿੰਦੇ ਵੀ ਭੀਮ ਦੀ ਪਾਈ ਹੋਈ ਕਬੱਡੀ ਖੇਡਦੇ ਮੈਦਾਨ ਦੇ ਵਿੱਚ ਹੈ। ਹੁਣ ਚਾਰ ਜਾਸੀਆਂ ਦੇ ਵਿੱਚੋਂ ਕੌਣ ਵੱਧ ਕੇ ਬੱਲੇ ਬੱਲੇ ਕਰਵਾਊ? ਇੱਕ ਪਾਸੇ ਕਹਿੰਦੇ ਵੀ ਇੰਦਗੜ ਦੀ ਟੀਮ ਸਾਡੇ ਵੀਰ, ਕਹਿੰਦੇ ਵੀ ਥਾਣੇ ਦੇ ਨਾਨਕਿਆਂ ਦਾ ਪਿੰਡ ਹੈ ਇੰਦਗੜ। ਲਓ ਸਾਹਮਣੇ ਨੌਜਵਾਨ ਕਹਿੰਦੇ ਭੀਮ ਕਬੱਡੀ ਪਾ ਰਿਹਾ, ਔਰ ਦੇਖਾਂਗੇ ਵੀ ਪੁਆਇੰਟ ਇੰਦਗੜ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡਦੇ ਮੈਦਾਨ ਦੇ ਵਿੱਚ। ਲਓ ਜੇ ਇੰਦਗੜੀਆ ਬਗੀਚਾ ਜਾਫਾ ਲਾਵੇਗਾ ਤੇ 100 ਰੁਪਇਆ ਸਾਡੇ ਵੀਰ ਅਮਨ ਵੱਲੋਂ ਦਿੱਤਾ ਜਾਣਾ ਹੈ। ਲਓ ਸਾਹਮਣੇ ਪਿੰਦੇ ਦੀ ਪਾਈ ਹੋਈ ਕਬੱਡੀ, ਕਹਿੰਦੇ ਵੀ ਰਸੂਲਪੁਰ ਪਿੰਡ ਸਰਦਾਰਾਂ ਦਾ ਪਿੰਡ ਹੈ। ਹੁਣ ਚਾਰ ਜਾਫੀ ਹੈ, ਇੱਕ ਪਾਸੇ ਕਹਿੰਦੇ ਵੀ ਨੌਜਵਾਨ ਲਓ ਛੇਤਰ ਇਸ ਵੇਲੇ ਕਰਦਾ ਹੋਇਆ ਕੋਸ਼ਿਸ਼, ਇਹ ਵੀ ਨੌਜਵਾਨ ਕਹਿੰਦੇ ਬਗੀਚੇ ਕੇ ਲਾਉਣੇ ਦੇ ਵਿੱਚੋਂ ਹੈ, ਚਾਚੇ ਤਾਇਆਂ ਦੇ ਪੁੱਤ ਕਬੱਡੀ ਖੇਡਦੇ ਹੈ ਤੇ ਹੁਣ ਅਗਲੀ ਕਬੱਡੀ ਭੀਮ ਪਾਵੇਗਾ ਖੇਡਦੇ ਮੈਦਾਨ ਦੇ ਵਿੱਚ। ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਕਰਦਾ ਹੋਇਆ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ, ਕਿ ਖੇਡ ਕੇ ਜੋ ਮੱਲਾ ਮਾਰਦੇ ਨੇ ਵੱਡੀਆਂ, ਮੋਟਰਸਾਈਕਲ ਕਈਆਂ ਨੂੰ ਮਿਲਣ ਗੱਡੀਆਂ ਤੇ ਘਿਓ ਦੇ ਪੀਪੇ ਜਿੱਤ ਦੇ ਕੇ LCD-ਆਂ ਤੇ ਮੁੱਲ ਪੈਂਦਾ ਜੋ ਦਿਆ ਸਾਂਭੀ ਜਾਣ ਦਾ ਪੁੱਤ ਜਿੰਨਾ ਮਾਵਾਂ ਦੀ ਕਬੱਡੀ ਖੇਡਦੇ, ਤੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਵੀ ਪੁੱਤ ਜਿੰਨਾ ਮਾਵਾਂ ਦੀ ਕਬੱਡੀ ਖੇਡਦੇ, ਜਿੰਨਾ ਮਾਵਾਂ ਦੇ ਪੁੱਤ ਕਬੱਡੀ ਖੇਡਦੇ ਹੈ ਮੇਰੇ ਵੀਰੋ, ਨਾ ਸਾਰੇ ਖਾਨਦਾਨ ਦਾ ਜਿਹੜਾ ਨਾਂ ਉੱਚਾ ਹੋ ਜਾਂਦਾ ਹੈ। ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਟੇਟਰ ਦਾ, ਅਗਲੀ ਕਬੱਡੀ ਕਹਿੰਦੇ ਰਸੂਲਪੁਰ ਪਿੰਡ ਦੇ ਸ਼ੀਰੇ ਦੀ ਹੈ, ਕਾਲੂ ਦੀ ਦੁਨੀਆ ਮਰੀਦ ਹੈ, ਤੇ ਆਹ ਗੱਭਰੂ ਵੀ ਖੁਸ਼ਾ ਵਾਲਾ ਕਹਿੰਦੇ ਕਾਕੇ ਫਤਿਹਗੜ੍ਹੀ ਦੀ ਟੀਮ ਦੇ ਲਈ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਤੇ। ਲਓ ਸਾਹਮਣੇ ਪਾਈ ਹੋਈ ਕਬੱਡੀ ਹੈ, ਸ਼ੀੜੀਆਂ ਮਾਵਾਂ ਦੇ ਬੱਬਰ ਸ਼ੇਰ ਪੁੱਤਾਂ ਦੀ ਗੱਲ ਹੈ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ, ਸ਼ੇਰ ਨਹੀਂ ਕਰ ਸਕਦੀ ਹੈ ਸ਼ੇਰ ਪੈਦਾ, ਜਿਹੜੀ ਜ਼ਮੀਨ ਦੇ ਵਿੱਚ ਹੁੰਦੀ ਗਿੱਲ ਪੂਰੀ ਤੇ ਫਸਲ ਹੁੰਦੀ ਹੈ ਉਹਦੇ ਵਿੱਚ ਢੇਰ ਪੈਦਾ, ਜਿਨ੍ਹਾਂ ਮਾਪਿਆਂ ਨੇ ਕੀਤੀ ਹੋਵੇ ਤਪੱਸਿਆ ਤੇ ਘਰ ਉਹਨਾਂ ਦੇ ਹੁੰਦਾ ਹੈ, ਪੁੱਤ ਪਲੇਅਰ ਪੈਦਾ, ਜਿਨ੍ਹਾਂ ਮਾਪਿਆਂ ਨੇ ਕੀਤੀ ਹੋਵੇ ਤਪੱਸਿਆ ਤੇ ਘਰ ਉਹਨਾਂ ਦੇ ਹੁੰਦਾ ਪੁੱਤ ਪਲੇਅਰ ਪੈਦਾ। ਇਸ ਵੇਲੇ ਪੁਆਇੰਟ ਮੇਰੇ ਵੀਰੋ ਬਿਲਕੁਲ ਜਿਹੜਾ ਦੱਸਿਓ ਜੀ ਪੁਆਇੰਟ ਕਿੱਧਰ ਹੈ, ਪੁਆਇੰਟ ਜਿਹੜਾ ਸਟਾਪਰ ਦਾ। ਲਓ ਸਾਹਮਣੇ ਦੇਖਾਂਗੇ ਵੀ ਨੌਜਵਾਨ ਇਸ ਵੇਲੇ ਨਿੰਦਰ ਨਿੰਦੂ ਇੰਦਗੜ ਦੀ ਧਰਤੀ ਦਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ, ਗੁਰੂ ਮਹਾਰਾਜ ਦੀ ਬਖਸ਼ੀ, ਕਹਿੰਦੇ ਵੀ ਸਿੱਖੀ ਵੀ ਕਾਇਮ ਹੈ। ਲਓ ਸਾਹਮਣੇ ਕਹਿੰਦੇ ਵੀ ਮੁੰਡਾ ਖਿਡਾਰੀ ਸਿਰੇ ਦਾ ਹੈ ਕਿ ਬਾਜਾਂ ਵਾਲਿਆ ਆਨੰਦਪੁਰ ਛੱਡ ਦਿੱਤਾ, ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ, ਖੂਨ ਡੋਲਿਆ ਬੜਾ ਇਸ ਕੌਮ ਲਈ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ, ਚਾਰ ਪੁੱਤ ਬਖਸ਼ੇ ਪਰਮਾਤਮਾ ਨੇ ਉਹ ਵੀ ਵਾਰ ਦਿੱਤੇ, ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ, ਫਿਰ ਮਾਛੀ ਵਾੜੇ ਜੰਗਲਾਂ ਵਿੱਚ ਆੜ ਸੁੱਤਾ, ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ, ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ। ਜਿਹੜਾ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ, ਪਿੰਡਾਂ ਨਾਮ ਹੈ ਰਸੂਲਪੁਰ ਪਿੰਡ, ਕਹਿੰਦੇ ਜਗਰਾਓ ਦਾ ਏਰੀਆ, ਜ਼ਿਲ੍ਹਾ ਲੁਧਿਆਣਾ। ਲਓ ਸਾਹਮਣੇ ਦੇਖਦੇ ਵੀ ਪਿੰਡੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਹੈ, ਦੋ ਨੰਬਰ ਦੇ ਕਹਿੰਦੇ ਮਾਪਿਆਂ ਦਾ ਕੱਲਾ ਕਾਰਾ ਪੁੱਤ ਹੈ, ਬਗੀਚਾ
ਚੰਡੀਗੜ੍ਹ ਦੀ ਧਰਤੀ ਦਾ। ਲਓ ਸਾਹਮਣੇ ਹੁਣ ਦੇਖਾਂਗੇ ਕੌਣ ਜੱਫਾ ਲਾ ਕੇ ਪੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ। ਲਓ ਸਾਧੂ ਸਿੰਘ ਬਰਾੜ ਦਾ ਚੇਲਾ ਕਹਿੰਦੇ ਕਰਦਾ ਕੋਸ਼ਿਸ਼, ਸੋਨਾ ਨੱਥੋ ਕੇ ਪਿੰਡ ਦਾ ਪਰ ਪੁਆਇੰਟ ਪੈਂਦਾ ਰਸੂਲਪੁਰੀ ਅਮਰੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਸਾਡੇ ਵੀਰ ਕੋਕੇ ਇਲੈਕਟ੍ਰੋਨਿਕਸ ਢੁੱਡੀਆਂ ਵਾਲੇ 7/7/1970 ਤੋਂ ਜਿਹੜੇ ਪੁਰਾਣੇ ਤਜਰਬੇਕਾਰ ਨੇ ਬੁਲਟ ਬੇਸ ਦੇ ਜਿਹੜੇ ਸਪੈਸ਼ਲਿਸਟ ਨੇ ਉਹ ਵੀਰ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਦੇ ਰਹੇ ਨੇ। ਔਰ ਨਾਲ ਹੀ ਜਿਹੜੇ ਜਿਹੜੀ ਟੀਮ ਜਿੱਤ ਗਈ ਉਹਦੇ ਲਈ 500 ਰੁਪਈਆ ਨਾ ਵੀਰਾਂ ਨੇ ਦੇਣਾ ਹੈ। ਔਰ ਨਾਲ ਹੀ ਜਿਹੜੀ ਅਗਲੇ ਰਾਊਂਡ ਦੀਆਂ ਟਾਈਆਂ ਨਿਕਲ ਚੁੱਕੀਆਂ, ਇੰਦਗੜ੍ਹ ਤੇ ਗਗੜੇ ਦਾ ਮੈਚ ਹੋਣਾ ਹੈ, ਕਿਸ਼ਨਪੁਰਾ ਤੇ ਪੁਰਾਣੇ ਵਾਲਾ ਪਿੰਡਰ ਇਹਨਾਂ ਚੋਂ ਜੇਤੂ ਨਾਲ ਖੇਡੇਗੀ। ਔਰ ਭਲੂਰ ਨੂੰ ਪਾਈ ਹੈ, ਇਹ ਟੀਮਾਂ ਜਿਹੜੀਆਂ ਨੋਟ ਕਰ ਲੈਣ। ਉਸ ਸੀਜ਼ਨ ਦੇ ਵਿੱਚ ਕਹਿੰਦੇ ਵੀ 3 ਮੋਟਰਸਾਈਕਲ ਜਿੱਤੇ ਆ ਰਸੂਲਪੁਰ ਪਿੰਡ ਦੇ ਪਿੰਦੇ ਨੇ, ਸਾਹਮਣੇ ਕਬੱਡੀ ਪੈਂਦੀ ਹੈ ਤੇ ਦੁਨੀਆ ਵੇਖਦੀ ਹੈ। ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਓਂ ਦੀ ਧਰਤੀ ਹੈ, ਸਰਦਾਰਾਂ ਦਾ ਪਿੰਡ ਹੈ ਰਸੂਲਪੁਰ। ਕਹਿੰਦੇ ਵੀ ਕਾਲੂ ਦੀ ਦੁਨੀਆ ਮਰੀਦ ਹੈ ਤੇ ਉਸ ਪਿੰਡ ਦੇ ਰਾਈਟਰ ਵੀ ਬੜੇ ਸੋਹਣੇ ਹੈ। ਇੱਕ ਵੀਰ ਨੇ ਜਿਹੜੀ ਗੱਲ ਬੜੀ ਸੋਹਣੀ ਲਿਖੀ ਹੈ ਕਿ ਧੰਨਵਾਦ ਹੈ ਉਸ ਪਰਮਾਤਮਾ ਦਾ ਜਿਹਨੇ ਮਿੱਟੀ ਦੇ ਜਿਸਮ ਨੂੰ ਜਾਨ ਬਖਸ਼ੀ ਤੇ ਕੁਝ ਸੋਚਣ ਦੇ ਲਈ ਦਿਮਾਗ ਦਿੱਤਾ, ਕੁਝ ਬੋਲਣ ਦੇ ਲਈ ਜ਼ਬਾਨ ਬਖਸ਼ੀ, ਇੱਕ ਵਤਨ ਸਾਨੂੰ ਪੰਜਾਬ ਦਿੱਤਾ, ਇੱਕ ਵੱਖਰੀ ਸਾਨੂੰ ਪਹਿਚਾਣ ਬਖਸ਼ੀ, ਜਿੱਥੇ ਜਾਈਦਾ ਲੋਕ ਸਾਨੂੰ ਸਲਾਮ ਕਰਦੇ। ਬਾਬੇ ਨਾਨਕ ਨੇ ਇੰਨੀ ਸ਼ਾਨ ਬਖਸ਼ੀ, ਬਾਬੇ ਨਾਨਕ ਨੇ ਇੰਨੀ ਸ਼ਾਨ ਬਖਸ਼ੀ। ਮੇਰੇ ਵੀਰੇ ਇੰਦਗੜ੍ਹ ਪਿੰਡ ਦੇ ਬਗੀਚੇ ਨੇ ਜੱਫਾ ਲਾ ਦਿੱਤਾ ਇਸੇ ਲਈ ਖੇਡ ਮੈਦਾਨ ਦੇ ਵਿੱਚ। ਕਹਿੰਦੇ ਵੀ ਸਵਰਗਵਾਸੀ ਸਰਦਾਰ ਸੋਹਣ ਸਿੰਘ ਦਾ ਪੁੱਤਰ ਮਾਤਾ ਮੁਖਤਿਆਰ ਕੌਰ ਦੀ ਅੱਖੀਂ ਦਾ ਤਾਰਾ, ਛਿਆਂ ਭੈਣਾਂ ਦਾ ਇਕੱਲਾ ਵੀਰ ਹੈ, ਇਸ ਵੇਲੇ ਸਾਹਮਣੇ ਗੱਭਰੂ ਦੀ ਕਬੱਡੀ ਪੈਂਦੀ ਹੈ ਤੇ ਦੁਨੀਆ ਵੇਂਦੀ ਹੈ। ਲਓ ਸਾਹਮਣੇ ਦੇਖਦੇ ਆ ਵੀ ਕਹਿੰਦੇ ਕਿਤੇ ਗਹਿਲਾਂ ਦੀ ਗੱਲ, ਕਿਤੇ ਮੂਮਾਂ ਦੀ ਗੱਲ, ਕਿਤੇ ਟੱਲੇ ਵਾਲ, ਕਿਤੇ ਚੰਨਣ ਵਾਲ। ਕਹਿੰਦੇ ਸਾਰੇ ਪਿੰਡ ਬਰਨਾਲੇ ਦੇ ਪਿੰਡ ਹੈ, ਬਰਨਾਲੇ ਵੀ ਕਹਿੰਦੇ 5,96,000 ਆਬਾਦੀ ਹੈ ਤੇ 4 ਵਿਧਾਨ ਸਭਾ ਦੇ ਹਲਕੇ ਹੈ। ਲਓ ਸਾਹਮਣੇ ਭੀਮ ਦੀ ਪਾਈ ਹੋਈ ਕਬੱਡੀ ਹੈ ਤੇ ਮੁੰਡਾ ਕਹਿੰਦੇ ਵੀ ਬਰਨਾਲੇ ਵਾਲੇ ਨੂੰ ਬੜਿੰਗ ਵਾਲ ਪਾ ਕੇ ਬਹਿ ਗਿਆ ਨੀ ਰੀਸਾਂ ਇੱਥੇ ਰੱਖੋ। ਲਓ ਲੱਗਦਾ ਹੋਇਆ ਸਿਰੇ ਦਾ ਜੱਫਾ ਤੇ ਪੁਆਇੰਟ ਜਿਹੜਾ ਰਸੂਲਪੁਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਜਾਫੀਆ ਦਾ। ਨਾਲ ਹੀ ਸਾਡੇ ਵੀ ਬਲਜੀਤ ਨੂੰ ਜਿਹੜੇ ਫੋਨ ਆਏ ਨੇ, ਸੁਖਜਿੰਦਰ ਸਿੰਘ ਦੀ ਗਿੱਲ ਯੂਐਸਏ ਤੇ ਰਾਜ ਗਿੱਲ ਜੀ ਯੂਐਸਏ ਵਾਲੇ, ਉਹ ਕਹਿੰਦੇ ਵੀ ਆਉਂਦੇ ਸਾਲ ਨੂੰ ਓਪਨ ਕਬੱਡੀ ਦਾ ਜਿਹੜਾ ਪਹਿਲਾ ਨਾਮ ਉਹਨਾਂ ਵੱਲੋਂ ਦਿੱਤਾ ਜਾਵੇਗਾ। ਇੱਕ ਵਾਰੀ ਜੋਰ ਨਾਲ ਤਾੜੀਆਂ ਮਾਰ ਦਿਓ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੁਖਜਿੰਦਰ ਸਿੰਘ ਜੀ ਗਿੱਲ ਯੂਐਸਏ ਤੇ ਰਾਜ ਗਿੱਲ ਜੀ ਯੂਐਸਏ ਵਾਲੇ, ਉਹਨਾਂ ਵੱਲੋਂ ਆਉਂਦੇ ਸਾਲ ਨੂੰ ਕਬੱਡੀ ਓਪਨ ਦਾ ਜਿਹੜਾ ਫਸਟ ਪ੍ਰਾਈਜ਼, ਉਹ ਵੀਰ ਕਹਿੰਦੇ ਵੀ ਜਿੰਨਾ ਵੀ ਰੱਖ ਦੋਗੇ ਅਸੀਂ ਦੇਵਾਂਗੇ। ਵੱਡਾ ਧੰਨਵਾਦ ਹੈ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਨੂੰ, ਮੁਬਾਰਕਬਾਦ ਹੈ ਮੇਰੇ ਵੀਰੋ। ਇਸ ਵੇਲੇ ਜਾਫੀ ਕੌਣ ਗੱਭਰੂ ਹੈ? ਇਕਬਾਲ ਸਿੰਘ ਗਿੱਲ ਇਸ ਵੇਲੇ ਜੱਫਾ ਲਾ ਚੁੱਕਾ ਹੈ ਇੰਦਗੜ੍ਹ ਪਿੰਡ ਦਾ, ਤੇ ਸਾਹਮਣੇ ਬਗੀਚੇ ਦੇ ਚਾਚੇ ਦਾ ਪੁੱਤ ਕਹਿੰਦੇ ਛੋਟਾ ਨਿੰਦੂ ਕਹਿੰਦੇ ਹੈ ਇੰਦਗੜ੍ਹ ਪਿੰਡ ਦਾ ਇਸ ਵੇਲੇ ਗੱਭਰੂ ਕਬੱਡੀ ਪਾ ਰਿਹਾ ਹੈ। ਸਿੱਖੀ ਸਾਂਭੀ ਹੈ ਕਿ ਖਾਲਸਾ ਪੰਥ ਸਜਾਉਂਦਾ ਜੇ ਕਿਤੇ ਬਾਜਾਂ ਵਾਲਾ ਨਾ, ਤੇ ਨਾਮ ਆਪਣੇ ਨਾਲ ਸਿੰਘ ਤੇ ਕੌਰ ਸੀ ਕੌਣ ਲਗਾ ਸਕਦਾ। ਗੁਰੂ ਤੇਗ ਬਹਾਦਰ ਦਿੱਲੀ ਵਿੱਚ ਸ਼ਹੀਦੀ ਨਾ ਪਾਉਂਦੇ ਤੇ ਅੱਜ ਕੋਈ ਵੀ ਧਰਮ ਨਾ ਆਪਣਾ ਕੋਈ ਤਿਉਹਾਰ ਮਨਾ ਸਕਦਾ। ਸੁੱਖਾ ਸਿੰਘ ਮਹਿਤਾਬ ਸਿੰਘ ਨਾ ਜੇ ਵੱਢਦੇ ਮੱਸੇ ਨੂੰ ਤੇ ਮੱਥਾ ਟੇਕਣ ਅੰਮ੍ਰਿਤਸਰ ਸਿੰਘ ਕੋਈ ਨਾ ਜਾ ਸਕਦਾ। ਭਗਤ ਸਿੰਘ ਸਰਦਾਰ ਜਹੇ ਨਾ ਜੇ ਚੁੰਮਦੇ ਫਾਂਸੀ ਨੂੰ, ਨਾ ਫੌਜ ਹੁੰਦੇ ਪੰਜਾਬੀ ਇਹ ਸੱਚੀ ਦੇਸ਼ ਨਾ ਹੁੰਦਾ। ਲੰਘਿਆਣੀਆਂ ਜੋਧਿਆ ਹੁੰਦੀ ਸੁਨਤ ਸਾਰਿਆਂ ਦੀ ਜੇ ਕੱਲ ਕੀ ਧਰ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਨਾ ਹੁੰਦਾ। ਮੈਂ ਸਮਾਪਕ ਇਸ ਮੈਚ ਦੀ ਟੀਮ ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਵਿਨਰ ਰਹੀ ਹੈ। ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਤੇ ਪਿੰਡਰਾਂ ਦਾ ਮੈਚ ਹੋਵੇਗਾ। ਔਰ ਗਗੜਾ ਤੇ ਇੰਦਗੜ੍ਹ ਦੋਨੋਂ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ। ਬਗੀਚੇ 500 ਰੁਪਈਆ ਲੈ ਜੀ ਮੇਰਾ ਵੀਰ ਕੁੱਕੀ ਇਲੈਕਟ੍ਰੋਨਿਕਸ ਢੁੱਡੀਆਂ ਵਾਲੇ ਸਾਡੇ ਵੀਰ, ਉਹ ਮੇਰੀ ਜਿੱਥੇ ਵੀ ਵਾਸ ਹੁੰਦੇ ਨੇ ਜਿਹੜਾ 500 ਰੁਪਈਆ ਇੰਦਗੜ੍ਹ ਦੀ ਟੀਮ ਨੂੰ ਦਿੱਤਾ ਜਾਵੇ ਮੇਰੀ ਬੇਨਤੀ ਹੈ। ਆਪਾਂ ਧੰਨਵਾਦ ਕਰਦੇ ਹਾਂ। ਨਾਲ ਹੀ ਅਗਲੀਆਂ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ, ਜਿਹੜਾ ਅਗਲਾ ਮੈਚ ਖੇਡਿਆ ਜਾਣਾ ਸਾਡੀ ਬੇਨਤੀ ਹੈ। ਸਾਡੇ ਵੀਰ ਨਿਰਮਲ ਢੇਰੀ ਜੀ ਆਰ
ਸਾਡਾ ਵੀ ਨੈਣਾ ਕਪੂਰਾਂ ਵਾਲਾ ਬਗੀਚੇ ਤੇ ਰਸੂਲਪੁਰੀ ਪਿੰਡ ਲਈ 700 ਰੁਪਏ ਦੇ ਰਿਹਾ ਬਗੀਚੇ ਪੈਸੇ ਲੈ ਜੀ ਵੀਰੇ ਫੜ ਕੇ ਆ ਲਓ ਜੀ 500 ਰੁਪਇਆ ਦੇਤਾ ਹੈ ਸਾਡਾ ਵੀ ਨੈਣਾ ਕਪੂਰਾਂ ਵਾਲਾ ਇੰਦਗੜੀਏ ਬਗੀਚੇ ਲਈ ਔਰ ਰਸੂਲਪੁਰੀ ਪਿੰਡ ਲਈ 100 ਰੁਪਇਆ ਦਿੱਤਾ ਜਾ ਰਿਹਾ ਨਾ ਵੀਰਾਂ ਵੱਲੋਂ ਨੈਣੇ ਵੀਰਾ ਪਿੰਡਾ ਇੱਧਰ ਆ ਗਿਆ ਇਹਨੂੰ ਦੇ ਦਿਓ 100 ਰੁਪਇਆ ਮੇਰੀ ਬੇਨਤੀ ਹੈ ਗਗੜਾ ਤੇ ਇੰਦਗੜ ਦੋਨੋਂ ਟੀਮਾਂ ਜਲਦੀ ਨਾਲ ਗ੍ਰਾਂਟ ਪਾ ਜਾਣ ਗਗੜਾ ਤੇ ਇੰਦਗੜ ਨਾਲ ਹੀ ਕਿਸ਼ਨਪੁਰਾ ਤੇ ਪੁਰਾਣੇ ਵਾਲਾ ਪਿੰਡਰ ਤੇ ਬਾਬਾ ਕਰਮ ਸਿੰਘ ਕਬੱਡੀ ਕਲੱਬ ਇੰਦਗੜ ਦਾ ਮੈਚ ਖੇਡਿਆ ਜਾਣਾ ਹੈ ਮੇਰੀ ਬੇਨਤੀ ਹੈ ਟੀਮਾਂ ਜਲਦੀ ਨਾਲ ਖੇਡ ਦੇ ਮੈਦਾਨ ਦੇ ਵੱਲ ਨੂੰ ਪੁੱਜਣਗੀਆਂ ਨਾਲ ਹੀ ਸਾਡਾ ਵੀ ਤਾਰਕ ਪੂਰਾਂ ਵਾਲਾ ਵੀ ਬੜਾ ਸੋਹਣਾ ਜਿਹੜਾ ਲਿਖਿਆ ਸਵੀਰ ਨੇ ਕਿ ਤੇਰੀ ਸਾਰ ਕਿਸੇ ਨਾਲ ਲੈਣੀ ਜਦ ਮੰਜੀ ਉੱਤੇ ਬਹਿ ਜਾਏਗਾ ਮੇਰੀ ਮੇਰੀ ਕਰਦਾ ਕੀ ਹਿੱਕ ਤੇ ਧਰ ਕੇ ਲੈ ਜਾਏਗਾ ਖਾਲੀ ਹੁੱਥ ਤਰ ਜਾਣਾ ਕੀ ਫਾਇਦਾ ਜੇਬਾਂ ਭਰੀਆਂ ਦਾ ਕਪੂਰਾਂ ਵਾਲਿਆ ਬਹੁਤਾ ਮਾਣ ਨਹੀਂ ਕਰੀਦਾ ਅਸਮਾਨੀ ਗੁੱਡੀਆਂ ਚੜੀਆਂ ਦਾ ਕਪੂਰਾਂ ਵਾਲਿਆ ਬਹੁਤਾ ਮਾਣ ਨਹੀਂ ਕਰੀਦਾ ਅਸਮਾਨੀ ਗੁੱਡੀਆਂ ਚੜੀਆਂ ਦਾ ਮੇਰੇ ਵੀਰੇ ਇਸੇ ਲਈ ਜਿਹੜੇ ਮੈਚ ਬੜੇ ਤਕੜੇ ਖੇਡੇ ਜਾ ਰਹੇ ਨੇ ਖੇਡ ਕਬੱਡੀ ਦੇ ਗਗੜਾ ਤੇ ਇੰਦਗੜ ਦੋਨੋਂ ਟੀਮਾਂ ਖੇਡ ਗਰਾਊਂਡ ਤੇ ਆ ਜਾਣ ਗਗੜਾ ਤੇ ਇੰਦਗੜ ਦੋਨੋਂ ਟੀਮਾਂ ਖੇਡ ਗਰਾਊਂਡ ਤੇ ਆ ਜਾਣ ਅਮਨ ਬਰਾੜ ਲੰਘਿਆ ਨਹੀਂ ਸਾਡਾ ਵੀਰ 100 ਰੁਪਇਆ ਸਾਡੇ ਦੋਨਾਂ ਵੀਰਾਂ ਲਈ ਦੇ ਰਿਹਾ ਮੇਰੇ ਤੇ ਅਮਰੀਕ ਲਈ ਬਹੁਤ ਬਹੁਤ ਧੰਨਵਾਦ ਨੇ ਅਮਨ ਸਾਡਾ ਵੀਰ ਲੰਘਿਆ ਨਹੀਂ ਗਗੜਾ ਤੇ ਇੰਦਗੜ ਆਓ ਜੀ ਗਰਾਊਂਡ ਚ ਗਗੜਾ ਤੇ ਇੰਦਗੜ ਗਗੜਾ ਤੇ ਇੰਦਗੜ ਦੀਆਂ ਟੀਮਾਂ ਨੂੰ ਬੇਨਤੀ ਹੈ ਕਿਉਂਕਿ ਜਿਹੜਾ ਸਮਾਂ ਕਾਫੀ ਹੋ ਚੁੱਕਾ ਹੈ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਗਗੜਾ ਤੇ ਇੰਦਗੜ ਨਾਲ ਹੀ ਸਾਡਾ ਵੀਰ ਅਮਨ ਬਰਾੜ ਵੱਡੇ ਮਾਰ ਰਸਨਵੜ ਭੇਜਦਾ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਆਪਾਂ ਧੰਨਵਾਦ ਕਰਦੇ ਹਾਂ ਅਮਨ ਬਰਾੜ ਜੀ ਔਰ ਨਾਲ ਹੀ ਬੜੀ ਖੁਸ਼ੀ ਦੀ ਗੱਲ ਆ ਵੀ ਅਗਲੇ ਸਾਲ ਜਿਹੜਾ ਕਬੱਡੀ ਕੱਪ ਹੋਣਾ ਉਹਦਾ ਨੀਂਹ ਪੱਥਰ ਸਾਡੇ ਵੀਰਾਂ ਨੇ ਰੱਖ ਦਿੱਤਾ ਰਾਜ ਗੈਲੋ ਨੇ ਸਾਡੇ ਵੀਰ US ਦੇ ਵਿੱਚ ਬੈਠੇ ਹੈ ਐਲਾਨ ਕਰਦੇ ਵੀ ਜਿੰਨਾ ਮਰਜ਼ੀ ਨਾਮ ਰੱਖ ਦਿਓ ਉਹਨਾਂ ਦੇ ਦਾਂਗੇ ਅਗਲੇ ਸਾਲ ਜਿਹੜਾ ਕਬੱਡੀ ਕੱਪ ਹੋਣਾ ਉਹਦਾ ਨੀਂਹ ਪੱਥਰ ਕਹਿੰਦੇ ਵੀ ਰੱਖ ਦਿੱਤਾ ਗਿਆ ਔਰ ਇਸ ਤਰ੍ਹਾਂ ਹੁਣ ਜਿਹੜੇ ਸਾਰੇ ਐਲਾਨ ਕਰਨਗੇ ਕੀ ਨੇ 70 ਕਿਲੋ ਦਾ ਪਹਿਲਾ ਦੇਣਾ ਹੈ ਕੀ ਨੇ 60 ਕਿਲੋ ਦਾ ਪਹਿਲਾ ਦੇਣਾ ਹੈ ਇਹ ਸਭ ਗੱਲਾਂ ਆਪਾਂ ਸਾਂਝੀਆਂ ਕਰਾਂਗੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਜਿੰਨੇ ਵੀ ਸਾਡੇ ਦਾਨੀ ਵੀਰ ਹੈ ਹੈਲੋ ਹਾਂਜੀ ਸਾਡੇ ਦਰਮਿਆਨ ਜਿੰਨੀਆਂ ਵੀ ਸਾਡੀਆਂ ਸਾਰੀਆਂ ਮਾਣਯੋਗ ਸ਼ਖਸੀਅਤਾਂ ਬੈਠੀਆਂ ਸਾਰਿਆਂ ਦਾ ਧੰਨਵਾਦ ਹੈ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਵੱਲੋਂ ਸਾਡੇ MLA ਸਾਹਿਬ ਸਾਡੇ ਸਤਿਕਾਰਯੋਗ ਸ਼੍ਰੀ ਜੋਗਿੰਦਰਪਾਲ ਜੈਨ ਜੀ ਜੋ ਸਾਡੀ ਪ੍ਰਬੰਧਕ ਕਮੇਟੀ ਦੇ ਨਿੱਘੇ ਸੱਦੇ ਬੁਲਾਵੇ ਦੇ ਉੱਤੇ ਪਹੁੰਚੇ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਅਸੀਂ ਇੱਥੇ ਪਹੁੰਚਣ ਤੇ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਵੱਲੋਂ ਸਾਰੇ ਨਗਰ ਵੱਲੋਂ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਗ੍ਰਾਮ ਪੰਚਾਇਤ ਵੱਲੋਂ ਅਸੀਂ ਉਹਨਾਂ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ ਔਰ ਹੁਣ ਮੈਂ ਬੇਨਤੀ ਕਰਾਂ ਵੀ ਉਹ ਜਿਹੜੇ ਆਪਣੇ ਚੰਦ ਜਿਹੜੇ ਅਲਫਾਜ਼ ਨੇ ਸਾਡੇ ਦਰਸ਼ਕ ਵੀਰਾਂ ਨਾਲ ਸਾਂਝੇ ਕਰਨਗੇ ਸ਼੍ਰੀ ਜੋਗਿੰਦਰਪਾਲ ਜੀ ਜੈਨ ਬਹੁਤ ਹੀ ਧਾਰਮਿਕ ਤੇ ਇਤਿਹਾਸਕ ਇਹ ਪੁਰਾਣੇ ਵਾਲਾ ਪਿੰਡ ਦੀ ਧਰਤੀ ਤੇ ਇਹ ਜੋ ਪੈਰਾਮਾਊਂਟ ਸਪੋਰਟਸ ਕਲੱਬ ਵੱਲੋਂ ਟੂਰਨਾਮੈਂਟ ਕਰਾਇਆ ਜਾ ਰਿਹਾ ਮੈਂ ਇਸ ਦੀ ਕਮੇਟੀ ਦੇ ਪ੍ਰਧਾਨ ਸਾਹਿਬ ਬਲਜੀਤ ਸਿੰਘ ਮੀਤ ਪ੍ਰਧਾਨ ਸਰ ਲਛਮਣ ਸਿੰਘ ਜੀ ਜਨਰਲ ਸੈਕਟਰੀ ਸਾਹਿਬ ਬਲਜੀਤ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਖਜ਼ਾਨਚੀ ਸਰ ਜਗਰੂਪ ਸਿੰਘ ਜੀ ਗਿੱਲ ਸਰਾਰ ਅਵਤਾਰ ਸਿੰਘ ਜੀ ਜੀਤ ਸਿੰਘ ਜੀ ਅਮਰ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਸਰ ਜਗਰੂਪ ਸਿੰਘ ਜੀ ਔਰ ਸਰਾਰ ਹਰਿੰਦਰ ਸਿੰਘ ਜੀ ਅਤੇ ਸਾਰੇ ਹੀ ਇਲਾਕਾ ਨਿਵਾਸੀ ਮੇਰੇ ਬਹੁਤ ਹੀ ਸਤਿਕਾਰਯੋਗ ਦੋਸਤੋ ਸਾਥੀਓ ਨੌਜਵਾਨ ਸਾਥੀਓ ਔਰ ਅੱਜ ਇਸ ਟੂਰਨਾਮੈਂਟ 'ਚ ਜਿੰਨੇ ਵੀ ਪਲੇਅਰਸ ਹਿੱਸਾ ਲੈ ਰਹੇ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਮੈਨੇਜਰਸ ਔਰ ਜਿੰਨੇ ਵੀ ਹੋਰ ਇਹ ਖੇਡ ਪ੍ਰੇਮੀ
ਜਿੰਨੇ ਹਾਜ਼ਰ ਨੇ ਔਰ ਬਹੁਤ ਹੀ ਅਜ਼ੀਜ਼ ਮੇਰੇ ਹਰਦੀਪ ਸਿੰਘ ਜੋ ਕਮੈਂਟੇਟਰ ਹੈ ਜੋ ਹਰ ਤਕਰੀਬਨ ਇਸ ਇਲਾਕੇ ਦੇ ਜਾਂ ਜਿਹੜੇ ਟੂਰਨਾਮੈਂਟ ਦੇ ਵਿੱਚ ਮੁਖੀ ਹੁੰਦਾ ਹੈ ਅਤੇ ਹੋਰ ਵੀ ਜਿੰਨੇ ਵੀ ਇਸ ਡਾਇਸ 'ਤੇ ਪੰਜ ਸਰਪੰਚ ਸਾਡੇ ਇਲਾਕੇ ਤੋਂ ਆਏ ਨੇ ਸਾਰਿਆਂ ਨੂੰ ਮੇਰੇ ਬਹੁਤ ਹੀ ਸਤਿਕਾਰ ਭਰੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਇਸ ਪਿੰਡ ਦੇ ਜੋ ਵਸਨੀਕ ਨੇ ਬਾਹਰ ਕੈਨੇਡਾ ਦੇ ਵਿੱਚ ਸਾਹਿਬ ਪਰਮ ਗਿੱਲ ਜੀ ਔਰ ਸਾਹਿਬ ਮਨਜੀਤ ਸਿੰਘ ਗਿੱਲ ਜਿਨ੍ਹਾਂ ਨੇ ਇਸ ਪਿੰਡ ਦਾ ਨਾਂ ਸਾਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਟੈਲੀਫੋਨ 'ਤੇ ਵੀ ਹੁਕਮ ਕੀਤਾ ਵੀ ਤੁਸੀਂ ਅੱਜ ਪਿੰਡ ਟੂਰਨਾਮੈਂਟ 'ਤੇ ਜ਼ਰੂਰ ਜਾ ਕੇ ਆਉਣਾ ਮੈਂ ਕਿਹਾ ਜੀ ਮੇਰੀ ਖੁਸ਼ਕਿਸਮਤੀ ਅਤੇ ਮੈਂ ਤਾਂ ਜ਼ਰੂਰ ਮਤਲਬ ਆਪਣੇ ਚਲੋ ਪੁਰਾਣੇ ਹਲਕੇ ਦੇ ਨਾਲ ਪਿਆਰ ਰਿਹਾ ਅਤੇ ਮੈਂ ਜ਼ਰੂਰ ਆਪਣੇ ਮੈਨੂੰ ਆਪ ਖੇਡਾਂ ਦਾ ਬੜਾ ਸ਼ੌਂਕ ਹੈ ਅਤੇ ਮੈਂ ਜ਼ਰੂਰ ਜਾ ਕੇ ਆਵਾਂਗਾ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਔਰ ਜਿੰਨੇ ਵੀ ਬਾਹਰ ਸਾਡੇ ਸਰ ਰਾਜ ਸਿੰਘ ਜੀ ਬੈਠੇ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹ ਵੀ ਇਸ ਟੂਰਨਾਮੈਂਟ ਨੂੰ ਬੜਾ ਮਤਲਬ ਉਤਸ਼ਾਹਿਤ ਕਰਦੇ ਨੇ ਬੜਾ ਪਿੰਡ ਦੇ ਵਿੱਚ ਉਹਨਾਂ ਨੇ ਆਪਦਾ ਬਿਹਤਰੀ ਵਾਸਤੇ ਬਹੁਤ ਕੁਝ ਸੋਚਦੇ ਨੇ ਕਰਦੇ ਵੀ ਨੇ ਇਸ ਸਪੋਰਟਸ ਕਲੱਬ ਦੀ ਸਾਰੇ ਹੀ ਮੈਂਬਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਕਿ ਬੜਾ ਉਪਰਾਲਾ ਕਰਕੇ ਉਹ ਇਹ ਟੂਰਨਾਮੈਂਟ ਕਰਾਉਂਦੇ ਨੇ ਮੈਂ ਤਾਂ ਵੈਸੇ ਵੀ ਜਿਹੜੇ ਟੂਰਨਾਮੈਂਟ ਨੇ ਇਹ ਜਿੱਥੇ ਬੱਚਿਆਂ ਦੀ ਸਿਹਤ ਹੈ ਉਸ ਨੂੰ ਬਹੁਤ ਤੰਦਰੁਸਤ ਬਣਾਉਂਦੇ ਨੇ ਉੱਥੇ ਇਸ ਤੰਦਰੁਸਤ ਸਰੀਰ ਦੇ ਵਿੱਚ ਇੱਕ ਤੰਦਰੁਸਤ ਦਿਮਾਗ ਵੀ ਨਾਲ ਬਣਾਉਂਦੇ ਨੇ ਅੱਜ ਇਸ ਦੁਨੀਆ ਦੇ ਵਿੱਚ ਜਿੰਨਾ ਕੰਪੀਟੀਸ਼ਨ ਹੈ ਮੈਂ ਸਮਝਦਾ ਕਿ ਜਿੱਥੇ ਪੜ੍ਹਾਈ ਜ਼ਰੂਰੀ ਹੈ ਉੱਥੇ ਖੇਡਾਂ ਵੀ ਬਹੁਤ ਜ਼ਰੂਰੀ ਨੇ ਤਾਂ ਕਿ ਇਹ ਨੌਜਵਾਨ ਬੱਚੇ ਜਿੱਥੇ ਦੇਸ਼ ਦੇ ਇਹਨਾਂ ਨੇ ਬਾਗਡੋਰ ਸੰਭਾਲਣੀ ਹੈ ਔਰ ਇਹਨਾਂ ਦੇ ਅੰਦਰ ਲਿਆਕਤ ਪੈਦਾ ਹੁੰਦੀ ਹੈ ਉੱਥੇ ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਬੜੀ ਬਿਮਾਰੀ ਫੈਲੀ ਹੋਈ ਹੈ ਨਸ਼ਿਆਂ ਦੀ ਉਸ ਤੋਂ ਵੀ ਦੂਰ ਰਹਿੰਦੇ ਨੇ ਸੋ ਮੈਂ ਕਲੱਬ ਨੂੰ ਇਹਨਾਂ ਖੇਡਾਂ ਦੇ ਲਈ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦਾ ਸਰਦਾਰ ਮੰਗਲ ਸਿੰਘ ਜੀ ਜੋ ਰੌਲੀ ਤੋਂ ਵੀ ਬਾਹਰੋਂ ਕੈਨੇਡਾ ਤੋਂ ਆਏ ਨੇ ਹੋਰ ਵੀ ਜਿੰਨੇ ਸਾਡੇ NRI ਭਰਾ ਅੱਜ ਇਸ ਟੂਰਨਾਮੈਂਟ 'ਚ ਹਾਜ਼ਰ ਨੇ ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿੰਨੇ ਵੀ ਖਿਡਾਰੀ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਨੇ ਸਭ ਨੂੰ ਮੈਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਕਿ ਉਹ ਜਿੱਤ ਪ੍ਰਾਪਤ ਕਰਨ ਔਰ ਜਿਹੜੇ ਇੱਕ ਅੱਧਾ ਨੰਬਰ ਪਿੱਛੇ ਰਹਿਣ ਉਹਨਾਂ ਨੂੰ ਮੈਂ ਆਪਣੀਆਂ ਹੋਰ ਇਹ ਸ਼ੁਭਕਾਮਨਾਵਾਂ ਦਿੰਦਾ ਕਿ ਆਉਣ ਵਾਲੇ ਟਾਈਮ 'ਚ ਫਿਰ ਉਹ ਜਿੱਤ ਕੇ ਪਹਿਲੇ ਦੂਜੇ ਇਨਾਮ ਪ੍ਰਾਪਤ ਕਰਨ ਸੋ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਜਿੱਥੇ ਮੈਂ ਕਲੱਬ ਦਾ ਧੰਨਵਾਦ ਕਰਦਾ ਉੱਥੇ ਇਲਾਕਾ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਬੜੀ ਦੇਰ ਬਾਅਦ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਮੈਨੂੰ ਤੁਸੀਂ ਬਹੁਤ ਮਾਣ ਬਖਸ਼ਿਆ ਸੋ ਮੈਂ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਮੈਂ ਆਪਣੀ ਨੇਕ ਕਮਾਈ 'ਚੋਂ ਇਸ ਪੈਰਾਮਾਊਂਟ ਕਲੱਬ ਨੂੰ 11,000 ਰੁਪਇਆ ਆਪਣੇ ਵੱਲੋਂ ਦਿੰਦਾ ਔਰ
ਹਮੇਸ਼ਾ ਹੀ ਚਾਹਾਂਗਾ ਕਿ ਇਹ ਕਲੱਬ ਆਪਣੇ ਆਸਮਾਨ ਦੀਆਂ ਜਿਹੜੀਆਂ ਉਹ ਅਸਮਾਨ ਨੂੰ ਛੂੰਹਦਾ ਰਹੇ, ਤਰੱਕੀਆਂ ਕਰੇ, ਔਰ ਜੋ ਵੀ ਇਲਾਕੇ ਦੇ ਵਿੱਚ ਪਿੰਡ ਦੇ ਬਿਹਤਰੀ ਵਾਲੇ ਕੰਮ ਨੇ ਉਹ ਹਮੇਸ਼ਾ ਕਰਦੇ ਰਹਿਣ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਮੈਂਬਰਾਂ ਦਾ ਆਪੋ ਵੀ ਦੀ ਪਿਆਰ ਵੀ ਬਣਿਆ ਰਹੇ। ਇਹਨਾਂ ਹੀ ਬੇਨਤੀਆਂ ਨਾਲ ਖਿਮਾ ਦਾ ਗਾਚਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਿਹਰਬਾਨੀ, ਬੇਨਤੀ ਹੈ। ਮੇਰਾ ਦਿਲ ਤਾਂ ਨਹੀਂ ਸੀ ਕਰਦਾ ਜਾਣ ਨੂੰ, ਪਰ ਥੋੜ੍ਹੀ ਜਿਹੀ ਮਜਬੂਰੀ ਹੈ, ਮੈਨੂੰ ਅੱਜ ਕਿਤੇ 5-6 ਘੰਟੇ ਬਾਅਦ ਜਾਣਾ ਪੈ ਗਿਆ ਅਤੇ ਸਾਰਾ ਕੰਮ ਉੱਥੇ ਮੋਗੇ ਕਰਨ ਵਾਲਾ ਪਿਆ ਹੈਗਾ, ਅਤੇ ਉਹ ਜਾ ਕੇ ਥੋੜ੍ਹਾ ਜਿਹਾ ਉਹ ਡਿਊਟੀ ਭਰਨੀ ਹੈ ਜਾ ਕੇ ਜੀ, ਇਸ ਕਰਕੇ ਸਾਰਿਆਂ ਤੋਂ ਮਾਫ਼ੀ ਚਾਹੁੰਦਾ। ਇਸ ਤਰ੍ਹਾਂ ਦਾ ਮਾਹੌਲ ਬੜਾ ਘੱਟ ਮਿਲਦਾ ਜ਼ਿੰਦਗੀ ਦਾ, ਦਿਮਾਗ ਨੂੰ ਤਫਰੀ ਬੜੀ ਵਧੀਆ ਚੰਗੀ ਮਿਲਦੀ ਹੈ। ਸੋ ਦਿਲ ਤਾਂ ਨਹੀਂ ਕਰਦਾ, ਪਰ ਮਜਬੂਰੀ ਨਾਲ ਮੈਂ ਮਾਫ਼ੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਜੈਨ ਸਾਹਿਬ। ਹਾਂਜੀ, ਬਹੁਤ ਬਹੁਤ ਧੰਨਵਾਦ ਸ਼੍ਰੀ ਜੋਗਿੰਦਰਪਾਲ ਜੀ ਜੈਨ ਸਾਹਿਬ, ਸਾਡੇ MLA ਸਾਹਿਬ ਜਿਹੜੇ ਸਾਡੇ ਦਰਮਿਆਨ ਇੱਥੇ ਆਏ ਨੇ, ਔਰ ਅਸੀਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਇੱਕ ਵਾਰ ਫੇਰ ਧੰਨਵਾਦ ਕਰਦੇ ਇਹਨਾਂ ਦਾ, ਔਰ ਸਾਡੀ ਪ੍ਰਬੰਧਕ ਕਮੇਟੀ ਨੂੰ ਜਿਹੜੇ 11,000 ਰੁਪਇਆ ਦੇ ਰਹੇ ਨੇ ਆਪਣੀ ਕੀਮਤੀ ਜਿਹੜੀ ਕਮਾਈ ਦੇ ਵਿੱਚ, ਬਹੁਤ ਬਹੁਤ ਧੰਨਵਾਦ ਹੈ ਸ਼੍ਰੀ ਜੋਗਿੰਦਰਪਾਲ ਜੀ ਜੈਨ ਸਾਹਿਬ, ਸਾਡੇ MLA ਸਾਹਿਬ ਜਿਹੜੇ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਆਏ ਨੇ, ਔਰ 11,000 ਰੁਪਇਆ ਸਾਡੀ ਕਲੱਬ ਨੂੰ ਦੇ ਰਹੇ ਨੇ। ਗਗੜਾ ਤੇ ਇੰਦਗੜ ਦੋਨੋਂ ਟੀਮਾਂ ਲਾਈਨ ਅਪ ਹੋ ਜਾਣ, ਬਿੱਲਾ ਗਾਲਮ ਜੀ ਦੋਨੋਂ ਟੀਮਾਂ ਨੂੰ ਲਾਈਨ ਅਪ ਕਰ ਲਿਆ ਜਾਵੇ। ਗੁਰਦੀਪ ਸਿੰਘ ਨੰਬਰਦਾਰ ਦਾ ਮੁੰਡਾ ਸੁਖਮਨ ਟਰਾਲੀ ਵਾਲੀ ਸਟੇਜ ਕੋਲੇ ਆਵੇ, ਗੁਰਦੀਪ ਸਿੰਘ ਨੰਬਰਦਾਰ ਦਾ ਮੁੰਡਾ। ਬਿੱਲਾ ਗਾਲਮ ਜੀ ਦੋਨੋਂ ਟੀਮਾਂ ਨੂੰ ਲਾਈਨ ਅਪ ਕਰ ਲਿਆ ਜਾਵੇ, ਮੇਰੀ ਬੇਨਤੀ ਹੈ ਦੋਨੋਂ ਟੀਮਾਂ ਨੂੰ ਜਿਹੜਾ ਇਸ ਵੇਲੇ ਲਾਈਨ ਅਪ ਕਰ ਲਿਆ ਜਾਵੇ। ਔਰ 11,000 ਰੁਪਇਆ ਸਾਡੀ ਕਲੱਬ ਨੂੰ ਸ਼੍ਰੀ ਜੋਗਿੰਦਰਪਾਲ ਜੀ ਜੈਨ ਉਹ ਦੇ ਰਹੇ ਨੇ ਆਪਣੀ ਕਮਾਈ ਦੇ ਵਿੱਚ, ਬਹੁਤ ਬਹੁਤ ਧੰਨਵਾਦ ਨੇ। ਔਰ 500 ਰੁਪਇਆ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਦੇ ਰਹੇ ਨੇ ਜੈਨ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਜਿੰਨੇ ਵੀ ਕਦਮ ਤੁਸੀਂ ਚੱਲ ਕੇ ਸਾਡੀ ਪ੍ਰਬੰਧਕ ਕਮੇਟੀ ਦੇ ਸਿਰ ਮੱਥੇ ਤੇ ਹੈ, ਹੁਣ ਜਿਹੜੀ ਇੱਕ ਸਨਮਾਨ ਨਿਸ਼ਾਨੀ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਜੈਨ ਸਾਹਿਬ ਨੂੰ ਦਿੱਤੀ ਜਾ ਰਹੀ ਹੈ, ਸੋਚੀ ਜਿੰਨੀ ਵੀ ਅਕਾਲੀ ਲੀਡਰਸ਼ਿਪ ਪੁੱਜੀ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ। ਬੋਲੇ ਸੋ ਨਿਹਾਲ, ਸਾਡੀ ਸੋਚੀ ਪੈਰਾਮਾਊਂਟ ਸਪੋਰਟ ਕਲੱਬ ਵੱਲੋਂ ਧੰਨਵਾਦ। ਸ਼੍ਰੀ ਜੋਗਿੰਦਰਪਾਲ ਜੀ ਜੈਨ ਸਾਹਿਬ, MLA ਸਾਹਿਬ ਸਾਡੇ ਦਰਮਿਆਨ ਆਏ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜੋ ਕਿ ਹਾਂਜੀ ਰਤਨ ਗਰਗ ਜੀ ਉਹ ਵੀ ਨਾਲ ਆਏ ਨੇ, ਉਹ ਵੀ ਆਪਣੇ ਮਾਨ ਸਨਮਾਨ ਲੈ ਲੈਣ। ਸ਼੍ਰੀ ਰਤਨ ਗਰਗ ਜੀ ਉਹ ਵੀ ਜੈਨ ਸਾਹਿਬ ਦੇ ਨਾਲ ਆਏ ਨੇ, ਉਹ ਵੀ ਜਿਹੜੇ ਆਪਣੇ ਮਾਨ ਸਨਮਾਨ ਪ੍ਰਾਪਤ ਕਰ ਲੈਣ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਤੋਂ। ਸ਼੍ਰੀ ਰਤਨ ਗਰਗ ਜੀ ਜੋ ਕਿ ਸਾਡੇ ਨਾਲ ਆਏ, ਇਹਨਾਂ ਦੇ ਨਾਲ ਆਏ ਨੇ ਜੈਨ ਸਾਹਿਬ ਦੇ, ਉਹ ਵੀ ਜਿਹੜੇ ਆਪਣੇ ਮਾਨ ਸਨਮਾਨ ਲੈ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਜਿੰਨੀਆਂ ਵੀ ਮਾਣਯੋਗ ਸ਼ਖਸੀਅਤਾਂ ਹੋਰ ਵੀ ਚਿਹਰੇ ਆਏ ਆ, ਬਹੁਤ ਬਹੁਤ ਧੰਨਵਾਦ। ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਪੁਰਾਣੇਵਾਲ ਦੀ ਤਰਫੋਂ ਇਹਨਾਂ ਪੁੱਜੀਆਂ ਹੋਈਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ, ਦੋਨੋਂ ਟੀਮਾਂ ਨੂੰ ਬਿੱਲਾ ਗਾਲਮ ਜੀ ਲਾਈਨ ਅਪ ਕਰੋ ਜੀ, ਇੰਦਗੜ ਤੇ ਗਗੜਾ ਦੋਨੋਂ ਟੀਮਾਂ ਨੂੰ ਲਾਈਨ ਅਪ ਕਰ ਲਿਆ ਜਾਵੇ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਦੇ ਲਈ। ਸ਼੍ਰੀ ਜੋਗਿੰਦਰਪਾਲ ਜੀ ਜੈਨ, ਹੋਰ ਵੀ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਆਉਣਗੀਆਂ, ਬਾਈ ਬਲਜੀਤ ਗਿੱਲ ਉਹਨਾਂ ਨੂੰ ਬੇਨਤੀ ਵੀ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਕਾਊਟ ਕਰਕੇ ਗਰਾਊਂਡ ਦੇ ਵੱਲ ਨੂੰ ਤੁਸੀਂ ਲੈ ਕੇ ਆਓ। ਤੋਨੀ ਲਾਈਨ ਅਪ ਹੋ ਜਾਓ, ਵੀਰੇ ਗਿੱਲ ਸਾਡੇ ਵੀ ਗਗਨ ਆ ਜਾਓ ਮੇਰੇ ਵੀਰ, ਦੋਨੋਂ ਟੀਮਾਂ ਜਿਹੜੀਆਂ ਲਾਈਨ ਅਪ ਹੋ ਜਾਣ, ਮੇਰੀ ਬੇਨਤੀ ਹੈ। ਸਾਡੀਆਂ ਜਿਹੜੀਆਂ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਆਏ ਦੇ ਜਿਹੜੇ ਮਾਣਯੋਗ ਚਿਹਰੇ,
ਸਮੁੱਚੀ ਅਕਾਲੀ ਲੀਡਰਸ਼ਿਪ, ਸਾਰੀ ਸਾਡੀ ਪੈਰਾਮਾਊਂਟ ਸਪੋਰਟਸ ਕਲੱਬ, ਸਾਰੀ ਗ੍ਰਾਮ ਪੰਚਾਇਤ, ਸਾਡੇ ਭਾਈ ਹਰਿੰਦਰ ਗਿੱਲ ਹੋਣੀ, ਭਾਈ ਬਲਜੀਤ ਗਿੱਲ ਹੋਣੀ, ਸਾਡੇ ਸਰਦਾਰ ਵਜੀਰ ਸਿੰਘ ਜੀ ਜੌਹਲ ਹੋਣੀ, ਸਾਡੇ ਸਾਰੇ ਵੀ ਜਿਹੜੇ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਦੇ ਲਈ ਆ ਰਹੇ ਨੇ ਇਸੇ ਲਈ ਖੇਡ ਗਰਾਊਂਡ ਦੇ ਵੱਲੋਂ ਮੈਚ ਜਿਹੜਾ ਬੜਾ ਵਧੀਆ ਖੇਡਿਆ ਜਾਣਾ ਇੰਦਗੜ੍ਹ ਤੇ ਗਗੜੇ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਖੇਡ ਕਬੱਡੀ ਦਾ। ਸਾਡਾ ਵੀਰ ਅਵਤਾਰ ਬਰਾੜ ਲੰਗੇਣਾ ਹਾਂਗਕਾਂਗ ਦੇ ਵਿੱਚ ਬੈਠਾ, ਨਾਲ ਬੈਠੇ ਨੇ ਰਿੱਕੀ ਰੰਧਾਵੇ ਉਹੜੀ ਜਿਹੜੇ ਕੱਲੀ ਕੱਲੀ ਕਬੱਡੀ ਦਾ ਆਨੰਦ ਲੈ ਰਹੇ ਨੇ ਇਸ ਵੇਲੇ ਖੇਡ ਮੈਦਾਨ ਦੇ ਵਿੱਚੋਂ। ਪੰਜਾਬ ਲਾਈਵ 1.com ਦੇ ਜ਼ਰੀਏ ਅਵਤਾਰ ਬਰਾੜ ਲੰਗੇਣਾ ਹਾਂਗਕਾਂਗ ਦੇ ਵਿੱਚ ਬੈਠਾ ਸਾਡਾ ਵੀਰ। ਨਾਲ ਸਾਡਾ ਵੀਰ ਰਾਣਾ ਹਰਦਾਸੇ ਵਾਲਾ ਉਹ ਵੀ ਬਾਹਰੋਂ ਫੋਨ ਕਰਕੇ ਮੁਬਾਰਕਬਾਦ ਦੇ ਰਿਹਾ ਸਾਡੇ ਪ੍ਰਬੰਧਕ ਵੀਰਾਂ ਨੂੰ, ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਦੇ ਨਾਲ ਸਾਡੇ ਅਹੁਦੇਦਾਰ ਵੀਰਾਂ ਦੇ ਨਾਲ, ਸ੍ਰੀ ਜੋਗਿੰਦਰਪਾਲ ਜੀ ਜੈਨ ਸਾਹਿਬ ਜੋ ਕਿ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਨੇ, ਔਰ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਨਾਲ ਜਿਹੜੀ ਜਾਣ ਪਹਿਚਾਣ ਕੀਤੀ ਜਾ ਰਹੀ ਹੈ ਇੰਦਗੜ੍ਹ ਤੇ ਗਗੜੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਬੜਾ ਵਧੀਆ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ। ਇਸ ਤੋਂ ਬਾਅਦ ਕਿਸ਼ਨਪੁਰਾ ਤੇ ਪੁਰਾਣੇ ਵਾਲਾ ਤਿਆਰੀਆਂ ਕਰਕੇ ਗਰਾਊਂਡ ਦੇ ਲਾਗੇ ਆ ਜਾਣ, ਕਿਸ਼ਨਪੁਰਾ ਤੇ ਪੁਰਾਣੇ ਵਾਲਾ ਪਿੰਡਰ ਤੇ ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ ਭਲੂਰ ਨੂੰ ਪਾਈ ਹੈ। ਇਹ ਟੀਮਾਂ ਤਿਆਰੀਆਂ ਕਰਕੇ ਗਰਾਊਂਡ ਦੇ ਵੱਲ ਨੂੰ ਆਉਣਗੀਆਂ, ਮੇਰੀ ਬੇਨਤੀ ਹੈ। ਹਾਂਜੀ 70 ਕਿਲੋ ਵੀ ਜਿਹੜੇ ਪਲੇਅਰ ਵੀ ਉਹ ਲਾਗੇ ਰਹਿਣ, ਫਸਟ ਸੈਕੰਡ ਜਿਹੜੇ ਪ੍ਰਾਈਜ਼ ਦਿੱਤੇ ਜਾਣੇ ਹੈ। ਵੱਡਾ ਧੰਨਵਾਦ ਸਾਡੇ ਭਾਈ ਗੁਰਮੀਤ ਜੌਹਲ ਹੋਣੀ, ਸਾਡੇ ਭਾਈ ਗੁਰਮਿੰਦਰ ਪੱਪੀ ਹੋਣੀ, ਸਾਡੇ ਵੀਰ ਗੁਰਪ੍ਰੀਤ ਲਾਡੀ ਹੋਣੀ ਜਿਨ੍ਹਾਂ ਨੇ ਸਾਨੂੰ ਸੈਕੰਡ ਪ੍ਰਾਈਜ਼ ਦਿੱਤਾ ਕਬੱਡੀ ਓਪਨ ਦਾ, ਉਹ ਵੀਰ ਵੀ ਪਹੁੰਚੇ ਹੋਏ ਨੇ ਆਪਣੀ ਸੂਚੀ ਮਿੱਤਰ ਮੰਡਲੀ ਦੇ ਨਾਲ। ਇਹਨਾਂ ਭਰਾਵਾਂ ਦਾ ਵੀ ਧੰਨਵਾਦ, ਸ੍ਰੀ ਜੋਗਿੰਦਰਪਾਲ ਜੀ ਜੈਨ ਸਾਹਿਬ ਨਾਲ ਉਹਨਾਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ, ਸਾਡੀ ਸੂਚੀ ਪੈਰਾਮਾਊਂਟ ਸਪੋਰਟਸ ਕਲੱਬ ਦੇ ਅਹੁਦੇਦਾਰ ਵੀਰ, ਦੋਨੋਂ ਟੀਮਾਂ ਦੇ ਨਾਲ ਜਿਹੜੀ ਜਾਣ ਪਹਿਚਾਣ ਕੀਤੀ ਜਾ ਰਹੀ, ਦੋਨੋਂ ਟੀਮਾਂ ਦੇ ਨਾਲ ਜਿਹੜੀ ਇਸ ਵੇਲੇ ਜਾਣ ਪਹਿਚਾਣ ਕੀਤੀ ਜਾ ਰਹੀ ਹੈ। ਜੌਹਲ ਸਟੂਡੀਓ ਵਾਲਾ ਸਾਡਾ ਵੀਰ ਕੱਲੀ ਕੱਲੀ ਕਬੱਡੀ ਨੂੰ, ਕੱਲੀ ਕੱਲੀ ਤਸਵੀਰ ਨੂੰ ਕੈਮਰੇ ਦੀ ਅੱਖ 'ਚ ਬੰਦ ਕਰ ਰਿਹਾ ਹੈ। ਗਗਨ ਹੋਣੀ ਸਾਡੇ ਵੀਰ ਪੰਜਾਬ ਲਾਈਵ 1.com ਵਾਲੇ, ਸਾਰੀਆਂ ਹੀ ਪੁੱਜੀਆਂ ਹੋਈਆਂ ਸਤਿਕਾਰਯੋਗ ਸ਼ਖਸੀਅਤਾਂ ਦੇ ਵੱਡੇ ਜਿਹੜੇ ਧੰਨਵਾਦ ਨੇ, ਸਾਰੇ ਪੁੱਜੇ ਸਤਿਕਾਰਯੋਗ ਚਿਹਰਿਆਂ ਦੇ ਵੱਡੇ ਜਿਹੜੇ ਧੰਨਵਾਦ ਨੇ। ਇੱਕ ਜਿਹੜੀ ਯਾਦਗਾਰੀ ਤਸਵੀਰ ਹੈ, ਹਾਂਜੀ ਪਲੇਅਰ ਆ ਜਾਣ ਜੀ, ਪਲੇਅਰ ਆ ਜਾਣ ਸਾਡੇ ਵੀਰ ਜਿਹੜੇ ਇੱਧਰ ਮੂਹਰੇ ਆ ਜਾਓ, ਦੋਨੋਂ ਟੀਮਾਂ ਦੇ ਪਲੇਅਰ, ਦੋਨੋਂ ਟੀਮਾਂ ਦੇ ਪਲੇਅਰਾਂ ਦੇ ਨਾਲ ਇੱਕ ਜਿਹੜੀ ਯਾਦਗਾਰੀ ਫੋਟੋ ਹੋਵੇਗੀ ਸਾਰੀ ਸਪੋਰਟਸ ਕਲੱਬ ਦੇ ਨਾਲ, ਸਾਰੇ ਅਹੁਦੇਦਾਰ ਵੀਰਾਂ ਦੇ ਨਾਲ ਇੱਕ ਜਿਹੜੀ ਯਾਦਗਾਰੀ ਤਸਵੀਰ ਹੋਵੇਗੀ, ਔਰ ਉਸ ਤੋਂ ਬਾਅਦ ਜਿਹੜਾ ਮੈਚ ਤੁਹਾਡੀ ਨਜ਼ਰ ਕਰਾਂਗੇ ਸਾਰੇ ਪਲੇਅਰਾਂ ਦੇ ਨਾਲ, ਜਿਹੜੀ ਇੱਕ ਸਾਡੀ ਇਹਨਾਂ ਸਤਿਕਾਰਯੋਗ ਸ਼ਖਸੀਅਤਾਂ ਦੇ ਨਾਲ ਇੱਕ ਜਿਹੜੀ ਯਾਦਗਾਰੀ ਤਸਵੀਰ ਹੈ। ਜਿੰਨੀਆਂ ਵੀ ਸਾਡੀਆਂ ਅੱਜ ਦੀਆਂ ਜਿਹੜੀਆਂ ਮਾਣਯੋਗ ਸ਼ਖਸੀਅਤਾਂ, ਸਾਡੇ ਸਤਿਕਾਰਯੋਗ ਚਿਹਰੇ ਆਏ ਨੇ, ਸਾਰੇ ਵੀਰਾਂ ਦਾ ਵੱਡਾ ਧੰਨਵਾਦ। ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਦਾਸ ਜੀ ਗਊਸ਼ਾਲਾ ਵਾਲਾ ਦੇ ਮੁਬਾਰਕ ਹੱਥਾਂ ਦੇ ਨਾਲ ਉਦਘਾਟਨ ਹੋਏ ਹੈ, ਔਰ ਜਿੱਥੇ ਬੜੇ ਜਿਹੜੇ ਮੇਰੇ ਵੀਰ ਆਉਣ ਵਾਲੇ ਸਾਲਾਂ ਦੇ ਵਿੱਚ ਇੱਕ ਕਬੱਡੀ ਕੱਪ ਦਾ ਰੂਪ ਧਾਰਨ ਕਰਨਾ ਇਸ ਖੇਡ ਕਬੱਡੀ ਦੀ ਟੂਰਨਾਮੈਂਟ ਨੇ। ਸਾਡੇ ਵੀਰ ਰਿੱਚੀ ਗਰਗ ਜੀ ਜਲੰਧਰ ਦੂਰਦਰਸ਼ਨ ਤੋਂ ਪਹੁੰਚੇ ਹੋਏ ਹੈ, ਇਹਨਾਂ ਨੇ ਵੀ ਦੂਰਦਰਸ਼ਨ ਜਲੰਧਰ ਦੇ ਉੱਪਰ ਲਾਈਵ ਦਿਖਾਉਣਾ ਇਸ ਖੇਡ ਕਬੱਡੀ ਦੇ ਟੂਰਨਾਮੈਂਟ ਨੂੰ। ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਨੂੰ ਮੁਬਾਰਕਬਾਦ, ਪਹੁੰਚੇ ਹੋਈਆਂ ਸਾਰੀਆਂ ਮਾਣਯੋਗ ਸ਼ਖਸੀਅਤਾਂ ਦਾ ਧੰਨਵਾਦ। ਔਰ ਆਪਾਂ ਜਲਦੀ ਇਸ ਮੈਚ ਦੀ ਸ਼ੁਰੂਆਤ ਕਰਾਂਗੇ, ਨਾਲ ਹੀ ਜਿਹੜੇ 70 ਕਿਲੋ ਦੀਆਂ ਫਸਟ ਤੇ ਸੈਕੰਡਰੀ ਟੀਮਾਂ ਨੇ ਉਹਨਾਂ ਦੇ ਲਈ ਆਦਰ ਸਤਿਕਾਰ ਬਖਸ਼ੇ ਜਾਣਗੇ, ਮਾਨ ਸਨਮਾਨ ਦਿੱਤੇ ਜਾਣਗੇ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਸ੍ਰੀ ਜੋਗਿੰਦਰਪਾਲ ਜੈਨ ਜੀ, ਸ੍ਰੀ ਜੋਗਿੰਦਰਪਾਲ ਜੈਨ ਜੀ
ਹਾਂਜੀ ਦੋਨੋਂ ਟੀਮਾਂ ਨੂੰ ਜਿਹੜੇ ਪ੍ਰਾਈਜ਼ ਦੇ ਦਿੱਤੇ ਜਾਣ। ਮੇਰੀ ਬੇਨਤੀ ਆਪਾਂ ਜਿਹੜੇ ਇਧਰੋਂ ਮੈਚ ਸ਼ੁਰੂ ਕਰਵਾ ਲਾਂਗੇ ਭਾਈ ਬਲਜੀਤ ਜੀ, ਆਪਣੇ ਕੋਲ ਜਗ੍ਹਾ ਜਿਹੜੀ ਬਹੁਤ ਹੈ, ਦੋਨੋਂ ਟੀਮਾਂ ਨੂੰ ਜਿਹੜੇ ਪ੍ਰਾਈਜ਼ ਦੇ ਕੇ ਜਾਣੇ ਆ ਸਾਡੇ ਜੈਨ ਸਾਹਿਬ ਦੇ ਮੁਬਾਰਕ ਹੱਥਾਂ ਦੇ ਨਾਲ ਜਿਹੜੇ, ਔਰ ਨਾਲ ਹੀ ਸਰਦਾਰ ਹਰਚੰਦ ਸਿੰਘ ਜੀ ਕੈਨੇਡੀਅਨ 200 ਰੁਪਏ ਦੇ ਮਾਨ ਸਨਮਾਨ ਭੇਜਦੇ ਆ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਆਪਾਂ ਧੰਨਵਾਦ ਕਰਦੇ ਆ ਹਰਚੰਦ ਸਿੰਘ ਜੀ ਕੈਨੇਡੀਅਨ ਪੂਰੇ 200 ਰੁਪਏ ਦੇ ਮਾਨ ਸਨਮਾਨ ਭੇਜ ਗਏ ਨੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਧੰਨਵਾਦ ਹੈ। ਨਾਲ ਹੀ ਸਾਡੇ ਵੀਰ ਕੋਕੀ ਇਲੈਕਟ੍ਰੋਨਿਕਸ ਵਾਲੇ ਉਹ ਵੀ ਮਾਨ ਸਨਮਾਨ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ। 7-7-1970 ਤੋਂ ਜਿਹੜੇ ਪੁਰਾਣੇ ਤਜਰਬੇਕਾਰ ਨੇ, ਨਾਲ ਹੀ ਸਾਡੇ ਗੁਰਮੀਤ ਲਾਡੀ ਜੀ, ਵਿਸ਼ਾਲ ਭਾਨ ਟਰਾਂਸਪੋਰਟ ਦੁਬਈ ਵਾਲੇ, ਭੁਪਿੰਦਰ ਸਿੰਘ ਜੀ ਕੈਨੇਡਾ, ਬਲਰਾਜ ਸਿੰਘ ਜੀ ਕਲਸੀ ਧਰਮਕੋਟ, ਜਤਿੰਦਰ ਕੁਮਾਰ ਜੀ, ਉਹ ਵੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ, ਵੱਡਾ ਧੰਨਵਾਦ ਹੈ ਸਾਰੀ ਵਿਸ਼ਾਲ ਭਾਰਤ ਟਰਾਂਸਪੋਰਟ ਦੁਬਈ ਦੇ ਜਿਹੜੇ ਮੇਨ ਅਹੁਦੇਦਾਰ ਨੇ ਵੀਰ, ਔਰ ਨਾਲ ਹੀ ਮੇਰੇ ਵੀਰ ਦਾਸ ਨੂੰ ਵੀ, ਉਹ ਵੀਰ ਜਿਹੜੇ ਕਹਿੰਦੇ ਨੇ ਵੀ ਇਸ ਸਾਲ ਦੁਬਈ ਦੇ ਸ਼ਾਰਜਾ ਕੱਪ ਤੇ ਕਮੈਂਟਰੀ ਕਰਨ ਦਾ ਮੌਕਾ ਮਿਲ ਰਿਹਾ ਹੈ, ਦਾਸ ਨੂੰ ਵੀ ਇਸ ਸਾਲ ਸਾਡੇ ਵੀਰ ਗੁਰਮੀਤ ਸਿੰਘ ਜੀ ਜਾਲ ਹੋਣੀ, ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਲਾਡੀ ਸੰਧੂ ਹੋਣੀ ਕਹਿ ਰਹੇ ਨੇ ਵੀ ਇਸ ਸਾਲ ਕੋਕਰੀ ਵਾਲਾ ਤੋਂ ਵੀ ਦੁਬਈ ਦੇ ਸ਼ਾਰਜਾ ਕੱਪ ਤੇ ਕਮੈਂਟਰੀ ਕਰੇਗਾ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ, ਇਸ ਸਾਲ ਦਾਸ ਨੂੰ ਵੀ ਜਿਹੜਾ ਮਾਣ ਹੋਵੇਗਾ ਦੁਬਈ ਦੇ ਸ਼ਾਰਜਾ ਕੱਪ ਤੇ ਕਮੈਂਟਰੀ ਕਰਨ ਦਾ, ਸਾਡੇ ਭਾਈ ਗੁਰਮੀਤ ਸਿੰਘ ਜੀ ਲਾਡੀ ਸੰਧੂ, ਨਾਲ ਸਾਡੇ ਵੀਰ ਭੁਪਿੰਦਰ ਸਿੰਘ ਜੀ ਕੈਨੇਡਾ, ਸਾਡੇ ਭਾਈ ਗੁਰਮੀਤ ਸਿੰਘ ਜੀ ਜੌਲ, ਉਹਨਾਂ ਦੇ ਜਿਹੜੇ ਵੀਰ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ, ਫਸਟ ਸੈਕਿੰਡ ਜਿਹੜੇ ਪ੍ਰਾਈਜ਼ ਦਿੱਤੇ ਜਾ ਰਹੇ ਨੇ। ਵੱਡਾ ਧੰਨਵਾਦ ਸਾਰੀਆਂ ਮਾਣਯੋਗ ਸ਼ਖਸੀਅਤਾਂ ਦੇ ਨਾਲ ਜਿਹੜੇ ਯਾਦਗਾਰੀ ਤਸਵੀਰਾਂ, ਸੈਕਿੰਡ ਪ੍ਰਾਈਜ਼ ਜਿਹੜਾ ਦਿੱਤਾ ਜਾ ਰਿਹਾ ਇਸੇ ਲਈ ਖੁਖਰਾਣੇ ਦੀ ਟੀਮ ਨੂੰ। ਬਹੁਤ ਬਹੁਤ ਧੰਨਵਾਦ ਇਹਨਾਂ ਪੁੱਜੀਆਂ ਸਾਰੀਆਂ ਮਾਣਯੋਗ ਸ਼ਖਸੀਅਤਾਂ ਦੇ। ਇਸ ਵੇਲੇ ਟੀਮਾਂ ਜਿਹੜੀਆਂ ਅਗਲੇ ਮੈਚ ਦੇ ਲਈ, ਮੇਰੀ ਬੇਨਤੀ ਹੈ ਜਲਦੀ ਨਾਲ ਖੇਡ ਗਰਾਊਂਡ 'ਚ ਪਹੁੰਚ ਜਾਣ। ਇੰਦਗੜ੍ਹ ਦੀ ਟੀਮ ਜਿਹੜੀ ਇਸ ਵੇਲੇ ਲਹਿੰਦੇ ਵਾਲੇ ਪਾਸੇ ਖੇਡ ਰਹੀ ਹੈ ਤੇ ਚੜ੍ਹਦੇ ਵਾਲੇ ਪਾਸੇ ਟੀਮ, ਮੇਰੇ ਵੀਰੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਸਰਦਾਰ ਹਰਚੰਦ ਸਿੰਘ ਜੀ ਕੈਨੇਡਾ ਵਾਲੇ, ਉਹ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਨੇ। ਨਾਲ ਹੀ ਸਾਡੇ ਭਾਈ ਤਾਰੀ ਜੀ ਵੀ ਮਾਣ ਦੇ ਕੇ ਗਏ ਨੇ, ਧੰਨਵਾਦ ਇਹਨਾਂ ਸਾਰੇ ਵੀਰਾਂ ਦਾ। ਔਰ ਸਾਡੇ ਸ੍ਰੀ ਜੋਗਿੰਦਰਪਾਲ ਜੀ ਜੈਨ ਸਾਹਿਬ, ਉਹ ਸਾਡੇ ਤੋਂ ਜਿਹੜੇ ਇਸ ਵੇਲੇ ਅਲਵਿਦਾ ਲੈ ਰਹੇ ਨੇ, ਬਹੁਤ ਬਹੁਤ ਧੰਨਵਾਦ ਇਹਨਾਂ ਸਤਿਕਾਰਯੋਗ ਚਿਹਰਿਆਂ ਦਾ, ਪੁੱਜੀਆਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦੇ ਧੰਨਵਾਦ ਨੇ। ਔਰ ਨਾਲ ਹੀ ਅਗਲੇ ਮੈਚ ਦੇ ਲਈ ਮੇਰੀ ਬੇਨਤੀ ਹੈ, ਕਿਸ਼ਨਪੁਰ ਅਤੇ ਪੁਰਾਣੇ ਵਾਲੇ ਜਿਹੜਾ ਮੈਚ ਖੇਡਿਆ ਜਾਣਾ ਭਿੰਡਰ ਤੇ ਬਾਬਾ ਕਰਮ ਸਿੰਘ ਕਲੱਬ ਇੰਦਗੜ੍ਹ, ਇਹ ਵੀ ਟੀਮਾਂ ਖੇਡ ਗਰਾਊਂਡ ਦੇ ਵੱਲ ਆਉਣਗੀਆਂ। ਸਰਦਾਰ ਲਕਸ਼ਮਣ ਸਿੰਘ ਜੀ ਗਿੱਲ, ਉਹ ਵੀ ਜਿਹੜੇ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਹੀ ਸਤਿਕਾਰਯੋਗ ਚਿਹਰਿਆਂ ਦੇ। ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਾਈਟਾਂ ਜਿਹੜੀਆਂ ਜਗਾ ਦਿੱਤੀਆਂ ਜਾਣ, ਜਗਤਾਰ ਵੀਰ ਲੈ ਜ਼ਿੰਮੇਵਾਰੀਆਂ ਸਾਂਭੋ। ਨਾਲ ਹੀ ਸਾਡੇ ਵੀਰ ਜੱਸੇ ਦਾ ਵੀ ਜਿਹੜਾ ਕਹਿੰਦੇ ਵੀ ਬੜਾ ਮਾਨ ਸਨਮਾਨ ਹੋਵੇਗਾ ਸਾਡੇ ਵੀਰਾਂ ਵੱਲੋਂ, ਆਪਾਂ ਧੰਨਵਾਦ ਕਰਦੇ ਹਾਂ। ਸਾਡੇ ਵੀਰ ਰਿਚੀ ਗਰਗ ਜੀ ਰੋਜ਼ਾਨਾ ਜਲੰਧਰ ਤੋਂ ਪੁੱਜੇ ਹੋਏ ਹੈ, ਇਹਨਾਂ ਨੇ ਵੀ ਕੱਲ ਨੂੰ ਦੂਰਦਰਸ਼ਨ ਜਲੰਧਰ ਦੇ ਜ਼ਰੀਏ ਇਸ ਕਬੱਡੀ ਟੂਰਨਾਮੈਂਟ ਨੂੰ ਲਾਈਵ ਦਿਖਾਉਣਾ ਹੈ। ਮੇਰੀ ਬੇਨਤੀ ਹੈ ਟੀਮਾਂ ਜਿਹੜੀਆਂ, ਹਾਂਜੀ MLA ਸਾਹਿਬ ਦੇ ਨਾਲ ਜੋ ਉਹਨਾਂ ਦਾ ਸਟਾਫ ਆਇਆ, ਉਹਨਾਂ ਦੀ ਨਾਲ ਜਿੰਨੀ ਵੀ ਲੀਡਰਸ਼ਿਪ ਆਈ ਹੈ, ਉਹ ਉਹਨਾਂ ਦੇ ਜਿਹੜੇ ਗਾਰਡਨ ਨੇ ਨਾਲ ਜਿੰਨਾ ਵੀ ਸਟਾਫ ਹੈ ਉਹਨਾਂ ਦਾ, ਉਹ ਇੱਥੇ ਸਟੇਜ ਦੇ ਲਾਗੇ ਆ ਜਾਣ, ਉਹਨਾਂ ਜਿਹੜਾ ਚਾਹ ਪਾਣੀ ਵਗੈਰਾ ਉਹਨਾਂ ਦਾ ਆਇਆ, ਉਹ ਵੀ ਜਿਹੜੇ ਸਟੇਜ ਦੇ ਲਾਗੇ ਆ ਜਾਣ। ਬੇਨਤੀ ਹੈ ਸਾਡੀ, ਚੰਦਾ ਵਾਲੇ ਜੱਸੇ ਦਾ ਵੀ ਵਿਸ਼ੇਸ਼ ਜਿਹੜਾ ਮਾਨ ਸਨਮਾਨ ਸਟੇਜ ਦੇ ਉੱਪਰੋਂ ਕੀਤਾ ਜਾ ਰਿਹਾ ਹੈ। ਇਸ ਵੇਲੇ ਦਾਲੇਵਾਲ ਦੀ ਧਰਤੀ ਦਾ ਕਾਲੂ ਨੌਜਵਾਨ ਪੁਆਇੰਟ ਲੈ ਕੇ ਭੱਜਦਾ ਹੋਇਆ
ਕੋਈ ਵੀ ਵੀਰ ਜਿਹੜਾ ਹੱਥ ਨਾ ਲਾਵੇ ਲਾਈਟਾਂ ਦੇ ਪੋਲਾਂ ਨੂੰ ਦੇਵ ਦਿਆਲਪੁਰਾ ਜੀ ਲਾਈਟਾਂ ਆਪੇ ਜਗ ਪੈਣਗੀਆਂ ਉਹ ਜਗਦੀਆਂ ਠੰਡੀਆਂ ਹੋ ਗਈਆਂ ਲਾਈਟਾਂ ਜਿਹੜੀਆਂ ਗਰਮ ਹੋ ਕੇ ਚੱਲਣੀਆਂ ਵੀਰ ਜੀ ਹੱਥ ਨਾ ਲਾਇਓ ਕੋਈ ਵੀਰ ਲਾਈਟਾਂ ਨੂੰ ਸਾਡਾ ਵੀਰ ਅਵਤਾਰ ਨਾਲ ਲੰਘੇ ਨਾ ਹਾਂਗਕਾਂਗ ਰਿੱਕੀ ਰੰਧਾਵੇ ਹੋਣੀ ਰਾਣੇ ਹੋਣੀ ਸਾਡੇ ਵੀਰ ਬੈਠੇ ਨੇ ਹਾਂਗਕਾਂਗ ਦੇ ਵਿੱਚ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਨੇ ਚਮਕਾਰ ਫੋਟੋ ਸਟੂਡੀਓ ਉਹ ਆਵੇ ਸਾਡਾ ਵੀਰ ਚਮਕਾਰ ਫੋਟੋ ਸਟੂਡੀਓ ਵਾਲਾ ਜਲਦੀ ਨਾਲ ਆਵੇ ਮੇਰੀ ਬੇਨਤੀ ਹੈ ਨਾਲ ਹੀ ਔਰ ਨਾਲ ਹੀ ਸਾਡੇ ਸਤਿਕਾਰਯੋਗ ਹੈ ਬਿਕਰ ਸਿੰਘ ਜੀ ਡੁਬਈ ਉਹਨਾਂ ਵੱਲੋਂ 100 ਰੁਪਏ ਦੇ ਵੱਡੇ ਮਾਨ ਸਨਮਾਨ ਪੁੱਜੇ ਨੇ ਪੰਜਾਬੀ ਬੋਲਣ ਤੋਂ ਖੁਸ਼ ਹੋ ਗਏ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਹੈ ਬਿਕਰ ਸਿੰਘ ਜੀ ਡੁਬਈ ਉਹਨਾਂ ਵੱਲੋਂ 100 ਰੁਪਏ ਦੇ ਵੱਡੇ ਮਾਨ ਸਨਮਾਨ ਪੁੱਜੇ ਨੇ ਆਪਾਂ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਦੋਲੇ ਵਾਲੇ ਪਿੰਡ ਦੇ ਕਹਿੰਦੇ ਵੀ ਕਾਲੂ ਦੀ ਪਾਈ ਹੋਈ ਕਬੱਡੀ ਉਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਹੁਣ ਚਾਰ ਜਾਫੀ ਇੱਕ ਪਾਸੇ ਕਹਿੰਦੇ ਵੀ ਇੰਦਗੜ ਦੇ ਗਿੱਲ ਪਰਿਵਾਰ ਦਾ ਮੁੰਡਾ ਹੈ ਲਓ ਸਾਹਮਣੇ ਕਹਿੰਦੇ ਵੀ ਵੱਧ ਕੇ ਕੋਸ਼ਿਸ਼ ਕੀਤੀ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਗਿੱਲ ਨੇ ਕਹਿੰਦੇ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਕਾਲੂ ਨੌਜਵਾਨ ਆਪਣੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਤਾਰੀ ਕਹਿੰਦੇ ਵੀ ਕਾਫੀ ਲੰਬੇ ਸਮੇਂ ਤੋਂ ਖੇਡਦਾ ਆ ਰਿਹਾ ਲਓ ਤਾਰੀ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਕਹਿੰਦੇ ਵੀ ਗਗੜੇ ਦੀ ਧਰਤੀ ਦੇ ਹੈ ਲਓ ਇੱਕ ਪਾਸੇ ਕਹਿੰਦੇ ਵੀ ਮੁੰਡਾ ਗਿੰਦਰ ਹੈ ਦੋ ਨੰਬਰ ਦੇ ਕਹਿੰਦੇ ਕਾਕਾ ਸਿਰੇ ਦਾ ਜਾਫੀ ਹੈ ਨਾਲ ਕਹਿੰਦੇ ਵੀ ਅਮਰੀਕ ਸਿੰਘ ਹੈ ਦੌਲੇ ਵਾਲੇ ਪਿੰਡ ਦਾ ਹੁਣ ਚਾਰ ਜਾਫੀ ਹੈ ਕੌਣ ਵੱਧ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਲਓ ਸਾਹਮਣੇ ਪੁਆਇੰਟ ਜਿਹੜਾ ਇਸ ਵੇਲੇ ਰੇਟਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਫਤਿਹਗੜੀਆ ਅਮਰੀਕ ਸਾਡੇ ਵੀਰ ਪ੍ਰੀਤਮ ਨੂੰ ਮਿਲ ਲਵੇ ਸਟੇਜ ਦੇ ਲਾਗੇ ਫਤਿਹਗੜੀਆ ਅਮਰੀਕ ਸਾਡੇ ਵੀਰ ਪ੍ਰੀਤਮ ਨੂੰ ਸਟੇਜ ਦੇ ਲਾਗੇ ਮਿਲ ਲਵੇ ਇਸੇ ਲਈ ਸਾਹਮਣੇ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਖਗੜੇ ਵਾਲੇ ਧੰਨੇ ਦਾ ਸਪੁੱਤਰ ਮੇਰੇ ਵੀਰ ਕਾਲੂ ਕਬੱਡੀ ਪਾ ਰਿਹਾ ਹੈ ਮੁੰਡੇ ਨੇ ਮਾਰੀ ਹੈ ਛਾਲ ਤੇ ਸਾਹਮਣੇ ਕੌਣ ਹੈ ਇੰਦਗੜ ਪਿੰਡ ਦਾ ਗਿੱਲ ਹੈ ਮੇਰੇ ਵੀਰ ਇਸੇ ਲਈ ਖੇਡ ਦੇ ਮੈਦਾਨ ਦੇ ਵਿੱਚ ਸਾਡੇ ਵੀਰ ਡੋਲੀ ਭਾਈ ਵਾਲੇ ਡੀਟੇ ਦਾ ਵੱਡਾ ਵੀਰ ਬੈਠਾ ਗੈਂਸਾ ਹਾਂਗਕਾਂਗ ਦੇ ਵਿੱਚ ਉਹ ਵੀ ਕੱਲੀ ਕੱਲੀ ਕਬੱਡੀ ਦਾ ਸਵਾਦ ਲੈ ਰਿਹਾ ਹੈ ਮੈਚ ਜਿਹੜਾ ਸਮਾਪਤ ਹੈ ਇਸ ਮੈਚ ਦੇ ਵਿੱਚੋਂ ਗਗੜਾ ਵਿਨ ਰਹੀ ਹੈ ਮੇਰੇ ਪ੍ਰਬੰਧਕ ਵੀਰ ਮਿੰਦੂ ਜੀ ਨੋਟ ਕਰ ਲੈਣ ਗਗੜਾ ਜਿਹੜੀ ਵਿਨ ਰਹੀ ਹੈ ਇਸ ਚੱਲਦੇ ਮੈਚ ਦੇ ਵਿੱਚੋਂ ਆਓ ਜੀ ਪੁਰਾਣੇ ਵਾਲਾ ਤੇ ਕਿਸ਼ਨਪੁਰਾ ਪੁਰਾਣੇ ਵਾਲਾ ਤੇ ਕਿਸ਼ਨਪੁਰਾ ਦੋਨੋਂ ਟੀਮਾਂ ਜਿਹੜੀਆਂ ਖੇਡ ਮੈਦਾਨ ਪੁੱਜਣਗੀਆਂ ਨਾਲ ਹੀ ਸਾਡਾ ਵੀਰ ਨੈਣਾ ਦੁਬਈ ਵਾਲਾ ਔਰ ਨਿਰਮਲ ਢੇਰੀ ਸਾਡਾ ਵੀਰ ਆਸਟ੍ਰੇਲੀਆ ਦੇ ਵਿੱਚ ਬੈਠਾ ਬਾਹਰੋਂ ਫੋਨ ਕਰ ਰਿਹਾ ਔਰ ਮੁਬਾਰਕਬਾਦ ਦਿੱਤੀ ਜਾ ਰਹੀ ਸਾਰੀ ਪੈਰਾਮਾਊਂਟ ਫੋਰਸ ਕਲੱਬ ਨੂੰ ਮੈਚ ਬੜੇ ਤਕੜੇ ਖੇਡੇ ਜਾ ਰਹੇ ਨੇ ਇਸ ਵੇਲੇ ਪੁਰਾਣੇ ਵਾਲਾ ਤੇ ਕਿਸ਼ਨਪੁਰੇ ਦੀ ਟੀਮਾਂ ਜਿਹੜੀਆਂ ਸੈਂਟਰਾਂ ਤੇ ਆ ਜਾਣ ਜਲਦੀ ਨਾਲ ਕਿਸ਼ਨਪੁਰਾ ਤੇ ਪੁਰਾਣੇ ਵਾਲਾ ਨਿੱਕੇ ਬੋਰ ਵੀ ਆਪ ਮੇਰੇ ਵੀ ਸਾਈਡਾਂ ਲੈ ਲਓ ਤੁਹਾਡੀ ਤੁਸੀਂ ਮੇਰੀ ਬੇਨਤੀ ਹੈ ਹਰਦੀਪ ਜੇ ਤੂੰ ਕਿਹੜੀ ਸੀ ਵੀਰੇ ਵੀਰ ਜੀ ਗਗੜਾ ਗਗੜਾ ਹੀ ਨੇ ਅੰਮ੍ਰਿਤਪਾਲ ਗਗੜਾ ਵਿਨ ਰਹੀ ਹੈ ਜੀ ਸਾਡੇ ਸਤਿਕਾਰਯੋਗ ਨਰੈਣ ਸਿੰਘ ਜੀ ਨੈਣਾ ਕਬੱਡੀ ਖਿਡਾਰੀ ਔਰ ਨਿਰਮਲ ਸਿੰਘ ਜੀ ਆਸਟ੍ਰੇਲੀਆ ਵੱਡੇ ਮਾਨ ਸਨਮਾਨ ਭੇਜ ਗਏ 100 ਰੁਪਏ ਦੇ ਆਪਾਂ ਧੰਨਵਾਦ ਕਰਦੇ ਹਾਂ ਵੱਡੇ ਆਦਰ ਸਤਿਕਾਰ ਭੇਜ ਗਏ ਨਰੈਣ ਸਿੰਘ ਜੀ ਨੈਣਾ ਵਧੀਆ ਪਲੇਅਰ ਔਰ ਨਾਲ ਹੀ ਨਿਰਮਲ ਸਿੰਘ ਜੀ ਆਸਟ੍ਰੇਲੀਆ ਵੱਡੇ ਮਾਨ ਸਨਮਾਨ ਭੇਜ ਗਏ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅਗਲਾ ਮੈਚ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇ ਮੇਰੀ ਬੇਨਤੀ ਹੈ ਅਗਲਾ ਮੈਚ ਜਿਹੜਾ ਕਹਿੰਦੇ ਵੀ ਦੁਧੀਆ ਰੋਸ਼ਨੀ ਦੇ ਵਿੱਚ ਖੇਡਿਆ ਜਾਣਾ ਹੈ ਪੂਰਾ ਟਾਪ ਦਾ ਮੈਚ ਖੇਡਿਆ ਜਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਪੁਰਾਣੇ ਵਾਲੇ ਪਿੰਡ ਦਾ ਕਹਿੰਦੇ ਵੀ ਨਿੱਕਾ ਸਿਰੇ ਦਾ ਜਾਫੀ ਹੈ ਗੁਰਮੀਤ ਵਰਗੇ ਪਿੰਦਰ ਵਰਗੇ ਜਿੰਨੇ ਜੱਫੇ ਪੁਰਾਣੇ ਵਾਲੀ ਆ ਮਨਜਿੰਦਰ ਲਾਵੇਗਾ ਕਾਲਾ ਕਬੱਡੀ ਖਿਡਾਰੀ ਉਹਨੇ ਸਾਹ ਸਾਹ ਦੇ ਨੋਟ ਦੇਣੇ ਉਸ ਵੀਰ ਨੇ
ਲਓ ਇਸ ਵੇਲੇ ਭਿੰਡਰ ਤੇ ਬਾਬਾ ਕਰਮ ਸਿੰਘ ਕਲੱਬ ਇੰਦਗੜ ਅਗਲੇ ਮੈਚ ਲਈ ਗਰਾਊਂਡ ਤੇ ਆ ਜਾਣ। ਸ਼ਿੰਦਾ ਜਿੰਨੇ ਜੱਫੇ ਲਾਵੇਗਾ ਅਮਰਤਪਾਲ ਪੁਰਾਣੇ ਵਾਲੀ ਔਰ ਨੇ ਸਾਥ ਸਾਥ ਦੇ ਨੋਟ ਦੇਵੇਗਾ। ਨਿੱਕੇ ਆਪਾਂ ਸਾਈਡਾਂ ਲੈ ਲਈਏ ਮੇਰੇ ਵੀਰ, ਦਰਸ਼ਕ ਵੀਰ ਵੀ ਤੁਹਾਡੇ ਮੈਚ ਦੇਖਣ ਲਈ ਬੈਠੇ ਹੈ। ਲਓ ਇਸ ਵੇਲੇ ਮੈਚ ਬੜਾ ਤਕੜਾ ਖੇਡਿਆ ਜਾਣਾ ਹੈ। ਕਿੰਦਾ ਕਹਿੰਦਾ ਵੀ ਸ਼ਿੰਦਾ ਜਿੰਨੇ ਜੱਫੇ ਲਾਵੇਗਾ ਉਹਨੇ ਸਾਥ ਸਾਥ ਦੇ ਨੋਟ ਦੇਵਾਂਗੇ ਕਿ ਖੇਡ ਕੇ ਜੋ ਮੱਲਾਂ ਮਾਰਦੇ ਨੇ ਵੱਡੀਆਂ, ਘਿਓ ਦੇ ਮੋਟਰਸਾਈਕਲ ਕਈਆਂ ਨੂੰ ਮਿਲਣ ਗੱਡੀਆਂ ਤੇ ਘਿਓ ਦੇ ਪੀਪੇ ਜਿੱਤ ਦੇ ਕੀ ਐਲਸੀਡੀਆਂ, ਮੁੱਲ ਪੈਂਦਾ ਜੋਧਿਆ ਸਾਂਭੀ ਜਾਣ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਤੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ, ਬਈ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ, ਜਿੰਨਾ ਮਾਵਾਂ ਦੇ ਪੁੱਤ ਕਬੱਡੀ ਖੇਡਦੇ ਹੈ ਸਾਰੇ ਖਾਨਦਾਨ ਦਾ ਨਾ ਉੱਚਾ ਚੁੱਕ ਦਿੰਦੇ ਹੈ। ਇਸ ਵੇਲੇ ਟੀਮ ਜਿਹੜੀ ਮੇਰੇ ਵੀਰੇ ਕਿਸ਼ਨਪੁਰੇ ਪਿੰਡ ਦੀ ਉਹ ਚੜ੍ਹਦੇ ਵਾਲੇ ਪਾਸੇ ਤੇ ਲਹਿੰਦੇ ਵਾਲੇ ਪਾਸੇ ਟੀਮ ਜਿਹੜੀ ਹੈ ਮੇਰੇ ਵੀਰੇ ਉਹ ਪਿੰਡ ਪੁਰਾਣੇ ਵਾਲ ਦੀ ਹੈ। ਸਾਡੇ ਵੀਰ ਅਮਨਦੀਪ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਯੂਥ ਦੇ ਪ੍ਰਧਾਨ ਨੇ, ਉਹ ਵੀਰ ਬੋਲਾਂ ਤੋਂ ਖੁਸ਼ ਹੋ ਕੇ ਬੜੇ ਮਾਣ ਦੇ ਰਹੇ ਨੇ। ਅਮਨਦੀਪ ਸਾਡਾ ਵੀਰ ਚਗਾਵੇ ਵਾਲਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹੇ ਯੂਥ ਦਲ ਦਾ ਪ੍ਰਧਾਨ ਹੈ, ਉਹ ਵੀਰ ਜਿਹੜਾ ਬੋਲਾਂ ਤੋਂ ਖੁਸ਼ ਹੋ ਕੇ ਬੜੇ ਮਾਣ ਭੇਜ ਰਿਹਾ ਹੈ। ਲਓ ਇਸ ਵੇਲੇ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਨਾਟਵਾਟ ਗੱਭਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਸੁੱਖੇ ਪੰਡਾਲ ਦਾ ਨਾਂ ਸੁਣ ਕੇ ਜਾਂਦੇ ਆ ਰੇਡਰ ਕੰਬ ਵੀ, ਚਰਚਾ ਪੂਰੀ ਦੇ ਵਿੱਚ ਹੈ ਲੋਕੋ ਰੌਲੀ ਵਾਲਾ ਬੰਬ ਵੀ। ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਕਬੱਡੀ ਪਾ ਰਿਹਾ ਹੈ। ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਲੰਡੇ ਕੇ ਪਿੰਡ ਦਾ ਨਿੱਕਾ ਮੋਰ ਨਹੀਂ ਕਰਦਾ ਕੋਸ਼ਿਸ਼, ਗੱਲ ਸਮਝਦੀ ਹੈ ਤੇ ਪੁਆਇੰਟ ਰੇਡਰ ਦਾ। ਸਾਡੇ ਵੀਰ ਹੈਪੀ ਹੋਣੀ, ਸਾਡੇ ਵੀਰ ਗਗਨ ਹੋਣੀ ਪੰਜਾਬ ਲਾਈਵ 1.com ਦੇ ਜ਼ਰੀਏ ਦਿਖਾ ਰਹੇ ਨੇ ਕੱਲੀ ਕੱਲੀ ਕਬੱਡੀ ਨੂੰ। ਔਰ ਸਾਡੇ ਵੀ ਰਿਚੀ ਗਰਗ ਜੀ ਪਹੁੰਚੇ ਹੋਏ ਨੇ ਕੱਲ ਨੂੰ 9 ਤੋਂ 9:15 ਵਜੇ ਦੇ ਵਿੱਚ, ਜਿਹੜਾ ਕਹਿੰਦੇ ਵੀ ਜਲੰਧਰ ਦੂਰਦਰਸ਼ਨ ਦੇ ਉੱਪਰ ਜਿਹੜਾ ਇਹ ਪ੍ਰੋਗਰਾਮ ਇਹ ਟੂਰਨਾਮੈਂਟ ਜਿਹੜਾ ਲਾਈਵ ਦਿਖਾਇਆ ਜਾਣਾ ਹੈ। ਤੇ ਇਸ ਵੇਲੇ ਸਾਹਮਣੇ ਗੱਭਰੂ ਕਬੱਡੀ ਪਾ ਰਿਹਾ ਕਿਸ਼ਨਪੁਰੀਆ ਤੇ ਜਾਫੀ ਕੌਣ ਹੈ ਪਿੱਥੋਂ ਦੀ ਧਰਤੀ ਦਾ ਸ਼ੀਰ ਆ ਮੇਰੇ ਵੀਰ। ਕਹਿੰਦੇ ਵੀ ਖੇਡ ਮੈਦਾਨਾਂ ਦੇ ਵਿੱਚ ਦਹਿਸ਼ਤ ਦਾ ਦੂਜਾ ਨਾਂ ਹੈ ਤੇ ਇਸ ਵੇਲੇ ਜੱਫਾ ਲੱਗ ਚੁੱਕਿਆ ਹੈ। ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਪੁਰਾਣੇ ਵਾਲੀ ਅਜੈਬ ਸਿੰਘ ਦਾ ਸਪੁੱਤਰ ਵਧਿਆ ਹੋਇਆ ਮੇਰੇ ਵੀਰ। ਵੱਡੀ ਜਿਹੜੀ ਮੁਬਾਰਕਬਾਦ ਆ ਸੂਚੀ ਪੈਰਾਮਾਊਂਟ ਸਪੋਰਟਸ ਕਲੱਬ ਨੂੰ, ਵੱਡੀਆਂ ਜਿਹੜੀਆਂ ਮਾਨਯੋਗ ਸ਼ਖਸੀਅਤਾਂ ਪਹੁੰਚੀਆਂ ਹੋਈਆਂ, ਵਧੀਆ ਟੀਮਾਂ ਆਈਆਂ, ਦੁਨੀਆ ਭਰ ਦੇ ਟੌਪ ਦੇ ਪਲੇਅਰ ਆਏ ਹੈ ਤੇ ਮੈਚ ਵੀ ਪੂਰੇ ਟੌਪ ਦੇ ਖੇਡੇ ਗਏ ਹੈ। ਇਸ ਵੇਲੇ ਪੁਰਾਣੇ ਵਾਲੀ ਪ੍ਰੀਤਮ ਦੀ ਕਬੱਡੀ ਪੈਂਦੀ ਹੈ ਤੇ ਮੋਟਾ ਕਿਸ਼ਨਪੁਰੀਆ ਜਾਫੀ ਕੋਸ਼ਿਸ਼ ਕਰਦਾ ਹੈ ਪਰ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ। ਪਿੰਦੂ ਸਾਡਾ ਵੀਰ ਕਹਿੰਦਾ ਵੀ ਪ੍ਰੀਤਮ ਜਿੰਨੇ ਪੁਆਇੰਟ ਲਵੇਗਾ ਉਹਨੂੰ ਸਾਥ ਸਾਥ ਦੇ ਨੋਟ ਦੇਵਾਂਗੇ। ਬਲਕਾਰੇ ਸਰਪੰਚ ਦਾ ਪਿੰਡ ਹੈ ਕਿਸ਼ਨਪੁਰਾ, ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ। ਪ੍ਰੀਤਮ ਦੇ ਲਈ ਉਹਦੇ ਫੁੱਫੜ ਜੀ 100 ਰੁਪਏ ਦੇ ਰਹੇ ਨੇ, ਏਕਮ ਚੀਮਾ ਜੀ ਪ੍ਰੀਤਮ ਦੇ ਲਈ 100 ਰੁਪਇਆ ਭੇਜ ਰਹੇ ਨੇ, ਬੜਾ ਧੰਨਵਾਦ ਹੈ। ਆ ਜਾਫੀ ਕਹਿੰਦੇ ਵੀ ਬੱਲੇ ਬੱਲੇ ਕਰਵਾਉਂਦਾ ਪੰਜਾਬ ਦੇ ਕਬੱਡੀ ਕੱਪਾਂ ਤੇ ਕਾਕੇ ਫਤਿਹਗੜ੍ਹੀਏ ਦੀ ਟੀਮ ਲਈ, ਕੌਣ ਹੈ ਕਹਿੰਦੇ ਸਰਦਾਰ ਲਛਮਣ ਸਿੰਘ ਗਿੱਲ ਦੇ ਘਰ ਦਾ ਵਾਰਿਸ ਹੈ। ਇਸ ਵੇਲੇ ਨਿੱਕਾ ਹੈ ਪੁਰਾਣੇ ਵਾਲ ਦੀ ਧਰਤੀ ਦਾ ਢਾ ਵੱਜੀ ਹੈ ਤਾੜੀਆਂ ਵੱਜਣ ਗੀਆਂ ਆ ਵਾਹ ਨੌਜਵਾਨਾਂ। ਇਸ ਵੇਲੇ ਵੱਜੀ ਹੋਈ ਕੈਂਚੀ ਹੈ, ਅੱਜ ਦਾ ਪੰਪ ਤੇ ਸਮਾਂ ਬੀਤ ਗਿਆ ਹੈ। ਪੁਆਇੰਟ ਇਸ ਵੇਲੇ ਸਟਾਪਰ ਦਾ ਏਕਮ ਚੀਮਾ ਜੀ ਨਿੱਕੇ ਲਈ 100 ਰੁਪਇਆ ਦੇ ਰਹੇ ਨੇ। ਅਗਲੀ ਕਬੱਡੀ ਰੌਲੀ ਪਿੰਡ ਦੇ ਹਰਪ੍ਰੀਤ ਸਿੰਘ ਬੰਬ ਦੀ ਹੈ। ਹੈਲੋ, ਨਿੱਕੇ ਨੂੰ ਬਿੰਦੂ ਵੱਲੋਂ 100 ਰੁਪਇਆ। ਇੱਕ ਮਿੰਟ ਰੁਕ, ਹੈਲੋ ਜੈਨ ਸਾਹਿਬ ਆਓ ਸਾਹਿਬ। ਜੈਨ ਸਾਹਿਬ ਜਿਹੜੇ ਦਿਲ ਖਿੱਚ ਪੇ ਮੁਕਾਬਲੇ ਕਬੱਡੀ ਦੇ ਹੋ ਰਹੇ ਨੇ ਜਿਹਦੇ ਵਿੱਚ ਬਹੁਤ ਹੀ ਉਤਸ਼ਾਹ ਲੋਕਾਂ ਦਾ ਜਿਹੜਾ ਬਣਿਆ ਹੋਇਆ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਮੌਕੇ ਦੇ ਉੱਤੇ ਸਪੈਸ਼ਲ ਮੌਕੇ ਪਹੁੰਚ? ਇਸ ਪਿੰਡ ਦਾ ਜਿਹੜਾ ਵੀ ਟੂਰਨਾਮੈਂਟ ਜਾਂ ਹੋਰ ਵੀ ਕੋਈ ਫੰਕਸ਼ਨ ਹੁੰਦਾ ਹੈ
ਉਹ ਹਮੇਸ਼ਾ ਹੀ ਬੜਾ ਸ਼ਾਨਦਾਰ ਤੇ ਜੋਸ਼ ਵਾਲਾ ਹੁੰਦਾ ਕਿਉਂਕਿ ਇਸ ਪਿੰਡ ਦੇ ਜਿੰਨੇ ਵੀ ਸਾਡੇ ਭਰਾ ਬਾਹਰ ਗਏ ਨੇ ਉਹਨਾਂ ਸਾਰਿਆਂ ਤੇ ਮਾਣ ਹੈ। ਅੱਜ ਵੀ ਨੂੰ ਦੇਖਣ ਵਾਸਤੇ ਲਾਈਵ ਪ੍ਰੋਗਰਾਮ ਚੱਲ ਰਿਹਾ, ਇੰਗਲੈਂਡ ਵੀ ਚੱਲ ਰਿਹਾ, ਕੈਨੇਡਾ ਵੀ ਤੇ ਅਮਰੀਕਾ ਵੀ ਚੱਲ ਰਿਹਾ ਤੇ ਉਸ ਦੇ ਨਾਲ ਇਸ ਸਾਰੇ ਟੂਰਨਾਮੈਂਟ ਦਾ ਜੋਸ਼ ਹੋਰ ਵੀ ਵੱਧ ਗਿਆ। ਬਾਕੀ ਇਹ ਪੈਰਾਮਾਊਂਟ ਕਲੱਬ ਜੋ ਬਣੀ ਹੋਈ ਹੈ ਸਪੋਰਟਸ ਕਲੱਬ, ਇਹ ਮਤਲਬ ਇਸਦੇ ਮੈਂਬਰ ਜਿਹੜੇ ਹੈਗੇ ਨੇ ਉਹ ਮਲਟੀਨੈਸ਼ਨਲ NRI 'ਚ ਨੇ ਸਾਰੇ। ਹੁਣ ਵੀ ਸਾਹ ਗੁਰਪ੍ਰੀਤ ਸਿੰਘ ਵੀ ਧਰਮਕੋਟ ਤੋਂ ਜਿਹੜੇ ਦੁਬਈ ਨੇ ਉਹਨਾਂ ਦਾ ਵੀ ਬੜਾ ਯੋਗਦਾਨ ਹੈ। ਸਾਹ ਮੰਗਲ ਸਿੰਘ ਰੌਲੀ ਤੋਂ, ਸਾਹ ਪਰਮ ਗਿੱਲ ਜਿਹੜੇ ਮਿਨਿਸਟਰ ਨੇ ਸਾਡੇ ਕੈਨੇਡੀਅਨ ਗਵਰਨਮੈਂਟ ਦੇ, ਉਹਨਾਂ ਦੇ ਬ੍ਰਦਰ ਮਨਜੀਤ ਗਿੱਲ, ਬੜਾ ਯੋਗਦਾਨ ਹੈ ਉਹਨਾਂ ਦਾ ਇਸ ਪਿੰਡ ਦਾ ਨਾਂ ਉਤਾਂਹ ਚੱਕਣ 'ਤੇ। ਬਲਜੀਤ ਜੀ ਔਰ ਹੋਰ ਇਸ ਪਿੰਡ ਦੇ ਸਾਰੇ ਹੀ, ਹਰਿੰਦਰ ਗਿੱਲ ਜੀ ਹੈ, ਸਾਹ ਵਜੀਰ ਸਿੰਘ ਹੈ, ਲਛਮਣ ਸਿੰਘ ਜੀ ਨੇ, ਸਾਰੇ ਬੰਦਿਆਂ ਸਾਰੇ ਜਿਹੜੇ ਮੈਂਬਰ ਨੇ ਇਸ ਮੈਨੇਜਮੈਂਟ ਦੇ, ਉਹਨਾਂ ਸਾਰਿਆਂ ਦਾ ਆਪੋ ਵੀ ਦੀ ਪਿਆਰ ਵੀ ਇਤਵਾਕ ਵੀ ਬਹੁਤ ਹੈ ਪਿੰਡ ਦੇ ਹੋਰ ਕੰਮਾਂ ਦੇ ਵਾਸਤੇ ਵੀ। ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਸ਼੍ਰੀ ਜਗਿੰਦਰਪਾਲ ਜੀ ਜੈਨ ਸਾਹਿਬ, ਜਿਹਨਾਂ ਨੇ ਬੜੇ ਜਿਹੜੇ ਵਧੀਆ, ਬਹੁਤ ਬਹੁਤ ਧੰਨਵਾਦ ਹੈ। ਮੈਚ ਇਸ ਵੇਲੇ ਸਮਾਪਤ ਹੈ। ਅੰਮ੍ਰਿਤਪਾਲ ਦੱਸੀ ਵੀਰੇ ਕਿਹੜੀ ਟੀਮ ਜੇਤੂ ਹੈ ਇਸ ਮੈਚ ਦੇ ਵਿੱਚ? ਪੁਰਾਣੇ ਵਾਲੇ ਦੀ ਟੀਮ ਜਿਹੜੀ ਵਿਨਰ ਰਹੀ ਹੈ 9.5 ਲੈ ਕੇ, ਪੁਰਾਣੇ ਵਾਲਾ ਵਿਨਰ ਹੈ ਭਿੰਡਰ ਦੇ ਬਾਬਾ ਕਰਮ ਸਿੰਘ ਕਲੱਬ ਬਿੰਦਗੜ। ਪੁਰਾਣੇ ਵਾਲਾ ਜੇਤੂ ਬਈ, ਨਿੱਕੇ ਨਿੱਕਾ ਕਿੱਥੇ ਆ? ਨਿੱਕੇ ਵਾਲੇ ਕੋਈ ਸੌਫੀ ਭਿੰਡਰ ਤੇ ਬਾਬਾ ਕਰਮ ਸਿੰਘ ਕਬੱਡੀ ਕਲੱਬ ਇੰਦਗੜ੍ਹ ਦੀਆਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ। ਔਰ ਹਾਂਜੀ ਹਾਂਜੀ, ਫੋਟੋਗ੍ਰਾਫਰ ਚਮਕਾਰ ਜੌਲ ਜੀ ਆਓ ਜੀ। ਚਮਕਾਰ ਤੂੰ ਸਟੇਜ ਦੇ ਨੇੜੇ ਰਹਿ ਵੀਰੇ, ਹੁਣ ਤੇਰੀ ਲੋੜ ਆ ਸਾਨੂੰ, ਤੂੰ ਨੇੜੇ ਰਹਿ। ਫਤਿਹਗੜ੍ਹੀ ਆ ਗੁਰਜੀਤ ਤੋਂ ਆਪਣੀ ਗੱਡੀ ਕੋਲ ਪਹੁੰਚ ਜਾਵੇ, 365 ਵਾਲੀ ਪੰਜਾਬ ਲਾਈਵ ਵਾਲੀ ਗੱਡੀ ਕੋਲ ਆ ਜਾਵੇ ਫਤਿਹਗੜ੍ਹੀ ਆ ਗੁਰਜੀਤ।
ਔਰ ਨਾਲ ਹੀ ਬੜੀ ਖੁਸ਼ੀ ਦੀ ਗੱਲ ਆ ਵੀ ਆਪਾਂ ਮੁਬਾਰਕਬਾਦ ਵੀ ਦਿੰਦੇ ਹਾਂ ਕੋਕਰੀ ਵਾਲੇ ਹਰਦੀਪ ਨੂੰ ਔਰ ਇਸ ਸਾਲ ਸਾਡਾ ਵੀਰ ਕਹਿੰਦੇ ਵੀ ਦੁਬਈ ਦੇ ਵਿੱਚ ਜਿਹੜਾ ਸ਼ਾਰਜਾ ਕੱਪ ਤੇ ਕਮੈਂਟਰੀ ਕਰੇਗਾ ਸਾਡਾ ਵੀਰ ਸਾਡੇ ਵੀਰ ਪੁੱਜੇ ਹੋਏ ਨੇ ਗੁਰਪ੍ਰੀਤ ਲਾਡੀ ਜੀ ਵਿਸ਼ਾਲ ਭਾਰਤ ਟਰਾਂਸਪੋਰਟ ਵਾਲੇ ਵੀਰ ਸਾਡੇ ਐਲਾਨ ਕਰਦੇ ਆ ਵੀ ਜਿਹੜਾ ਸਾਡਾ ਵੀਰ ਹਰਦੀਪ ਕੋਕਰੀ ਵਾਲਾ ਹੈ ਉਹ ਐਤਕੀ ਦੇ ਬਾਰੇ ਕਹਿੰਦੇ ਵੀ ਦੁਬਈ ਦੇ ਸ਼ਾਰਜਾ ਕੱਪ ਤੇ ਜੋ ਹੈ ਉਹ ਐਤਕੀ ਕਮੈਂਟਰੀ ਦੀਆਂ ਸੇਵਾਵਾਂ ਦੇਵੇਗਾ ਸਾਡਾ ਵੀਰ ਮੁਬਾਰਕਬਾਦ ਹੈ ਕੋਕਰੀ ਵਾਲੇ ਹਰਦੀਪ ਸਿੰਘ ਨੂੰ ਹਾਂਜੀ ਬਹੁਤ ਬਹੁਤ ਧੰਨਵਾਦ ਨੇ ਸਾਡੇ ਵੀਰ ਨੇੜੇ ਓੜੀ ਕਪੂਰਾਂ ਵਾਲੇ ਸਾਡੇ ਵੀਰ ਬੇਕਰ ਓੜੀ ਦੁਬਈ ਵਾਲੇ ਵੱਡੇ ਬਿਜ਼ਨਸ ਨੇ ਇਹਨਾਂ ਭਰਾਵਾਂ ਦੇ ਦੁਬਈ ਦੇ ਵਿੱਚ ਆਰ ਕਹਿੰਦੇ ਵੀ ਨਿਰਮਲ ਢੇਰੀ ਸਾਡਾ ਵੀਰ ਉਹਨੇ ਸਾਨੂੰ 1100 ਰੁਪਏ ਦਿੱਤਾ ਉਹਦੇ ਮਾਨ ਸਨਮਾਨ ਸਾਡੇ ਬਾਈ ਬੇਕਰ ਤੇ ਨੈਣਾ ਉਹ ਲੈ ਰਹੇ ਨੇ ਚਮਕੌਰ ਫੋਟੋ ਕਰਦੀ ਵੀਰੇ ਆ ਮੇਰਾ ਵੀਰ ਹਾਂਜੀ ਸੁਖਵੰਦਰ ਸਿੰਘ ਜੀ ਖਾਲਸਾ ਉਹਨਾਂ ਦੇ ਪੁੱਤਰ ਮਨਦੀਪ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਸਤਿਗੁਰ ਦਾ ਫਸਟ ਪ੍ਰਾਈਜ਼ ਦਿੱਤਾ ਗਿਆ ਬੜਾ ਧੰਨਵਾਦ ਸਾਡੇ ਵੀਰ ਨਿਰਮਲ ਢੇਰੀ ਦੇ ਮਾਨ ਸਨਮਾਨ ਸਾਡੇ ਵੀਰ ਨੈਣੇ ਓੜੀ ਸਾਡਾ ਵੀਰ ਬੇਕਰ ਦੁਬਈ ਵਾਲਾ ਲੈ ਰਿਹਾ ਹੈ ਵੱਡਾ ਧੰਨਵਾਦ ਇਹਨਾਂ ਵੀਰਾਂ ਦਾ ਸਰਦਾਰ ਹਰਜਿੰਦਰ ਸਿੰਘ ਜੀ ਯੂਐਸਏ ਤੇ ਰਾਜ ਯੂਐਸਏ ਜੀ ਉਹ ਕਹਿੰਦੇ ਵੀ ਇੱਕ ਟੀਮ 70 ਕਿਲੋ ਦੀ ਪੁਰਾਣੇ ਮਾਲ ਦੀ ਟੀਮ ਨੂੰ ਦੇਸੀ ਘਿਓ ਦਾ ਤੇ ਇੱਕ ਟੀਮ ਜਿਹੜਾ ਕਹਿੰਦੇ ਵੀ ਓਪਨ ਕਬੱਡੀ ਦੀ ਟੀਮ ਨੂੰ ਦਿੱਤਾ ਜਾਣਾ ਹੈ ਵੱਡਾ ਧੰਨਵਾਦ ਹੈ ਇਹਨਾਂ ਸਤਿਕਾਰਯੋਗ ਸ਼ਖਸੀਅਤਾਂ ਦਾ ਹਰਜਿੰਦਰ ਯੂਐਸਏ ਜੀ ਤੇ ਰਾਜ ਯੂਐਸਏ ਜੀ ਜਿਹੜੇ ਕਹਿੰਦੇ ਵੀ ਦੋ ਟੀਮ ਜਿਹੜੇ ਦੇਸੀ ਘਿਓ ਦਿੱਤੇ ਜਾਣੇ ਹਾਂਜੀ ਬਿੰਦਾ ਜੀ ਓਪਨ ਟੀਮਾਂ ਦੀਆਂ ਟਾਈਆਂ ਨਿਕਲਣ ਲੱਗੀਆਂ ਇੱਕ ਇੱਕ ਖਿਡਾਰੀ ਪਹੁੰਚ ਜਾਓ ਓਪਨ ਟੀਮਾਂ ਦੀਆਂ ਟਾਈਆਂ ਕੱਢਣ ਲੱਗੇ ਆ ਇੱਕ ਇੱਕ ਖਿਡਾਰੀ ਵੀਰ ਪਹੁੰਚ ਜਾਵੇ ਜਲਦੀ ਤੋਂ ਜਲਦੀ ਸਰਦਾਰ ਬਲਜੀਤ ਸਿੰਘ ਜੀ ਜਾਲ ਦਾ ਸਪੁੱਤਰ ਸੁਖਪ੍ਰੀਤ ਸਿੰਘ ਜਾਲ ਉਹ ਵੀ ਪੰਜਾਬ live.com ਦੇ ਜਰੀਏ ਕੱਲੀ ਕੱਲੀ ਕਬੱਡੀ ਦਾ ਸਵਾਦ ਲੈ ਰਿਹਾ ਹੈ ਉਸ ਵੀਰ ਦਾ ਵੀ ਧੰਨਵਾਦ ਹੈ ਸਾਡੇ ਵੀਰ ਗੁਰਪ੍ਰੀਤ ਲਾਡੀ ਹੋਣੀ ਗੁਰਮੀਤ ਸਿੰਘ ਜੀ ਜਾਲ ਸਾਹਿਬ ਹੋਣੀ ਉਹ ਕਹਿੰਦੇ ਵੀ ਇਸ ਸਾਲ ਮੈਨੂੰ ਵੀ ਜਿਹੜੇ ਵੱਡੇ ਮਾਣ ਦਿੱਤੇ ਉਹਨਾਂ ਵੀਰਾਂ ਨੇ ਦੁਬਈ ਦੇ ਸ਼ਾਰਜਾ ਕੱਪ ਤੇ ਕਮੈਂਟਰੀ ਕਰਨ ਦਾ ਮੌਕਾ ਮਿਲ ਰਿਹਾ ਹੈ ਵੱਡਾ ਧੰਨਵਾਦ ਹੈ ਫਕਰ ਬਾਬਾ ਦਾਮੂ ਸ਼ਾਹੀ ਦੀ ਅਪਾਰ ਕਿਰਪਾ ਹੋਈ ਹੈ ਤੇ ਇਸ ਸਾਲ ਦਾਸ ਨੇ ਵੀ ਜਹਾਜ਼ ਦਾ ਝੂਟਾ ਲੈਣਾ ਹੈ ਤੇ ਇਸ ਵੇਲੇ ਗੱਭਰੂ ਕਹਿੰਦੇ ਵੀ ਕੌਣ ਹੈ ਗਗੜੇ ਪਿੰਡ ਦਾ ਗੋਲੂ ਹੈ ਤੇ ਇੰਦਗੜੀਏ ਬਗੀਚੇ ਦੇ ਚਾਚੇ ਦਾ ਪੁੱਤ ਹੈ ਸ਼ਿੰਦਰ ਇੰਦਗੜ ਪਿੰਡ ਵਾਲਾ ਕੋਸ਼ਿਸ਼ ਕਰਦਾ ਡੱਕਣ ਦੀ ਤੇ ਸਫਲਤਾ ਧਾਬੀ ਦੇ ਕਦਮ ਚੁੰਮਦੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਬਾਬਾ ਕਰਮ ਸਿੰਘ ਦੀ ਧਰਤੀ ਮੇਰੇ ਵੀਰੋ ਇੰਦਗੜ ਪਿੰਡ ਹੈ 11ਵੀਂ ਵਾਲੀ ਸੱਚੀ ਸਰਕਾਰ ਦੀ ਧਰਤੀ ਹੈ ਮੇਰੇ ਵੀਰੋ ਇਸ ਵੇਲੇ ਗੱਭਰੂ ਕਬੱਡੀ ਪਾ ਰਿਹਾ ਹੈ ਤੇ ਸਾਹਮਣੇ ਚਾਰ ਜਾਫੀ ਹੈ ਭਿੰਡਰਾ ਦੀ ਧਰਤੀ ਦੇ ਭਿੰਡਰ ਪਿੰਡ ਕਹਿੰਦੇ ਕਬੱਡੀ ਦੀ ਨਰਸੀ ਵੇਲੇ ਜਾਣਾ ਜਾਣ ਵਾਲਾ ਪਿੰਡ ਹੈ ਕਿ ਭਿੰਡਰਾ ਪਿੰਡ ਦਾ ਬੰਤਾ ਵੀ ਜਦੋਂ ਕਬੱਡੀ ਪਾਉਂਦਾ ਸੀ ਮਾਣ ਸੀ ਬੜਾ ਜਵਾਨੀ ਦਾ ਲੱਤ ਆਪ ਫੜਾਉਂਦਾ ਸੀ ਉਹ ਗਗੜੇ ਦਾ ਪਲੇਅਰ ਆਵੇ ਵੀ ਟਾਈਆਂ ਨਿਕਲਣ ਲੱਗੀਆਂ ਗਗੜੇ ਦਾ ਪਲੇਅਰ ਆਵੇ ਗਗੜੇ ਦੀ ਟੀਮ ਦਾ ਇੱਕ ਪਲੇਅਰ ਜਿਹੜਾ ਸਟੇਜ ਦੇ ਲਾਗੇ ਚਲਾ ਜਾਵੇ ਸਾਡੇ ਵੀਰ ਟਾਈਆਂ ਕੱਢ ਰਹੇ ਨੇ ਲਓ ਇਸ ਵੇਲੇ ਸਾਹਮਣੇ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ ਸਾਡਾ ਵੀਰ ਨੈਣਾ ਦੁਬਈ ਵਾਲਾ ਨਾਲ ਸਾਡੇ ਵੀਰ ਬਿਕਰ ਦੁਬਈ ਜੀ ਉਹ ਬੋਲਾਂ ਤੋਂ ਖੁਸ਼ ਹੋ ਕੇ ਮਾਣ ਦੇ ਰਹੇ ਨੇ ਪਾਣੀ ਵਾਲੇ ਬਾਬਾ ਜੀ ਦੇ ਲਈ ਸਰਦਾਰ ਗੁਰਮੀਤ ਸਿੰਘ ਜੀ ਉਹ 100 ਰੁਪਏ ਦੇ ਰਹੇ ਨੇ ਬਾਬਾ ਸ਼ਿੰਦਰ ਸਿੰਘ ਜੀ ਹਰਦਾਸੇ ਵਾਲੇ ਉਹਨਾਂ ਦੇ ਲਈ ਵੱਡਾ ਧੰਨਵਾਦ ਨੈਣਾ ਦੁਬਈ ਵਾਲਾ ਸਾਡਾ ਵੀਰ 100 ਰੁਪਏ ਬੋਲਾਂ ਤੋਂ ਖੁਸ਼ ਹੋ ਕੇ ਦੇ ਰਿਹਾ ਹੈ
ਗੁਰਦੀਪ ਜਾੜਾ ਜੀ ਉਹ ਕਹਿੰਦੇ ਵੀ ਜਿਹੜਾ ਵੀ ਜਾਫੀ ਪਿੰਡਾਂ ਵਾਲਾ ਜੱਫਾ ਲਾਵੇਗਾ ਅਸੀਂ 100 ਰੁਪਇਆ ਦੇਵਾਂਗੇ ਹਰ ਇੱਕ ਜੱਫੇ ਤੇ ਆਹ 100 ਕਿਹਨੂੰ ਦੇਣਾ ਜੀ ਜਿਹੜਾ ਵੀ ਜਾਫੀ ਜੱਫਾ ਲਾਵੇਗਾ ਲਾ ਵੀ ਪਿੰਡਾਂ ਵਾਲੇ ਜਿਹੜੇ ਵੀ ਜਾਫੀ ਨੇ ਜੱਫਾ ਲਾਤਾ 100 ਮੇਰੇ ਕੋਲ ਪਹੁੰਚ ਗਿਆ ਇਸ ਵੇਲੇ ਇੰਦਗੜੀਏ ਬਗੀਚੇ ਦੇ ਚਾਚੇ ਦਾ ਪੁੱਤ ਹੈ ਛੋਟਾ ਵੀਰ ਹੈ ਛੋਟਾ ਨਿੰਦੂ ਹੈ ਇੰਦਗੜ ਪਿੰਡ ਦਾ ਸਿੱਖੀ ਸਾਂਭੀ ਹੈ ਜਵਾਨੀ ਸਾਂਭੀ ਹੈ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ 4 ਸਟਾਪਰ ਹੈ ਬੱਬੂ ਪਿੰਡਰ ਨੇ ਕੋਸ਼ਿਸ਼ ਕੀਤੀ ਹੈ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ ਸਾਡੇ ਵੀਰ ਹਰਜਿੰਦਰ ਯੂਐਸਏ ਔਰ ਰਾਜ ਯੂਐਸਏ ਜੀ ਉਹਨਾਂ ਵੱਲੋਂ 2 ਟੀਮ ਜਿਹੜੇ ਦੇਸੀ ਘੋੜੇ ਦੇ ਉੱਤੇ ਜਾਣੇ ਹੈ ਇੱਕ ਟੀਮ ਓਪਨ ਦੀ ਨੂੰ ਇੱਕ ਟੀਮ ਜਿਹੜਾ 70 ਕਿਲੋ ਦੀ ਟੀਮਾਂ ਨੂੰ ਦਿੱਤਾ ਜਾਣਾ ਵੱਡਾ ਧੰਨਵਾਦ ਹੈ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਹਰਜਿੰਦਰ ਯੂਐਸਏ ਤੇ ਰਾਜ ਯੂਐਸਏ ਹਾਂਜੀ ਟਾਈਆਂ ਕੱਢ ਦਿਓ ਜੀ ਇੱਕ ਇੱਕ ਪਲੇਅਰ ਆ ਜਾਵੇ ਸਟੇਜ ਦੇ ਲਾਗੇ ਹਿੰਦੇ ਕੱਢ ਦਿਓ ਟਾਈਆਂ ਵੀਰੇ ਇੱਕ ਇੱਕ ਪਲੇਅਰ ਸਟੇਜ ਦੇ ਲਾਗੇ ਆ ਜਾਓ ਬਾਈ ਤੁਸੀਂ ਖੜ ਜਾਓ ਜਾ ਕੇ ਕੋਲੇ ਇੱਕ ਪਲੇਅਰ ਗਗੜੇ ਦਾ ਇੱਕ ਪਿੰਡ ਦਾ ਤੇ ਇੱਕ ਪਿੰਡਰਾਂ ਦਾ ਇੱਕ ਇੰਦਗੜ ਦਾ ਇੰਦਗੜੀ ਨੀਲੇ ਤੂੰ ਵੀ ਖੜ ਜਾ ਵੀਰੇ ਕੋਲੇ ਜਾ ਕੇ ਨੀਲੇ ਕੋਲੇ ਖੜ ਜਾ ਮੇਰੇ ਵੀਰ ਬਾਅਦ ਕੋਈ ਇਤਰਾਜ਼ ਨਾ ਕਰੇ ਬੇਨਤੀ ਹੈ ਇਸ ਵੇਲੇ ਸਾਹਮਣੇ ਇੰਦਗੜ ਪਿੰਡ ਦਾ ਛੋਟਾ ਨਿੰਦੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਦੇਖਦਾ ਵੀ ਇਸ ਵੇਲੇ ਨੌਜਵਾਨ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ ਤੇ ਸਾਹਮਣੇ ਦੇਖਦਾ ਵੀ 4 ਸਟਾਪਰਾਂ ਦੇ ਵਿੱਚੋਂ ਦੇਖਾਂਗੇ ਵੀ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ ਗੱਲ ਸਮੇਂ ਦੀ ਹੈ ਨਿੰਦੂ ਇੰਦਗੜ ਪਿੰਡ ਦਾ ਕਬੱਡੀ ਪਾ ਰਿਹਾ ਹੈ ਤੇ ਜਾਫੀ ਕੌਣ ਹੈ ਕਹਿੰਦੇ ਵੀ ਇਸ ਵੇਲੇ ਪਿੰਡਰਾਂ ਵਾਲਾ ਮੈਨੂੰ ਲੱਗਦਾ ਵੀ ਗੋਲਡ ਹੀ ਹੈ ਕਹਿੰਦੇ ਨੌਜਵਾਨ ਗੱਭਰੂ ਚਰਨੇ ਪਿੰਡਰ ਦਾ ਸਪੁੱਤਰ ਹੈ ਲਾ ਕੇ ਤਕੜਾ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਹੈਲੋ 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 ਰਾਣੇਵਾਲ ਤੇ ਭਲੂਰ ਗਗੜੇ ਨਾਲ ਜਿਹੜੀ ਇਹਨਾਂ ਤੋਂ ਜਿੱਤੂਗੀ ਰਾਣੇਵਾਲਾ ਤੇ ਭਲੂਰ ਗਗੜੇ ਨਾਲ ਜਿਹੜੀ ਇਹਨਾਂ ਤੋਂ ਜਿੱਤੂਗੀ ਠੀਕ ਹੈਲੋ 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 ਇਸ ਵੇਲੇ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ ਲਓ ਸਾਹਮਣੇ ਗਗੜੇ ਵਾਲੇ ਜਸਵੰਤ ਸਿੰਘ ਫੌਜੀ ਦਾ ਸਪੁੱਤਰ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਜੇਕਰ ਸਵਰਗਵਾਸੀ ਸੋਹਣ ਸਿੰਘ ਦਾ ਪੁੱਤ ਜੱਫਾ ਲਾਵੇਗਾ ਤਾਂ ਬੱਲੇ ਬੱਲੇ ਹੋਣੀ ਹੈ ਬਗੀਚਾ ਸਿਆਹ ਤਿਆਰੀ ਫੜ ਲੈ ਨੌਜਵਾਨਾਂ ਆ ਜਾਫੀ ਕੌਣ ਹੈ ਇਕਬਾਲ ਸਿੰਘ ਗਿੱਲ ਹੈ ਕਹਿੰਦੇ ਇੰਦਗੜ ਪਿੰਡ ਦਾ ਬਾਬੇ ਫਕਰਾਂ ਦੀ ਧਰਤੀ ਹੈ ਤੇ ਗਗੜੇ ਵਾਲੇ ਗੋਲੂ ਨੇ ਉਂਗਲ ਖੜੀ ਕੀਤੀ ਵੀ ਕਹਿੰਦਾ ਪੁਆਇੰਟ ਮੇਰੀ ਟੀਮ ਦੇ ਹਿੱਸੇ ਹੈ ਬਿੰਦੇ ਵੀਰ ਅਗਲਾ ਮੈਚ ਅਨਾਊਂਸ ਕਰ ਦੇ ਇੱਕ ਵਾਰ
ਅਗਲਾ ਮੈਚ ਅਨਾਊਂਸ ਕਰ ਦਿਓ। ਭਲੂਰ ਤੇ ਪੁਰਾਣੇ ਵਾਲਾ ਜਲਦੀ ਗਰਾਊਂਡ ਤੇ ਆ ਜਾਣ, ਪਹਿਲਾ ਸੈਮੀ ਫਾਈਨਲ ਮੈਚ ਖੇਡਿਆ ਜਾਣਾ ਹੈ ਭਲੂਰ ਤੇ ਪੁਰਾਣੇ ਵਾਲਾ। ਹਾਂਜੀ ਹਾਂਜੀ ਚਮਕਾਰ ਆਵੇ ਸਾਡਾ ਵੀਰ, ਚਮਕਾਰ ਫੋਟੋ ਸਟੂਡੀਓ ਚਮਕਾਰ ਸਟੇਜ ਤੇ ਆ ਯਾਰ। ਮੈਂ ਸਵਾਗਤ ਹੈ ਅੰਮ੍ਰਿਤਪਾਲ, ਕੌਣ ਜਿੱਤ ਗਿਆ ਵੀਰੇ? ਅੰਮ੍ਰਿਤਪਾਲ ਕੌਣ ਜਿੱਤ ਗਿਆ? ਪਿੰਡਰ ਪਿੰਡਰ ਜੇਤੂ ਹੈ ਜੀ। ਬਿੰਦੇ ਵੀਰ ਮਿੰਦੂ ਵੀਰੇ ਪਿੰਡਰਾਂ ਦਾ ਮੈਚ ਕਿਹਦੇ ਨਾਲ ਹੋਣਾ? ਠੀਕ ਹੈ ਵੀਰੇ, ਭਲੂਰ ਤੇ ਪੁਰਾਣੇਵਾਲ ਦਾ, ਪਿੰਡਰ ਤੇ ਗਗੜਾ, ਪਿੰਡਰ ਤੇ ਗਗੜਾ ਦੋਨੋਂ ਟੀਮਾਂ ਜਿਹੜੀਆਂ ਲਗੋਟੇ ਢਿੱਲੇ ਕਰਕੇ ਫੇਰ ਕੱਸ ਕੇ ਗਰਾਊਂਡ ਤੇ ਆ ਜਾਣ, ਮੇਰੀ ਬੇਨਤੀ ਹੈ। ਦੋਨੋਂ ਟੀਮਾਂ ਪਹੁੰਚੋ, ਦੋਨੋਂ ਟੀਮਾਂ। ਉਹ ਚਮਕੌਰ ਆ ਜਾ ਯਾਰ, ਵੀਰੇ ਯਾਰ ਆ ਜਾ ਮੇਰਾ ਵੀਰ। ਬਾਈ ਜੀ ਮਾੜਾ ਜਾ ਜਾਓ ਇੱਧਰ, ਆ ਫੋਟੋ ਕਰਾਉਣੀ ਮੁੰਡੇ ਨੂੰ, ਟਰਾਫ ਸਨਮਾਨ ਚੱਲ ਦੇਣਾ ਇਹਨੂੰ, ਪਹਿਲਾਂ ਅਮਰੀਕ ਨੂੰ ਦੇ ਦਿਓ। ਆ ਜਾ
ਲਾਏ ਇਸ ਵੇਲੇ ਵੱਡੇ ਜਿਹੜੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਦੋਨੋਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵੱਲੋਂ ਆ ਜਾਣ ਵੱਡਾ ਧੰਨਵਾਦ ਸਾਰੇ ਪੁੱਜੇ ਸਤਿਕਾਰਯੋਗ ਵੀਰਾਂ ਦਾ ਸਰਦਾਰ ਹਰਬੰਸ ਸਿੰਘ ਜੀ ਟੀਮਾਂ ਕੈਨੇਡਾ ਦੇ ਵਿੱਚ ਬੈਠੇ ਇਹਨਾਂ ਮੈਚਾਂ ਦਾ ਲਾਈਵ ਟੈਲੀਕਾਸਟ ਦੇਖ ਰਹੇ ਨੇ ਵੱਡਾ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ ਵੈਲਕਮ ਸਾਊਂਡ ਕਿੱਕਰ ਜ਼ਿੰਮੇਵਾਰੀਆਂ ਸਾਹਿਬ ਮੇਰਾ ਵੀਰ ਬਹੁਤ ਪਿਆਰੀ ਸਾਊਂਡ ਹੈ ਵੱਡਾ ਧੰਨਵਾਦ ਹੈ ਵਾਜ ਥੋੜੀ ਜਿਹੀ ਘਟਾ ਦੇ ਥੋੜੀ ਜਿਹੀ ਘਟਾ ਦੇ ਕੋਈ ਗੱਲ ਨਹੀਂ ਵਿਸਲ ਹੋਣੀ ਬੰਦ ਹੋ ਜੂ ਬਸ ਇੱਥੇ ਰਹਿਣ ਦੇ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਵੀਰਾਂ ਦਾ ਮੇਰੀ ਬੇਨਤੀ ਹੈ ਭਲੂਰ ਤੇ ਪੁਰਾਣੇ ਵਾਲਾ ਇੰਦਗੜ੍ਹ ਤੇ ਪਿੰਡਰ ਤੇ ਗਗੜਾ ਭਲੂਰ ਤੇ ਪੁਰਾਣੇ ਵਾਲਾ ਪਿੰਡਰ ਤੇ ਗਗੜਾ ਦੋਨੋਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵੱਲੋਂ ਆ ਜਾਣ ਭਲੂਰ ਤੇ ਪੁਰਾਣੇ ਵਾਲਾ ਪਿੰਡਰ ਤੇ ਗਗੜਾ ਦੋਨੋਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵੱਲੋਂ ਆ ਜਾਣ ਭਲੂਰ ਤੇ ਪੁਰਾਣੇ ਵਾਲਾ ਪਿੰਡਰ ਤੇ ਗਗੜਾ ਭਲੂਰ ਤੇ ਪੁਰਾਣੇ ਵਾਲਾ ਪਿੰਡਰ ਤੇ ਗਗੜਾ ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡਾਂ 'ਚ ਪਹੁੰਚੋ ਭਲੂਰ ਤੇ ਪੁਰਾਣੇ ਵਾਲਾ ਪਿੰਡਰ ਤੇ ਗਗੜਾ ਹੈਲੋ ਡਾਕਟਰ ਭਗਵੰਤ ਸਿੰਘ ਕੇ ਬਾਹਰਲੇ ਘਰੇ ਕਪੂਰਿਆਂ ਵਾਲੇ ਕਿਸੇ ਵੀਰ ਦਾ ਸਾਈਕਲ ਖੜਾ ਸੀ ਕੋਈ ਲੈ ਗਿਆ ਗਲਤੀ ਨਾਲ ਲੈ ਗਿਆ ਤਾਂ ਉੱਥੇ ਪਹੁੰਚਦਾ ਕਰਦੇ ਮੇਰਾ ਵੀਰ ਡਾਕਟਰ ਭਗਵੰਤ ਕੇ ਬਾਹਰਲੇ ਘਰੇ ਸਾਈਕਲ ਸੀ ਕਪੂਰਿਆਂ ਵਾਲੇ ਕਿਸੇ ਵੀਰ ਦਾ ਉਹ ਕੋਈ ਗਲਤੀ ਨਾਲ ਲੈ ਗਿਆ ਤੇ ਉਹ ਵੀਰ ਡੀਕ ਰਿਹਾ ਉੱਥੇ ਪਹੁੰਚਦਾ ਕਰਦੇ ਪੁਰਾਣੇ ਵਾਲਾ ਤੇ ਭਲੂਰ ਗਗੜਾ ਤੇ ਪਿੰਡਰ ਪੁਰਾਣੇ ਵਾਲਾ ਤੇ ਭਲੂਰ ਗਗੜਾ ਦੇ ਪਿੰਡਰ ਜਲਦੀ ਤੋਂ ਜਲਦੀ ਗਰਾਊਂਡਾਂ 'ਚ ਪਹੁੰਚੋ ਯਾਰ ਸਰਦਾਰ ਸੁਖਜਿੰਦਰ ਸਿੰਘ ਜੀ ਸਰਦਾਰ ਰਾਜਪਾਲ ਸਿੰਘ ਜੀ ਸਰਦਾਰ ਲਕਸ਼ਮਣ ਸਿੰਘ ਜੀ ਗਿੱਲ ਔਰ ਸਤਪਾਲ ਸਿੰਘ ਜੀ ਉਹ ਵੀਰ ਜਿਹੜੇ ਬੋਲਾਂ ਤੋਂ ਖੁਸ਼ ਹੋ ਕੇ 1000 ਰੁਪਏ ਜਿਹੜੇ ਮਾਣ ਪਿਆ ਭੇਜ ਰਹੇ ਨੇ ਕਮੈਂਟਰੀ ਤੋਂ ਖੁਸ਼ ਹੋ ਕੇ ਬਹੁਤ ਬਹੁਤ ਧੰਨਵਾਦ ਨੇ ਸਰਦਾਰ ਰਾਜਪਾਲ ਸਿੰਘ ਜੀ ਲਕਸ਼ਮਣ ਸਿੰਘ ਜੀ ਗਿੱਲ ਸਤਪਾਲ ਸਿੰਘ ਜੀ ਔਰ ਸਰਦਾਰ ਸੁਖਜਿੰਦਰ ਸਿੰਘ ਜੀ USA ਵਾਲੇ ਤੇ ਬਾਹਰ ਬੈਠੇ ਜਿਹੜੇ ਇੰਟਰਨੈਟ ਦੇ ਜ਼ਰੀਏ ਨਾਲ ਮੈਚਾਂ ਦੇ ਲਾਈਵ ਆਨੰਦ ਮਾਣ ਰਹੇ ਨੇ ਔਰ ਬੋਲਾਂ ਤੋਂ ਖੁਸ਼ ਹੋ ਕੇ ਜਿਹੜੇ 1000 ਰੁਪਏ ਦੇ ਮਾਣ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਸਤਿਕਾਰਯੋਗ ਵੀਰਾਂ ਦੇ ਹੈ ਸਾਰੀ ਪੈਰਾਮਾਊਂਟ ਸਪੋਰਟਸ ਕਲੱਬ ਨੂੰ ਮੁਬਾਰਕਬਾਦ ਹੈ ਸਮੁੱਚੇ 200 ਰੁਪਇਆ ਜਿਹੜਾ ਪਾਣੀ ਵਾਲੇ ਬਾਬਾ ਜੀ ਦੇ ਲਈ ਦਿੱਤਾ ਜਾ ਰਿਹਾ ਹੈ ਬਾਬਾ ਸ਼ਿੰਦਰ ਸਿੰਘ ਜੀ ਹਰਦਾਸੇ ਵਾਲੇ ਉਹ ਆਪਣੇ ਜਿਹੜੇ ਮਾਣ ਸਨਮਾਨ ਮੇਰੇ ਤੋਂ ਆ ਕੇ ਲੈ ਲੈਣ ਔਰ ਜਿਹੜੀ ਜਿੰਨੀ ਦੇਰ ਟੀਮਾਂ ਆਉਂਦੀਆਂ ਮੈਂ ਜਿਹੜੀ ਨਵੀਂ ਦੀ ਗੱਲ ਤੁਹਾਡੀ ਨਜ਼ਰ ਕਰਨੀ ਹੈ ਜੀ 2 ਮਿੰਟ ਲੈਣੇ ਕਿ ਨਵੀਂ ਦੀ ਗੱਲ ਸੁਣਾਵਾਂਗਾ ਕਹਿੰਦੇ ਵੀ ਜਦੋਂ ਬੰਦੇ ਦੇ ਵਿੱਚ ਮੈਂ ਆਉਂਦੀ ਹੈ ਲੰਘਿਆਣੀਏ ਜੋਧੇ ਨੇ ਬੜਾ ਸੋਹਣਾ ਲਿਖਿਆ ਕਿ ਬੰਦਾ ਜਿਹੜਾ ਕੋਈ ਮਸ਼ਹੂਰ ਹੋ ਜਾਂਦਾ ਏ ਕਿ ਬੰਦਾ ਜਿਹੜਾ ਕੋਈ ਮਸ਼ਹੂਰ ਹੋ ਜਾਂਦਾ ਏ ਮਾੜਿਆਂ ਤੋਂ ਕਾਹਤੋਂ ਇੰਨਾ ਦੂਰ ਹੋ ਜਾਂਦਾ ਏ ਦਾਤਾ ਜੀ ਨੂੰ ਦਿੰਦਾ ਏ ਸੁਗਾਤ ਜੋਧਿਆ ਤੇ ਕਾਹਤੋਂ ਭੁੱਲਦਾ ਆਪਣੀ ਔਕਾਤ ਜੋਧਿਆ
ਤੇ ਫਿਰ ਰੱਬ ਵੀ ਕਰ ਦਿੰਦਾ ਘੁੱਗੀ ਘੈਂ ਲੰਘੇ ਆਣੀ ਆ ਬੰਦੇ ਵਿੱਚ ਆਉਂਦੀ ਜਦੋਂ ਮੈਂ ਲੰਘੇ ਆਣੀ ਆ ਆ ਜੇ ਜਦੋਂ ਬੰਦੇ ਵਿੱਚ ਮੈਂ ਲੰਘੇ ਆਣੀ ਆ ਕਿ ਗੁਣ ਵੇਲੇ ਬੜਾ ਭਾਜੀ ਭਾਜੀ ਕਹਿੰਦੇ ਆ ਮੁੱਕ ਜਾਣ ਗਰਜਾਂ ਮੂੰਹ ਫੇਰ ਲੈਂਦੇ ਆ ਫੇਰ ਕਹਿਣ ਸਾਥੋਂ ਲੈਣਾ ਕੀ ਹੈ ਤੈਂ ਲੰਘੇ ਆਣੀ ਆ ਬੰਦੇ ਵਿੱਚ ਆਉਂਦੀ ਜਦੋਂ ਮੈਂ ਲੰਘੇ ਆਣੀ ਆ ਆ ਜੇ ਜਦੋਂ ਬੰਦੇ ਵਿੱਚ ਮੈਂ ਲੰਘੇ ਆਣੀ ਆ ਕਿ ਬੰਦੇ ਜਿਹੜੇ ਰੱਬ ਨੂੰ ਨੇ ਟੱਪ ਦੱਸਦੇ ਬੰਦੇ ਜਿਹੜੇ ਰੱਬ ਨੂੰ ਨੇ ਟੱਪ ਦੱਸਦੇ ਕੋਈ ਪਿਆਰ ਨਾ ਬੁਲਾ ਲੇ ਅੱਗੋਂ ਜੱਪ ਦੱਸਦੇ ਤੇ ਕਹਿੰਦੇ ਫਿਰ ਹੱਥ ਕੋਈ ਦਿਖਾਉਂਦਾ ਸੱਚੇ ਪਾਤਸ਼ਾਹ ਖੰਭ ਘੱਟ ਧਰਤੀ ਤੇ ਲਾਉਂਦਾ ਸੱਚੇ ਪਾਤਸ਼ਾਹ ਫਿਰ ਆਖਦੇ ਆ ਹੋ ਗਿਆ ਕਿ ਹੈ ਲੰਘੇ ਆਣੀਆਂ ਬੰਦੇ ਵਿੱਚ ਆਉਂਦੀ ਜਦੋਂ ਮੈਂ ਲੰਘੇ ਆਣੀਆਂ ਲਾਸਟ ਗੱਲ ਬੜੀ ਸੋਹਣੀ ਲਿਖੀ ਹੈ ਕਿ ਆਕੜ ਕੇ ਧੌਣ ਜਿਹੜੇ ਹਿੱਕ ਤਾਣਦੇ ਤੇ ਸ਼ਾਇਦ ਲੰਘੇ ਆਣੀਆਂ ਉਹ ਇਹ ਨਹੀਂ ਜਾਣਦੇ ਕਿ ਸ਼ੇਰਾਂ ਮੂਹਰੇ ਘਾਹ ਕਦੇ ਪਾਈ ਦਾ ਨਹੀਂ ਹੁੰਦਾ ਸੂਰਜ ਨੂੰ ਦੀਵਾ ਵੀ ਦਿਖਾਈ ਦਾ ਨਹੀਂ ਹੁੰਦਾ ਗਿੱਦੜ ਜੇ ਪਾਲਣ ਬੱਬਰਾਂ ਦੇ ਬਾਣੇ ਮਾਰਦੇ ਨੇ ਚੀਕ ਜਾਂਦੇ ਜੋਧੇ ਆ ਪਛਾਣੇ ਤੇ ਫਿਰ ਭੱਜਦੇ ਕਰਨ ਟੈਂ ਟੈਂ ਲੰਘੇ ਆਣੀਆਂ ਬੰਦੇ ਵਿੱਚ ਆਉਂਦੀ ਜਦੋਂ ਮੈਂ ਲੰਘੇ ਆਣੀਆਂ ਆਦੇ ਜਦੋਂ ਬੰਦੇ ਵਿੱਚ ਮੈਂ ਲੰਘੇ ਆਣੀਆਂ ਜੇ ਵਧੀਆ ਲੱਗਿਆ ਤਾੜੀਆਂ ਮਾਰ ਦਿਓ ਜੀ ਜ਼ੋਰ ਦੇ ਨਾਲ ਬਹੁਤ ਬਹੁਤ ਧੰਨਵਾਦ ਨੇ ਭਲੂਰ ਤੇ ਪੁਰਾਣੇ ਵਾਲਾ ਦੋਨੋਂ ਟੀਮਾਂ ਜਿਹੜੀ ਇੱਕ ਮਿੰਟ ਦੇ ਵਿੱਚ ਗਰਾਊਂਡ 'ਚ ਆ ਜਾਣ ਭਲੂਰ ਵਰਸੀ ਪੁਰਾਣੇ ਵਾਲਾ ਭਲੂਰ ਤੇ ਪੁਰਾਣੇ ਵਾਲਾ ਪਿੰਡਰ ਤੇ ਗਗੜਾ ਇਹ ਦੋਨੇ ਟੀਮਾਂ ਜਲਦੀ ਤੋਂ ਜਲਦੀ ਪਹੁੰਚੋ ਯਾਰ ਵੀਰ ਮੇਜ਼ਬਾਨ ਪਿੰਡ ਦੇ ਖਿਡਾਰੀ ਤੇ ਪਹੁੰਚੋ ਯਾਰ ਭਲੂਰ ਤੇ ਪੁਰਾਣੇ ਵਾਲਾ ਪਿੰਡਰ ਤੇ ਗਗੜਾ ਦੋਨੇ ਟੀਮਾਂ ਜਲਦੀ ਤੋਂ ਜਲਦੀ ਆ ਜਾਓ ਵੀਰ ਯਾਰ ਹਨੇਰਾ ਹੋ ਜਾਂਦਾ ਦੇਖੋ ਖਿਡਾਰੀ ਦਰਸ਼ਕ ਵੀਰ ਬੈਠੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਯਾਰ ਸਾਡੇ ਵੀਰ ਏਕਮ ਚੀਮਾ ਜੀ ਮੇਰੇ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦੇ ਮਾਣ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਚਮਕੌਰ ਫੋਟੋ ਕਰਦੀ ਇੱਕ ਯਾਰ ਚਮਕੌਰ ਰਾਣੇਵਾਲ ਦੀ ਟੀਮ ਪਹੁੰਚ ਚੁੱਕੀ ਹੈ ਹਾਂਜੀ ਕਪੂਰਾ ਵਾਲੇ ਵੀਰ ਤਾਂ ਵੀ ਸਾਈਕਲ ਲੈ ਕੇ ਭੁਲੇਖੇ ਨਾਲ ਉਹ ਸਾਈਕਲ ਉੱਤੇ ਵਾਪਸ ਖੜਾ ਕਰ ਦਿਓ ਚਮਕੌਰ ਇੱਕ ਫੋਟੋ ਕਰਦੀ ਯਾਰ ਬਾਈ ਏਕਮ ਚੀਮੇ ਨਾਲ ਚਮਕੌਰ ਸਾਡਾ ਵੀਰ ਹਾਂਜੀ ਆਹ ਤੁਹਾਡਾ 200 ਰੁਪਇਆ ਜੀ ਮੇਰੇ ਕੋਲ ਹੈ ਤੇ ਤੁਸੀਂ ਲੈ ਲਓ ਆਪਣਾ ਬੜੀ ਮਿਹਰਬਾਨੀ ਹਾਂਜੀ ਸਾਡੇ ਵੀਰ ਏਕਮ ਚੀਮਾ ਜੀ 100 ਰੁਪਇਆ ਦੇ ਰਹੇ ਨੇ ਚਮਕੌਰ ਫੋਟੋ ਕਰਦੀ ਯਾਰ ਹਾਂਜੀ ਡਾਕਟਰ ਭਗਵੰਤ ਸਿੰਘ ਜੀ ਜਾਲ ਉਹਨਾਂ ਦੇ ਘਰੇ ਸਾਈਕਲ ਖੜਾ ਸੀ ਵੀਰ ਦਾ ਉਹ ਕੋਈ ਭੁਲੇਖੇ ਨਾਲ ਲੈ ਗਿਆ ਜਿਹੜਾ ਵੀਰ ਵੀ ਲੈ ਕੇ ਗਿਆ ਉਹ ਸਾਈਕਲ ਜਿਹੜਾ ਵਾਪਸ ਕਰ ਦਿਓ ਬੜੀ ਮਿਹਰਬਾਨੀ ਹੈ ਬਹੁਤ ਬਹੁਤ ਧੰਨਵਾਦ ਨੇ ਸਾਡੇ ਵੀਰ ਏਕਮ ਚੀਮਾ ਜੀ ਉਹਨਾਂ ਵੱਲੋਂ ਜਿਹੜੇ 100 ਰੁਪਏ ਦੇ ਮਾਣ ਦਿੱਤੇ ਗਏ ਨੇ ਨਾਲ ਹੀ ਸਾਡੇ ਵੀ ਰਾਜਗਿੱਲ ਜੀ ਯੂਐਸਏ ਵਾਲੇ ਉਹ ਜਿਹੜੇ ਕਹਿੰਦੇ ਵੀ ਗੱਲ ਜਿਹੜੀ ਗੁਰੂਆਂ ਦੀ ਸੁਣਾਉਣੀ ਹੈ ਮੈਂ ਸੁਬਹ ਵੀ ਇੱਕ ਸ਼ੇਰ ਬੋਲਿਆ ਸੀ ਕਿ ਧੰਨਵਾਦ ਹੈ ਉਸ ਪਰਮਾਤਮਾ ਦਾ ਜਿਹਨੇ ਮਿੱਟੀ ਦੇ ਜਿਸਮ ਨੂੰ ਜਾਨ ਬਖਸ਼ੀ ਤੇ ਕੁਝ ਸੋਚਣ ਦੇ ਲਈ ਦਿਮਾਗ ਦਿੱਤਾ ਕੁਝ ਬੋਲਣ ਦੇ ਲਈ ਜ਼ਬਾਨ ਬਖਸ਼ੀ ਇੱਕ ਵਤਨ ਸਾਨੂੰ ਪੰਜਾਬ ਦਿੱਤਾ
ਉਤੋਂ ਵੱਖਰੀ ਹੈ ਸਾਨੂੰ ਪਹਿਚਾਣ ਬਖਸ਼ੀ ਜਿੱਥੇ ਜਾਈਦਾ ਲੋਕ ਸਾਨੂੰ ਸਲਾਮ ਕਰਦੇ ਬਾਬੇ ਨਾਨਕ ਨੇ ਇੰਨੀ ਹੈ ਸ਼ਾਨ ਬਖਸ਼ੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇੰਨੀ ਹੈ ਸ਼ਾਨ ਬਖਸ਼ੀ ਤੇ ਇੱਕ ਜਿਹੜੀ ਗੱਲ ਲਿਖੀ ਸੀ ਗੁਰੂ ਗੋਬਿੰਦ ਸਿੰਘ ਦੇ ਉੱਤੇ ਮੇਰੇ ਵੀਰੋ ਕਿ ਖਾਲਸਾ ਪੰਥ ਸਜਾਉਂਦਾ ਜੇ ਕਿਤੇ ਬਾਜਾਂ ਵਾਲਾ ਨਾ ਨਾਮ ਆਪਣੇ ਨਾਲ ਸਿੰਘ ਤੇ ਕੌਰ ਸੀ ਕੌਣ ਲਗਾ ਸਕਦਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਜੇ ਸ਼ਹੀਦੀ ਨਾ ਪਾਉਂਦੇ ਤੇ ਅੱਜ ਕੋਈ ਵੀ ਧਰਮ ਨਾ ਆਪਣਾ ਕੋਈ ਤਿਉਹਾਰ ਮਨਾ ਸਕਦਾ ਸੁੱਖਾ ਸਿੰਘ ਮਹਿਤਾਬ ਸਿੰਘ ਨਾ ਜੇ ਵੱਢਦੇ ਮੱਸੇ ਨੂੰ ਤੇ ਮੱਥਾ ਟੇਕਣ ਅੰਮ੍ਰਿਤਸਰ ਸਿੰਘ ਕੋਈ ਨਾ ਜਾ ਸਕਦਾ ਭਗਤ ਸਿੰਘ ਸਰਦਾਰ ਜਹੇ ਨਾ ਜੇ ਚੁੰਮਦੇ ਫਾਂਸੀ ਨੂੰ ਨਾ ਫੌਜ ਚ ਹੁੰਦੇ ਪੰਜਾਬੀ ਇਹ ਸੱਚੀ ਦੇਸ਼ ਨਾ ਹੁੰਦਾ ਲੰਘਿਆਣੀਆਂ ਹੁੰਦੀ ਸੁਨਤ ਸਾਰਿਆਂ ਦੀ ਜੇ ਕਲਗੀਧਰ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਨਾ ਹੁੰਦਾ ਹਰਪ੍ਰੀਤ ਸਿੰਘ ਬੰਬ ਰੌਲੀ ਵਾਲਾ ਗਰਾਊਂਡ ਚ ਆਵੇ ਜਾਫੀ ਕਹਿੰਦੇ ਪਿੱਥੋਂ ਦੀ ਧਰਤੀ ਦਾ ਸ਼ੀਰਾ ਮੇਰੇ ਵੀਰੇ ਲਾ ਕੇ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਮੈਦਾਨ ਦੇ ਵਿੱਚ ਸ਼ੀਰਾ ਪਿੱਥੋਂ ਦੀ ਧਰਤੀ ਦਾ ਕਿੱਕਰ ਜੀ ਹੈਲੋ ਨਿੱਕਾ ਜਿੰਨੇ ਜੱਫੇ ਲਾਵੇਗਾ ਸਾਡੇ ਵੀਰ ਸੁਖਜਿੰਦਰ ਸਿੰਘ ਜੀ ਜਾਲ ਸੁਖਜਿੰਦਰ USA ਜੀ ਗੁਰਜੈਂਟ USA ਲਕਸ਼ਮਣ ਸਿੰਘ ਜੀ ਨਿਰਮਲ ਕੈਂਡਾ ਉਹਨਾਂ ਵੱਲੋਂ 4000 ਰੁਪਏ ਦਿੱਤਾ ਜਾਣਾ ਹੈ ਨਾਲ ਹੀ ਮਨਜਿੰਦਰ ਜਾਲ ਨਾਰਵੇ ਰਾਜੂ ਜਾਲ ਕੈਨੇਡਾ ਤੇ ਨਾਲ ਸਾਡਾ ਵੀਰ ਨਿੱਕਾ ਨਿੱਕੇ ਨੂੰ ਹਰ ਇੱਕ ਜੱਫੇ ਦੇ ਜਿਹੜੇ 100 ਰੁਪਏ ਦਿੱਤੇ ਜਾਣੇ ਹੈ ਏਕਮ ਚੀਮਾ ਜੀ ਕਹਿੰਦੇ ਵੀ ਨਿੱਕਾ ਜਿੰਨੇ ਜੱਫੇ ਲਾਵੇਗਾ ਹਰ ਇੱਕ ਜੱਫੇ ਤੁਸੀਂ 100-100 ਦੇ ਨੋਟ ਦੇਵਾਂਗੇ ਇਸ ਵੇਲੇ ਸਾਹਮਣੇ ਕਬੱਡੀ ਪੈਂਦੀ ਹੈ ਤੇ ਦੁਨੀਆ ਵੇਂਦੀ ਹੈ ਮੁੰਡਾ ਭਲੂਰ ਵਾਲਾ ਕਬੱਡੀ ਪਾ ਰਿਹਾ ਹੈ ਤੇ ਪੁਰਾਣੇ ਵਾਲੀ ਲਕਸ਼ਮਣ ਸਿੰਘ ਗਿੱਲ ਦਾ ਸਪੁੱਤਰ ਹੈ ਨਿੱਕਾ ਇਸ ਵੇਲੇ ਕਰਦਾ ਕੋਸ਼ਿਸ਼ ਤੇ ਸਫਲਤਾ ਧਾਵੀ ਦੇ ਕਦਮ ਚੁੰਮਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਜਿੰਨੇ ਜੱਫੇ ਗੁਰਮੀਤ ਲਾਵੇਗਾ ਉਹਨੇ ਵਰਿੰਦਰ ਗਰਿੱਲ ਵੱਲੋਂ ਜਿਹੜੇ 100-100 ਦੇ ਨੋਟ ਦਿੱਤੇ ਜਾਣੇ ਉਹ ਵੀ ਲਾਈਵ ਦੇਖ ਰਹੇ ਇਹਨਾਂ ਮੈਚਾਂ ਨੂੰ ਲਓ ਸਾਹਮਣੇ ਕਬੱਡੀ ਪੈਂਦੀ ਹੈ ਤੇ ਦੁਨੀਆ ਵੇਂਦੀ ਹੈ ਲਓ ਸਾਹਮਣੇ ਮੁੰਡਾ ਪੁਆਇੰਟ ਲੱਗੇ ਪੈਦਾ ਹੋਇਆ ਦਲਬੀਰ ਸਿੰਘ ਜੀ ਗਿੱਲ USA ਕਹਿੰਦੇ ਵੀ ਜਿੰਨੇ ਜੱਫੇ ਨਿੱਕਾ ਲਾਵੇਗਾ ਉਹਨੇ 100-100 ਦੇ ਨੋਟ ਦੇਵਾਂਗੇ ਤਾਂ ਮੇਰੀ ਬੇਨਤੀ ਹੈ ਜੱਗੂ ਯਾਰ ਆ ਬਕਸੇ ਦਾ ਮੂੰਹ ਇੱਧਰ ਨੂੰ ਘੁਮਾ ਦੇ ਤਾਂ ਹੋਰ ਘੁਮਾ ਦੇ ਅਗਲੀਆਂ ਟੀਮਾਂ ਜਿਹੜੀਆਂ ਮੇਰੀ ਬੇਨਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਗਗੜਾ ਤੇ ਪਿੰਡਰ ਪਿੰਡ ਦੀਆਂ ਟੀਮਾਂ ਗਗੜਾ ਤੇ ਪਿੰਡਰ ਅਗਲੇ ਮੈਚ ਲਈ ਖੇਡ ਮੈਦਾਨ ਦੇ ਵਿੱਚ ਆ ਜਾਣ ਦੂਜੇ ਦਾ ਵੀ ਘੁਮਾ ਦੇ ਉੱਧਰ ਨੂੰ ਫੇਰ ਪਿਸਲ ਬੰਦ ਹੋਣੀ ਹੈ ਸ਼ਿੰਦਾ ਜੇਕਰ ਜੱਫਾ ਲਾਵੇਗਾ ਤਾਂ ਸਾਡੇ ਵੀਰ ਕਿੰਦਾ ਜੀ ਉਹ ਕਹਿੰਦੇ ਵੀ 1000 ਰੁਪਏ ਦੇਵਾਂਗੇ ਜੇ 2 ਜੱਫੇ ਲਾਵੇਗਾ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਰੱਬ ਵੱਲੋਂ ਬਖਸ਼ੀ ਹੋਈ ਦਾਤ ਹੁੰਦੀ ਹੈ ਹਿੰਮਤਾਂ ਨਾਲ ਮਿਲਦੀ ਸੌਗਾਤ ਹੁੰਦੀ ਹੈ ਜੋਰ ਤਾਂ ਹਰੇਕ ਪੂਰਾ ਲਾਉਂਦਾ ਜੋਧਿਆ ਪਰ ਔਖਾ ਮਿਲੇ ਰੁਤਬਾ ਵਾਲੀ ਸ਼ਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਬਈ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਲਓ ਸਾਡੇ ਵੀਰ ਅਗਲੀਆਂ ਟੀਮਾਂ ਜਿਹੜੀਆਂ ਪਿੰਡਰ ਤੇ ਗਗੜਾ ਪਿੰਡ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਨਾਲ
ਗੱਭਰੂ ਖੇਡ ਗ੍ਰਾਂਟ ਪਹੁੰਚਣਗੇ। ਸਰਦਾਰ ਵਜੀਰ ਸਿੰਘ ਜੀ ਜੌਹਲ ਰੌਲੀ ਵਾਲੇ ਬੰਬ ਲਈ 100 ਰੁਪਏ ਦੇ ਰਹੇ ਨੇ। ਇਹ ਜੌਹਲ ਸਾਹਿਬ ਤੁਸੀਂ ਪੈਸੇ ਆਪਣੇ ਹੱਥ ਦੇ ਵਿੱਚ ਰੱਖਣੇ ਆ, ਆਪਾਂ ਬਾਅਦ ਵਿੱਚ ਦੇਵਾਂਗੇ ਪਲੇਅਰਾਂ ਨੂੰ। ਲਓ ਇਸ ਵੇਲੇ ਪੁਆਇੰਟ ਰੇਟਰ ਦਾ ਅਗਲੀ ਕਬੱਡੀ ਪੁਰਾਣੇ ਵਾਲੇ ਪਿੰਡ ਦਾ ਪ੍ਰੀਤਮ ਸਿੰਘ ਨੌਜਵਾਨ ਗੱਭਰੂ ਪਾਉਣ ਦੇ ਲਈ ਕਰਦਾ ਹੋਇਆ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ ਕਿ ਆ ਗਿਆ ਖਿਡਾਰੀ ਵੇਖੋ ਖਿੱਚ ਕੇ ਤਿਆਰੀ ਆ। ਮੁੰਡੇ ਨੇ ਪੂਰੀ ਤਿਆਰੀ ਖਿੱਚੀ ਹੈ ਤੇ ਗੱਲ ਇਸ ਵੇਲੇ ਸਮੇਂ ਦੀ ਹੋਣੀ ਹੈ ਮੇਰੇ ਵੀਰੋ, ਗੱਲ ਸਮੇਂ ਦੀ ਕਰਨੀ ਹੈ। ਸਾਡੇ ਭਾਈ ਹਰਿੰਦਰ ਗਿੱਲ ਜੀ ਵਿਜੀਲੈਂਸ ਵਾਲੇ ਕਹਿੰਦੇ ਵੀ ਪੁਰਾਣੇ ਵਾਲ ਦੀ ਸਮੁੱਚੀ ਟੀਮ ਲਈ 1000 ਰੁਪਇਆ ਸਾਡੇ ਵੱਲੋਂ। ਆ ਜਾਫੀ ਕੌਣ ਹੈ? ਗੁਰਪ੍ਰੀਤ ਸਿੰਘ ਜੀਪੀ ਆ ਮੇਹਰ ਸਿੰਘ ਵਾਲੇ ਦੀ ਧਰਤੀ ਦਾ। ਮੇਰੇ ਵੀਰੋ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਗੱਭਰੂ ਵਾਧਾ ਹੋਇਆ। ਲਓ ਸਾਹਮਣੇ ਕਬੱਡੀ ਜਿਹੜੀ ਪੈਟੋਗੀ ਖੇਡ ਦੇ ਮੈਦਾਨ ਦੇ ਵਿੱਚ ਪਿੱਥੋਂ ਵਾਲਿਆ ਜੇਕਰ ਜੱਫਾ ਲਾਵੇਗਾ ਤਾਂ ਬੱਲੇ ਬੱਲੇ ਹੋਣੀ ਹੈ। ਪੁਰਾਣੇ ਵਾਲੇ ਪਿੰਡ ਦਾ ਗੁਰਮੀਤ ਸਿੰਘ ਇਸ ਵੇਲੇ ਲਾ ਤਗੜਾ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ। ਮੇਰੇ ਵੀਰੇ ਪੁਆਇੰਟ ਜਿਹੜਾ ਜਾਫੀ ਦਾ ਪੁਆਇੰਟ ਪੁਰਾਣੇ ਵਾਲ ਦੀ ਟੀਮ ਦਾ। ਏਕਮ ਚੀਮਾ ਜੀ ਗੁਰਮੀਤ ਦੇ ਲਈ 100 ਰੁਪਇਆ ਭੇਜ ਰਹੇ ਨੇ। ਸਾਡਾ ਵੀ ਨੈਣਾ ਦੁਬਈ ਵਾਲਾ ਉਹ ਵੀ ਨਾਲ ਨਿਰਮਲ ਢੇਰੀ ਹੁਣੀ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ। 100 ਰੁਪਇਆ ਪੁਰਾਣੇ ਵਾਲੀ ਗੁਰਮੀਤ ਲਈ ਦਿੱਤਾ ਜਾ ਰਿਹਾ ਹੈ। ਭਾਗੇ ਤੋਂ ਇਧਰਲੇ ਪਾਸੇ ਆ ਕੇ ਖੜਦਾ ਨੌਜਵਾਨ ਪੈਸੇ ਫੜ ਪਲੇਅਰਾਂ ਦੇ। ਇਸ ਵੇਲੇ ਰੌਲੀ ਪਿੰਡ ਦਾ ਹਰਪ੍ਰੀਤ ਸਿੰਘ ਬੰਬ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਸਾਹਮਣੇ ਦੇਖਦਾ ਵੀ 4 ਜਾਫੀ ਅਤੇ ਨੌਜਵਾਨ ਗੱਭਰੂ ਇਸ ਵੇਲੇ ਰੌਲੀ ਵਾਲਾ ਲੈ ਕੇ ਪੁਆਇੰਟ ਪੁਆਇੰਟ ਦਾ ਵਾਧਾ ਕਰਦਾ ਤੇ ਮੈਚ ਜਿਹੜਾ ਸਮਾਪਤ ਹੋ ਚੁੱਕਿਆ ਹੈ। ਮੈਚ ਸਮਾਪਤ ਹੈ। ਸਰਦਾਰ ਤਾਰਾ ਸਿੰਘ ਜੀ ਪ੍ਰੀਤਮ ਦੇ ਲਈ ਔਰ ਗੁਰਬੀਰ ਦੇ ਲਈ 100 ਰੁਪਏ ਭੇਜ ਰਹੇ ਨੇ। ਬੜਾ ਧੰਨਵਾਦ ਹੈ। ਆਓ ਜੀ ਜੌਹਲ ਸਾਹਿਬ ਤੁਸੀਂ ਵੀ ਆ 100 ਰੁਪਏ ਜਿਹੜਾ ਹੋਏ ਰੌਲੀ ਵਾਲੇ ਬੰਬ ਦਾ ਔਰ ਪਿੱਥੋਂ ਵਾਲੇ ਸੀਰੇ ਲਈ ਵੀ 100 ਰੁਪਏ ਜਿਹੜਾ ਦਿੱਤਾ ਜਾ ਰਿਹਾ ਹੈ। ਬੜਾ ਧੰਨਵਾਦ ਸੀਰੇ, ਆ 100 ਰੁਪਏ ਤੂੰ ਲੈ ਮੇਰਾ ਵੀਰ। ਬੜਾ ਧੰਨਵਾਦ ਹੈ ਸਰਦਾਰ ਜੋਗਿੰਦਰ ਸਿੰਘ ਜੀ ਸ਼ਾਹੂਕਾਰ ਉਹਨਾਂ ਵੱਲੋਂ ਵੀ ਪ੍ਰੀਤਮ ਲਈ ਜਿਹੜਾ 100 ਰੁਪਏ ਆ ਲੈ ਵੀ ਨੌਜਵਾਨ 113 ਹੈ। ਆ 113 ਵੀਰੇ ਤੇ 100 ਜਿਹੜਾ ਗੁਰਮੀਤ ਹੈ, 100 ਜਿਹੜਾ ਨਿੱਕੇ ਦਾ। ਅਗਲੀ ਟੀਮ ਜਲਦੀ ਤੋਂ ਜਲਦੀ ਗਰਾਊਂਡਾਂ 'ਚ ਪਹੁੰਚੇ। ਅਗਲੀ ਟੀਮ ਪਿੰਡਰ ਤੇ ਗਗੜਾ, ਪਿੰਡਰ ਵਾਸਤੇ ਗਗੜਾ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚੋ ਵੀਰੇ। ਹਾਂਜੀ, ਜਿਹੜੀ ਪੁਰਾਣੇ ਵਾਲ ਦੀ ਟੀਮ ਵਿਨਰ ਰਹੀ ਹੈ ਸਾਡੇ ਭਾਈ ਹਰਿੰਦਰ ਗਿੱਲ ਜੀ ਉਹਨਾਂ ਵੱਲੋਂ ਜਿਹੜਾ 1000 ਰੁਪਏ ਦਿੱਤਾ ਜਾ ਰਿਹਾ ਪੁਰਾਣੇ ਵਾਲ ਦੀ ਟੀਮ ਦੇ ਪਲੇਅਰ ਜਿਹੜੇ ਪ੍ਰਾਪਤ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। 1000 ਰੁਪਏ ਜਿਹੜਾ ਸਾਡੇ ਭਾਈ ਹਰਿੰਦਰ ਗਿੱਲ ਜੀ ਵਿਜੀਲੈਂਸ ਵਾਲੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ। ਚਮਕੌਰ ਸਨੈਪ ਕਰ ਲਈ ਮੇਰਾ ਵੀਰ, ਇੱਕ ਜਿਹੜਾ 1000 ਰੁਪਏ ਦਿੱਤਾ ਜਾ ਰਿਹਾ ਪੁਰਾਣੇ ਵਾਲ ਦੀ ਟੀਮ ਨੂੰ। ਮੇਰੀ ਬੇਨਤੀ ਹੈ ਟੀਮਾਂ ਜਿਹੜੀਆਂ ਪਿੰਡਰ ਵਰਸੀ ਜਿਹੜਾ ਮੈਚ ਖੇਡਿਆ ਜਾਣਾ ਗਗੜੇ ਦਾ, ਸੀਤਾ ਚਗਾਵੇ ਵਾਲਾ ਸਾਡਾ ਵੀਰ ਪਿੰਦੂਆਣੀ ਉਹ ਜਿਹੜੇ ਵਿਸ਼ੇਸ਼ ਤੌਰ ਤੇ ਆਏ ਨੇ, ਸੀਤਾ ਚਗਾਵਾ ਸਾਡਾ ਵੀਰ ਤੇ ਪਿੰਦੂ ਸਾਡਾ ਵੀਰ ਦਾਤੇ ਵਾਲਾ 100 ਰੁਪਇਆ ਮਾਨ ਦੇ ਰਹੇ ਨੇ। ਬੁੱਲਾਂ ਤੋਂ ਖੁਸ਼ ਹੋ ਕੇ ਰੌਲੀ ਵਾਲਾ ਹਰਪ੍ਰੀਤ ਸਿੰਘ ਬੰਬ ਆਪਣਾ ਮਾਨ ਸਨਮਾਨ ਲੈ ਲਵੇ। ਰੌਲੀ ਵਾਲਾ ਹਰਪ੍ਰੀਤ ਸਿੰਘ ਬੰਬ ਆਪਣਾ ਮਾਨ ਸਨਮਾਨ ਲੈ ਲਵੇ। ਗੇਜੀ ਕਪੂਰੇ ਵੀ ਆਪਣਾ ਮਾਨ ਸਨਮਾਨ ਲਵੇ ਆ ਕੇ। ਬਾਈ ਜੀ ਆਪਾਂ ਜਿਹੜੇ ਮਾਨ ਸਨਮਾਨ ਦੇਵਾਂਗੇ, ਜੌਹਲ ਸਾਹਿਬ ਮਾਨ ਸਨਮਾਨ ਦਿਓ ਜੀ, ਕੱਪ ਚੱਕ ਕੇ ਲਿਓ ਪਹਿਲਾਂ। ਹਾਂਜੀ, ਨੈਣਾ ਦੁਬਈ ਵਾਲਾ ਸਾਡਾ ਵੀਰ ਵੱਡਾ ਧੰਨਵਾਦ ਇਹਨਾਂ ਵੀਰਾਂ ਦਾ, ਔਰ ਜਿਹੜੇ ਵੱਡੇ ਮਾਣ ਪਿਆਰ ਵੀ ਦਿੱਤੇ ਨੇ ਇਹਨਾਂ ਵੀਰਾਂ ਨੇ। ਆ ਕਿਹੜੀ ਟੀਮ ਆਈ ਪਿੰਡਰ ਗਗੜਾ? ਗਗੜੇ ਦੀ ਟੀਮ ਆ ਵੀਰੇ,
ਰੌਲੀ ਵਾਲੇ ਹਰਪ੍ਰੀਤ ਸਿੰਘ ਬੰਬ ਦੇ ਜਿਹੜੇ ਵਿਸ਼ੇਸ਼ ਮਾਨ ਸਨਮਾਨ ਕੀਤੇ ਜਾ ਰਹੇ ਨੇ ਰੌਲੀ ਵਾਲੇ ਹਰਪ੍ਰੀਤ ਸਿੰਘ ਬੰਬ ਦੇ ਜਿਹੜੇ ਵਿਸ਼ੇਸ਼ ਮਾਨ ਸਨਮਾਨ ਕੀਤੇ ਜਾ ਰਹੇ ਨੇ ਇਸ ਵੇਲੇ ਖੇਡ ਗਰਾਊਂਡ ਦੇ ਵਿੱਚ ਰੌਲੀ ਵਾਲੇ ਹਰਪ੍ਰੀਤ ਸਿੰਘ ਬੰਬ ਦੇ ਜਿਹੜੇ ਵਿਸ਼ੇਸ਼ ਮਾਨ ਸਨਮਾਨ ਨਾਲ ਕਪੂਰੇ ਪਿੰਡ ਦੇ ਅਮਰਜੀਤ ਸਿੰਘ ਗੇਜੀ ਦੇ ਮਾਨ ਸਨਮਾਨ ਜਿਹੜੇ ਕੀਤੇ ਜਾ ਰਹੇ ਨੇ ਸਾਡਾ ਵੀਰ ਸੀਤਾ ਚਗਾਵੇ ਵਾਲਾ ਨਾਲ ਪਿੰਦੂ ਦਾਤੇ ਵਾਲਾ ਸਾਡਾ ਵੀਰ ਉਹ ਵੀ ਮਾਣ ਦੇ ਕੇ ਗਏ ਨੇ ਬਹੁਤ ਬਹੁਤ ਧੰਨਵਾਦ ਨੇ ਇਹਨਾਂ ਸਤਿਕਾਰਯੋਗ ਵੀਰਾਂ ਦੇ ਨਾਲ ਹੀ ਉਹ ਫਾਈਨਲ ਚ ਬੋਲੂਗਾ ਯਾਰ ਇਹ ਤੋਂ ਬਾਅਦ ਬੋਲੂਗਾ ਪਿੰਡਰ ਤੇ ਗਗੜਾ ਪਿੰਡਰ ਵਰਸਿਸ ਗਗੜਾ ਦੋਨੋਂ ਟੀਮਾਂ ਸੈਂਟਰ ਲਾਈਨ ਤੇ ਪਹੁੰਚ ਚੁੱਕੀਆਂ ਤਾਂ ਮੈਚ ਚਾਲੂ ਕਰਾ ਦਿਓ ਵੀਰੇ ਆਪਣਾ ਬੰਬ ਸਾਡੇ ਭਾਈ ਗੁਰਦੂਰ ਕੋਕਰੀ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਵੱਡਾ ਧੰਨਵਾਦ ਇਹਨਾਂ ਸਤਿਕਾਰਯੋਗ ਵੀਰਾਂ ਦਾ ਗਗੜਾ ਆ ਗਈ ਅਤੇ ਭਿੰਡਰ ਵੀ ਆ ਗਈ ਮੈਚ ਸ਼ੁਰੂ ਕਰਵਾ ਦਿਓ ਸਰਦਾਰ ਲਕਸ਼ਮਣ ਸਿੰਘ ਜੀ ਗਿੱਲ ਸਾਹਿਬ ਆਪਾਂ ਗਰਾਊਂਡ ਜਿਹੜੀ ਕਲੀਅਰ ਕਰਵਾ ਦਈਏ ਤਾਂ ਜੋ ਮੈਚ ਸ਼ੁਰੂ ਕਰਵਾਇਆ ਜਾ ਸਕੇ ਗਰਾਊਂਡ ਜਿਹੜੀ ਆਪਾਂ ਕਲੀਅਰ ਕਰਵਾ ਦਈਏ ਮੇਰੀ ਬੇਨਤੀ ਹੈ ਥਾਣੇ ਭਾਈ ਗਰਾਊਂਡ ਜਿਹੜੀ ਕਲੀਅਰ ਕਰਵਾ ਦਿਓ ਮੇਰੀ ਬੇਨਤੀ ਹੈ ਸਾਡੇ ਪ੍ਰਬੰਧਕ ਵੀਰਾਂ ਨੂੰ ਵੀ ਗਰਾਊਂਡ ਜਿਹੜੀ ਕਲੀਅਰ ਕਰਵਾ ਦਿੱਤੀ ਜਾਵੇ ਤਾਂ ਜੋ ਮੈਚ ਜਿਹੜਾ ਸ਼ੁਰੂ ਕਰਵਾਇਆ ਜਾ ਸਕੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਬੜਾ ਜਿਹੜਾ ਵਧੀਆ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ ਪਿੰਡਰ ਤੇ ਗਗੜੇ ਦੀਆਂ ਟੀਮਾਂ ਦੇ ਦਰਮਿਆਨ ਪੁਰਾਣੇ ਵਾਲ ਦੀ ਟੀਮ ਜਿਹੜੀ ਤਿਆਰੀ ਰੱਖੇ ਫਾਈਨਲ ਚ ਪਹੁੰਚ ਗਈ ਆ ਪੁਰਾਣੇ ਵਾਲਾ ਸਾਡੇ ਵੀ ਰਾਜ ਗਿੱਲ ਜੀ ਯੂਐਸਏ ਵਾਲੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਯੂਐਸਏ ਵਾਲੇ ਉਹ ਹਜ਼ਾਰ ਰੁਪਇਆ ਜਿਹੜਾ 500 ਰੁਪਇਆ ਕਮੇਟੀ ਤੋਂ ਖੁਸ਼ ਹੋ ਕੇ ਦੋਨੋਂ ਵੀਰ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਨੇ ਔਰ ਨਾਲ ਹੀ ਇਹ ਸਾਲ ਮੇਰੇ ਵੀਰੇ ਫਕਰ ਬਾਬਾ ਦਾਮੂ ਸ਼ਾਹ ਦੀ ਅਪਾਰ ਕਿਰਪਾ ਹੋਈ ਦਾਸ ਦੇ ਉੱਤੇ ਸਾਡੇ ਵੀਰ ਗੁਰਮੀਤ ਜਾਲ ਹੋਣੀ ਗੁਰਪ੍ਰੀਤ ਲਾਡੀ ਹੋਣੀ ਸਾਡੇ ਵੀਰ ਕਪੂਰਾਂ ਵਾਲੇ ਨੈਣੇ ਹੋਣਾਂ ਦੇ ਵੱਡੇ ਯੋਗਦਾਨ ਸਦਕਾ ਇਸ ਸਾਲ ਦਾਸ ਨੇ ਵੀ ਦੁਬਈ ਦੇ ਸ਼ਾਰਜਾ ਕੱਪ ਤੇ ਕਮੈਂਟਰੀ ਕਰਨੀ ਹੈ ਵੱਡਾ ਧੰਨਵਾਦ ਹੈ ਲਓ ਸਾਹਮਣੇ ਇਸੇ ਲਈ ਪਹਿਲੀ ਕਬੱਡੀ ਪਾਉਣ ਦੇ ਲਈ ਗੱਭਰੂ ਕਰਦਾ ਹੋਇਆ ਤਿਆਰੀ ਸਾਡਾ ਵੀਰ ਤਾਰ ਕਪੂਰਿਆਂ ਵਾਲਾ ਵੀ ਬੜਾ ਸੋਹਣਾ ਲਿਖਦਾ ਹੈ ਮੇਰੇ ਵੀਰੇ ਬੜੀ ਸੋਹਣੀ ਗੱਲ ਲਿਖੀ ਉਸ ਵੀਰ ਨੇ ਕਿ ਤੇਰੀ ਸਾਰ ਕਿਸੇ ਨੇ ਨਾ ਲੈਣੀ ਜਦ ਮੰਜੀ ਉੱਤੇ ਬਹਿ ਜਾਏਗਾ ਮੇਰੀ ਮੇਰੀ ਕਰਦਾ ਕੀ ਹਿੱਕ ਤੇ ਧਰ ਕੇ ਲੈ ਜਾਏਗਾ
ਖਾਲੀ ਹੱਥ ਤੁਰ ਜਾਣਾ ਕੀ ਫਾਇਦਾ ਜੇਬਾਂ ਭਰੀਆਂ ਦਾ ਗਗਨ ਕਪੂਰਿਆਂ ਵਾਲਿਆ ਵਾਏ ਉਹ ਬਹੁਤਾ ਮਾਣ ਨਹੀਂ ਕਰੀਦਾ ਅਸਮਾਨੀ ਗੁੱਡੀਆਂ ਚੜੀਆਂ ਦਾ ਗਗਨ ਕਪੂਰਿਆਂ ਵਾਲਿਆ ਹੋਏ ਬਹੁਤਾ ਮਾਣ ਨਹੀਂ ਕਰੀਦਾ ਅਸਮਾਨੀ ਗੁੱਡੀਆਂ ਚੜੀਆਂ ਦਾ ਇਸੇ ਲਈ ਪਹਿਲੀ ਕਬੱਡੀ ਪਾਉਣ ਦੇ ਲਈ ਗਗੜਾ ਪਿੰਡ ਹੈ ਗਗੜੇ ਵਾਲੇ ਜਸਵੰਤ ਸਿੰਘ ਫੌਜੀ ਦੇ ਸਪੁੱਤਰ ਨੇ ਬੋਲਿਆ ਹੈ ਧਾਵਾ ਸਾਹਮਣੇ ਚਾਰ ਸਟਾਪਰ ਬਿਲਕੁਲ ਤਿਆਰ ਨੇ ਮੇਰੇ ਵੀਰੋ ਤੇ ਕਿਹੜੇ ਗੱਭਰੂ ਨੇ ਜੱਫਾ ਲਾਉਣਾ ਹੈ ਗੱਲ ਸਮੇਂ ਦੀ ਖੇਡ ਕੇ ਮੇਰੇ ਵੀਰੋ ਗੱਲ ਜਿਹੜੀ ਸਮੇਂ ਦੀ ਕਰਾਂਗੇ ਕਿ ਕੱਟ ਕਬੂਤਰ ਬਿਨਾਂ ਪਰਾਂ ਤੋਂ ਬਾਲਾ ਚਿਰ ਉੜਦੇ ਨਾ ਤੇ ਉਮਰ ਵਕਤ ਦੇ ਪਾਣੀ ਕਦੇ ਪਛਾਣ ਨੂੰ ਮੁੜਦੇ ਨਾ ਉਮਰ ਵਕਤ ਦੇ ਪਾਣੀ ਕਦੇ ਪਛਾਣ ਨੂੰ ਮੁੜਦੇ ਨਾ ਗਗੜੇ ਵਾਲਾ ਗੋਲੂ ਪੁਆਇੰਟ ਲੈ ਕੇ ਭੱਜਿਆ ਅਗਲੀ ਕਬੱਡੀ ਕੌਣ ਗੱਭਰੂ ਪਾ ਰਿਹਾ ਮੇਰੇ ਵੀਰ ਕਾਲੂ ਨਾ ਹੈ ਤੇ ਦੌਲੇ ਵਾਲਾ ਪਿੰਡ ਹੈ ਗੱਭਰੂ ਨੇ ਕੀਤੀ ਹੈ ਤਿਆਰੀ ਕਿ ਖੇਡ ਕੇ ਜੋ ਮੱਲਾਂ ਮਾਰਦੇ ਨੇ ਵੱਡੀਆਂ ਕਿ ਮੋਟਰਸਾਈਕਲ ਮਿਲਦੇ ਕਈਆਂ ਨੂੰ ਮਿਲਦ ਗੱਡੀਆਂ ਤੇ ਘਿਓ ਦੇ ਪੀਪੇ ਜਿੱਤ ਦੇ ਕੇ ਐਲਸੀਡੀਆਂ ਮੁੱਲ ਪੈਂਦਾ ਜੋ ਦਿਆ ਸਾਂਭੀ ਜਾਣ ਦਾ ਤੇ ਪੁੱਤ ਜਿੰਨਾ ਮਾਵਾਂ ਦੀ ਕਬੱਡੀ ਖੇਡਦੇ ਬਈ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਚੁਗਾਵੇ ਵਾਲਾ ਸੀਤਿਆਂ ਨੌਜਵਾਨਾਂ ਦੇਖ ਦੌਲੇ ਵਾਲੀ ਕਾਲੂ ਦੀ ਕਬੱਡੀ ਪੈਂਦੀ ਹੈ ਤੇ ਭਿੰਡਰਾਂ ਵਾਲਾ ਮਲਕੀਤ ਸਿੰਘ ਇਸ ਵੇਲੇ ਖੁੱਚ ਪੱਟ ਕੇ ਜੱਫਾ ਲਾ ਚੁੱਕਿਆ ਹੈ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਭਾਣਾ ਪਿੰਡ ਹੈ ਮੇਰੇ ਵੀਰ ਇਸ ਵੇਲੇ ਸਾਹਮਣੇ ਨੌਜਵਾਨ ਗੱਭਰੂ ਗੁਰਸੇਵਕ ਸਿੰਘ ਨਾ ਆਏ ਕਬੱਡੀ ਪਾ ਰਿਹਾ ਨੌਜਵਾਨ ਗੱਭਰੂ ਬਾਬੇ ਫਰੀਦ ਦੀ ਧਰਤੀ ਹੈ ਜ਼ਿਲ੍ਹੇ ਫਰੀਦਕੋਟ ਦਾ ਗੱਭਰੂ ਹੈ ਇਸ ਵੇਲੇ ਕਬੱਡੀ ਪੈਂਦੀ ਹੈ ਤੇ ਦੁਨੀਆ ਵੇਂਦੀ ਹੈ ਕਿ ਓਪਨ ਅਕੈਡਮੀ ਚ ਖਿਡਾਰੀ ਜਦੋਂ ਵੜ ਜੇ ਖੇਡ ਪ੍ਰਮੋਟਰਾਂ ਦੀ ਨਿਗਾਹ ਵਿੱਚ ਚੜ ਜੇ ਲੱਗਦੇ ਨੇ ਬੀਜੇ ਘੁੰਮਦੇ ਜਹਾਜ਼ਾਂ ਤੇ ਬਈ ਮੌਕਾ ਮਿਲੇ ਜੋਧਿਆ ਵਿਦੇਸ਼ੀ ਜਾਣ ਦਾ ਉਹ ਪੁੱਤ ਜਿੰਨਾ ਮਾਵਾਂ ਦੀ ਕਬੱਡੀ ਖੇਡਦੇ ਬਈ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਬਈ ਪੁੱਤ ਜਿੰਨਾ ਮਾਵਾਂ ਦੀ ਕਬੱਡੀ ਖੇਡਦੇ ਜਿੰਨਾ ਮਾਵਾਂ ਦੇ ਪੁੱਤ ਕਬੱਡੀ ਖੇਡਦੇ ਆ ਮੇਰੇ ਵੀਰ ਖਾਨਦਾਨ ਦਾ ਨਾਂ ਉੱਚਾ ਚੁੱਕ ਦਿੰਦੇ ਆ ਰੇਸ਼ਮ ਸਾਡਾ ਵੀਰ ਜਿਨ੍ਹਾਂ ਨੇ ਕਲੀ ਦੀਆਂ ਪਿਛਲੇ ਦੋ ਦਿਨ ਤੋਂ ਲੈ ਕੇ ਜਿਹੜੀਆਂ ਸਵਾਵਾਂ ਦਿੱਤੀਆਂ ਵੱਡਾ ਧੰਨਵਾਦ ਹੈ ਇਸ ਵੀਰ ਦਾ ਕਿ ਉਹ ਕਲੀ ਵਾਲਾ ਵੀਰ ਉਹ ਪਿਆਉਂਦਾ ਫਿਰੇ ਪਾਣੀ ਇੱਧਰ ਰੈਫਰੀ ਨੇ ਬੈਠੇ ਤੇ ਉਹ ਚੋਪਰਾਂ ਦੀ ਟਾਣੀ ਪਿੰਡ ਪਿੰਡ ਦਾ ਬੱਬੂ ਇਸ ਵੇਲੇ ਜੱਫਾ ਲਾ ਚੁੱਕਾ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਮਾਰ ਦਿਓ ਤਾੜੀਆਂ ਕਿ ਭਿੰਡਰਾਂ ਪਿੰਡ ਦਾ ਬੰਤਾ ਵੀ ਜਦੋਂ ਕੌਡੀ ਪਾਉਂਦਾ ਸੀ ਮਾਣ ਸੀ ਬੜਾ ਜਵਾਨੀ ਦਾ ਲੱਤ ਆਉਂਦਾ ਸੀ ਕਿ ਬਿੱਲਾ ਤੇ ਸ਼ੀਰਾ ਵੀ ਰੇਡਰ ਬੈਸਟ ਕਹਾਏ ਨੇ ਗੁੱਟ ਫੜ ਜਾਫੀ ਕੈਲੇ ਨੇ ਵੀ ਬਹੁਤ ਕਮਾਏ ਨੇ ਲੰਗਿਆੜੀਆਂ ਜੋਧਾ ਲਿਖੇ ਨਿਚੋੜ ਕਬੱਡੀ ਦੇ ਏਣ ਮੁੱਲੇ ਹੀਰੇ ਬਾਬੇ ਬੋੜ ਕਬੱਡੀ ਦੇ ਏਣ ਮੁੱਲੇ ਹੀਰੇ ਬਾਬੇ ਬੋੜ ਕਬੱਡੀ ਦੇ ਸਾਡੇ ਸ਼ਿੰਦਾ ਕਲੇਰ ਜੀ ਮੈਂਬਰ ਸਾਹਿਬ ਭਾਣੇ ਵਾਲੇ ਸੇਵਕ ਲਈ 100 ਰੁਪਇਆ ਭੇਜ ਰਹੇ ਨੇ ਭਾਣੇ ਵਾਲਿਆ 100 ਰੁਪਇਆ ਬਾਅਦ ਵਿੱਚ ਤੂੰ ਮੇਰੇ ਤੋਂ ਲੈਣਾ ਹੈ ਆਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਗਗੜੇ ਵਾਲੇ ਧੰਨੇ ਦਾ ਸਪੁੱਤਰ ਕਬੱਡੀ ਪਾ ਰਿਹਾ ਹੈ ਜਿੱਥੇ ਗਗੜੇ ਵਾਲੇ ਫੌਜੀ ਨੇ ਬੱਲੇ ਬੱਲੇ ਕਰਵਾਈ ਹੈ ਕਬੱਡੀ ਜਗਤ ਦੇ ਵਿੱਚ ਵੱਡੇ ਨਾਂ ਨੇ ਨਾ ਵੀਰਾਂ ਦੇ ਪਿੰਡਰ ਪਿੰਡ ਕਬੱਡੀ ਦੀ ਨਰਸੀ ਵਜੋਂ ਜਾਣਿਆ ਜਾਂਦਾ ਪਿੰਡ ਹੈ ਔਰ ਮੇਰੇ ਵੀਰ ਹੀਰੇ ਪਿੰਡਰ ਦਾ ਪਿੰਡ ਹੈ ਬਲਜਿੰਦਰਾ ਚਾਪ ਉਸੇ ਇੰਗਲੈਂਡ ਦੇ ਵਿੱਚ ਗੱਲਾਂ ਨੇ ਖੇਡ ਕਬੱਡੀ ਦੀਆਂ ਦੁਨੀਆ ਭਰ ਦੇ ਟੌਪ ਦੇ ਪਲੇਅਰਾਂ ਦੀ ਧਰਤੀ ਹੈ ਕਹਿੰਦੇ ਵੀ 20ਵੀਂ ਸਦੀ ਦੇ ਮਹਾਨ ਜਰਨੈਲ ਦੰਦ ਵੀ ਟਕਸਾਲ ਦੇ ਚੌਥਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਦੀ ਗੱਲ ਕਰਾਂਗੇ ਜੱਦੀ ਪਿੰਡ ਭਾਵੇਂ ਰੋਡੇ ਹੈ ਕਿ ਜੰਮਿਆ ਰੋਡੇ ਪਿੰਡ ਦਾ ਸੂਰਾ ਕਹਿਣੀ ਕਰਨੀ ਦਾ ਜੋ ਪੂਰਾ ਬੱਚਾ ਬੁੱਢਾ ਜਿਸ ਦਾ ਕਾਇਲ ਜੋਧਿਆ ਸਿੱਖੀ ਦਾ ਜਰਨੈਲ ਪਹਿਰੇਦਾਰ ਸੱਚ ਦਾ ਫਕਰ ਸਿੱਖੀ ਲਈ ਜ਼ੁਲਮ ਨਾ ਟੱਕਰ ਕਿ ਪੁੱਤ ਜਗਿੰਦਰ ਸਿੰਘ ਦੇ ਲਾਡਾਂ ਦੇ ਨਾਲ ਪਾਲੇ ਦਾ ਉਹ ਜੋਧਿਆ ਕੰਬਦੀ ਹੁਣ ਤੱਕ ਦਿੱਲੀ ਉਹ ਨਾਂ ਸੁਣ ਭਿੰਡਰਾਂਵਾਲੇ ਦਾ ਕਹਿੰਦੇ ਵੀ ਭਿੰਡਰਾਂਵਾਲੇ ਦਾ ਨਾਂ ਸੁਣ ਕੇ ਹਾਲੇ ਤੱਕ ਵੀ ਦਿੱਲੀ ਕੰਬਦੀ ਹੈ ਤੇ ਇਸ ਵੇਲੇ ਭਾਣੇ ਵਾਲਾ ਗੱਭਰੂ ਮੇਰੇ ਵੀਰੇ ਪੁਆਇੰਟ ਲੈ ਕੇ ਭੱਜਦਾ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਗੁਰਦੀਪ ਜੋੜਾ ਜੀ ਸਾਡੇ ਵੀਰੋ ਕਹਿੰਦੇ ਵੀ ਗੋਲਡੀ ਜਿੰਨੇ ਜੱਫੇ ਲਾਵੇਗਾ ਹਰ ਇੱਕ ਜੱਫੇ ਤੇ 100 ਦੇ ਨੋਟ ਦੇਵਾਂਗੇ ਬਿਕਰ ਦਵਾਈ ਵਾਲਾ ਸਾਡਾ ਵੀਰ ਨਾਲ ਸ਼ਿੰਦਾ ਕਲੇਰ ਜੀ ਮੈਂਬਰ ਸਾਹਿਬ ਉਹ ਕਹਿੰਦੇ ਵੀ
ਪਾਣੇ ਵਾਲੇ ਸੇਵਕ ਨੇ ਜਿੰਨੇ ਪੁਆਇੰਟ ਲੈਣੇ ਉਹਨੇ 700 ਦੇ ਨੋਟ ਦੇ ਉੱਤੇ ਜਾਣੇ ਹੈ। ਪਾਣੇ ਵਾਲਾ ਤੇਰਾ 200 ਰੁਪਇਆ ਮੇਰੇ ਕੋਲ ਆ ਗਿਆ। ਗਗੜੇ ਵਾਲੇ ਜਸਵੰਤ ਸਿੰਘ ਫੌਜੀ ਦੇ ਸਪੁੱਤਰ ਦੀ ਕਬੱਡੀ ਪੈਂਦੀ ਹੈ। ਗਰਮੀਆਂ ਦਾ ਸੀਜ਼ਨ ਵੀ ਪੂਰਾ ਟੌਪ ਖੇਡਦਾ ਹੈ ਤੇ ਇਸ ਸਾਲ ਕਹਿੰਦੇ ਮਾਲਵੇ ਦਾ ਸਭ ਤੋਂ ਪੂਰਾ ਟੌਪ ਦਾ ਮੇਲਾ ਵੀਰ ਹਰਿੰਦਰ ਸਿੰਘ ਇਸ ਗੱਭਰੂ ਨੇ ਲੁੱਟਿਆ ਹੈ। ਕਹਿੰਦੇ ਵੀ ਮਹੀਆਂ ਵਾਲੇ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਦਾ ਜੇਤੂ ਇਸ ਵੇਲੇ ਕਬੱਡੀ ਪਾ ਰਿਹਾ ਹੈ। ਗੋਲੂ ਗਗੜੇ ਪਿੰਡ ਵਾਲਾ ਗਗੜੇ ਵਾਲੇ ਜਸਵੰਤ ਸਿੰਘ ਫੌਜੀ ਨੇ ਆਪ ਵੀ ਬੜੀ ਤਕੜੀ ਕਬੱਡੀ ਖੇਡੀ ਹੈ ਤੇ ਛੀਣੀਆਂ ਮਾਵਾਂ ਦੇ ਬੱਬਰ ਸ਼ੇਰ ਪੁੱਤਾਂ ਦੀ ਗੱਲ ਹੈ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ, ਸ਼ੇਰ ਨਹੀਂ ਕਰ ਸਕਦੀ ਹੈ ਸ਼ੇਰ ਪੈਦਾ, ਜਿਹੜੀ ਜ਼ਮੀਨ ਦੇ ਵਿੱਚ ਹੁੰਦੀ ਗਿੱਲ ਪੂਰੀ ਫਸਲ ਹੁੰਦੀ ਆ ਉਹਦੇ ਵਿੱਚ ਢੇਰ ਪੈਦਾ, ਤੇ ਜਿਨ੍ਹਾਂ ਮਾਪਿਆਂ ਨੇ ਕੀਤੀ ਹੋਵੇ ਤਪੱਸਿਆ ਤੇ ਘਰ ਉਹਨਾਂ ਦੇ ਹੁੰਦਾ ਪੁੱਤ ਪਲੇਅਰ ਪੈਦਾ। ਜਿਵੇਂ ਸਰਦਾਰ ਲਛਮਣ ਸਿੰਘ ਦੇ ਕਹਿੰਦੇ ਵੀ ਮੇਰੇ ਵੀਰੋ ਪੁਰਾਣੇ ਵਾਲੀ ਨਿੱਕੇ ਨੂੰ ਜਨਮ ਦਿੱਤਾ, ਕਹਿੰਦੇ ਉਹਨਾਂ ਦੇ ਘਰ ਜਿਹੜਾ ਉਹ ਪਲੇਅਰ ਪੁੱਤ ਪੈਦਾ ਹੋਇਆ। ਗੱਲਾਂ ਪੁਰਾਣੇ ਵਾਲੀ ਪ੍ਰੀਤਮ ਦੀ ਸ਼ਿੰਦੇ ਵਰਗੇ ਸਾਡੇ ਵੀਰ ਮਨਜਿੰਦਰ ਹੋਣੀ ਦੁਨੀਆ ਭਰ ਦੇ ਟਾਪ ਦੇ ਪਲੇਅਰ ਬਣ ਚੁੱਕੇ ਨੇ। ਸਾਡਾ ਵੀਰ ਸੇਵਕ ਪਾਣੇ ਵਾਲਾ ਮੇਰੇ ਤੋਂ ਆਪਣਾ 200 ਰੁਪਇਆ ਲੈ ਲਵੇ। ਗੋਲੂ ਗਗੜੇ ਵਾਲਾ ਆਹ 100 ਰੁਪਇਆ ਤੇਰੇ ਵੀਰ ਤੇਰੇ ਲਈ ਸਾਡੇ ਵੀਰ ਗੁਰਦੀਪ ਜਾੜੇ ਹੋਣੀ ਦੇ ਰਹੇ ਨੇ। ਵੱਡਾ ਧੰਨਵਾਦ ਹੈ, ਵੱਡਾ ਜਿਹੜਾ ਧੰਨਵਾਦ ਇਹਨਾਂ ਸਤਿਕਾਰਯੋਗ ਵੀਰਾਂ ਦਾ ਮੇਰੇ ਵੀਰਿਓ। ਫਾਈਨਲ ਦੇ ਵਿੱਚ ਕਿਹੜੀ ਟੀਮ ਪੁੱਜੀ ਅੰਮ੍ਰਿਤਪਾਲ? ਆਪਾਂ ਜਿਹੜਾ ਰਿਜ਼ਲਟ ਅਨਾਊਂਸ ਕਰਨਾ ਹੈ, ਕੌਣ ਜਿੱਤਿਆ ਇਸ ਮੈਚ ਤੋਂ? ਅੰਮ੍ਰਿਤਪਾਲ ਸਾਡਾ ਵੀਰ ਮੈਨੂੰ ਦੱਸੇ ਵੀ ਟੀਮ ਜਿਹੜੀ ਕਿਹੜੀ ਜੇਤੂ ਰਹੀ ਹੈ। ਸਾਡੇ ਦਲਵੀਰ ਗਿੱਲ ਜੀ USA ਵਾਲੇ ਮੇਰੇ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦੇ ਮਾਣ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਨੇ। ਇਸ ਮੈਚ ਚੋਂ ਪਿੰਡਰ ਵਿਨਰ ਰਹੀ ਹੈ, ਪਿੰਡਰ ਤੇ ਪੁਰਾਣੇ ਵਾਲੇ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਦੋਨੋਂ ਟੀਮਾਂ ਲੰਗੋਟੇ ਢਿੱਲੇ ਕਰਕੇ ਕੱਸ ਕੇ ਫੇਰ ਗਰਾਊਂਡ ਤੇ ਆ ਜਾਣ, ਪਿੰਡਰ ਤੇ ਪੁਰਾਣੇ ਵਾਲਾ ਦੋਨੋਂ ਟੀਮਾਂ ਖੇਡ ਦੇ ਮੈਦਾਨ ਦੇ ਵੱਲ ਆਉਣਗੇ। ਜਿਹੜਾ ਫਾਈਨਲ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ ਮੇਰੇ ਵੀਰੋ, ਫਾਈਨਲ ਜਿਹੜਾ ਮੈਚ ਖੇਡਿਆ ਜਾਣਾ ਹੈ, ਬਾਬਾ ਸ਼ਿੰਦਰ ਸਿੰਘ ਜੀ ਹਰਦਾਸੇ ਵਾਲੇ ਇੱਕ ਸ਼ੇਰ ਜਿਹੜਾ ਸੁਣਾਉਣਗੇ ਗੁਰੂ ਗੋਬਿੰਦ ਸਿੰਘ ਜੀ ਦਾ। ਪਿੰਡਰ ਤੇ ਪੁਰਾਣੇ ਵਾਲਾ, ਜਲਦੀ ਤੋਂ ਜਲਦੀ ਪੁਰਾਣੇ ਵਾਲਾ ਪਹੁੰਚੇ ਛੋਲੇ। ਵਾਹਿਗੁਰੂ ਵਾਹਿਗੁਰੂ। ਦਾਸ ਨੂੰ ਹੁਕਮ ਹੋਇਆ ਸੀ ਸੰਗਤਾਂ ਵੱਲੋਂ ਇੱਕ ਸ਼ਹੀਦਾਂ ਦੇ ਨਾਂ 'ਤੇ ਇੱਕ ਸ਼ੇਰ ਬੋਲਿਆ ਜਾਵੇ, ਅਸੀਂ ਉਹਨਾਂ ਸ਼ਹੀਦਾਂ ਦੇ ਨਾਂ 'ਤੇ ਸ਼ੇਰ ਬੋਲਣ ਲੱਗੇ ਹਾਂ। ਬਾਜਾਂ ਵਾਲੇ ਗੁਰੂ ਜੀ ਦੀ ਮੈਂ ਕਰਾਂ ਸਿਫਤ ਕਿਹੜੀ, ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ, ਬੁਝੇ ਹੋਏ ਚਿਹਰਿਆਂ 'ਤੇ ਰੌਣਕ ਪਰਤ ਆਈ, ਲਹੂ ਵਿੱਚ ਲਿਆਤਾ ਸੀ ਭੁਚਾਲ ਬਾਜਾਂ ਵਾਲੇ ਨੇ, ਬਣ ਕੇ ਬਰੂਦ ਕੰਧਾ ਢਾ ਗਿਆ ਗੁਲਾਮੀ ਦੀਆਂ, ਪੰਥ ਐਸਾ ਸਾਜਿਆ ਕਮਾਲ ਬਾਜਾਂ ਵਾਲੇ ਨੇ, ਆਖਦਾ ਚਰਨ ਇਦੂ ਹੋਰ ਕੁਰਬਾਨੀ ਕਿਹੜੀ, ਦੇਸ਼ ਉੱਤੋਂ ਵਾਰੇ ਚਾਰੇ ਲਾਲ ਬਾਜਾਂ ਵਾਲੇ ਨੇ, ਦੇਸ਼ ਉੱਤੋਂ ਵਾਰੇ ਚਾਰੇ ਲਾਲ ਬਾਜਾਂ ਵਾਲੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।